ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਅਕਾਲ ਚੈਨਲ 'ਤੇ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਨਿਊਜ਼ ਪੁਆਇੰਟ ਦੇ ਵਿੱਚ। ਨਿਊਜ਼ ਪੁਆਇੰਟ ਪ੍ਰੋਗਰਾਮ ਦੇ ਵਿੱਚ ਹਰ ਹਫ਼ਤੇ ਜਿਹੜੇ ਨਿਊਜ਼ ਐਨਾਲਾਈਸਿਸ ਨੇ ਉਹ ਅਸੀਂ ਤੁਹਾਡੇ ਕੋਲ ਲੈ ਕੇ ਆਉਂਦੇ ਹਾਂ, ਅਤੇ ਅੱਜ ਵੀ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਜਰਨਲਿਸਟ ਅਵਤਾਰ ਸਿੰਘ ਜੀ। ਆਓ ਇਹਨਾਂ ਦਾ ਸਵਾਗਤ ਕਰੀਏ। ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਵਤਾਰ ਸਿੰਘ ਜੀ, ਜਿਵੇਂ ਕਿ ਇਲੈਕਸ਼ਨ ਦਾ ਮਾਹੌਲ ਹੈ ਅਤੇ ਅੱਜ ਦਾ ਜਿਹੜਾ ਆਪਣਾ ਪ੍ਰੋਗਰਾਮ ਹੈ ਖਾਸ ਇਲੈਕਸ਼ਨ ਦੇ ਲੈ ਕੇ ਹੀ ਹੋਏਗਾ, ਅਤੇ ਬਾਕੀ ਵੀ ਆਪਾਂ ਜਿਹੜੀਆਂ ਨਿਊਜ਼ ਨੇ ਉਹ ਵੀ ਡਿਸਕਸ ਕਰਾਂਗੇ, ਅਤੇ ਜੇ ਆਪਾਂ ਹੁਣ ਨੈਸ਼ਨਲ ਲੈਵਲ 'ਤੇ ਐਨਾਲਾਈਸਿਸ ਦੀ ਗੱਲ ਕਰੀਏ, ਅਤੇ ਕੀ ਬਦਲਾਵ ਆਇਆ ਜੇ ਆਪਾਂ ਕਹੀਏ ਪਿਛਲੇ ਹਫ਼ਤੇ ਜਾਂ ਇੱਕ ਹਫ਼ਤੇ ਦੇ ਵਿੱਚ ਕਿਸ ਤਰੀਕੇ ਦਾ ਜਿਹੜਾ ਬਦਲਾਵ ਹੈ ਉਹ ਇਲੈਕਸ਼ਨ ਦੇ ਵਿੱਚ ਆਇਆ ਹੈਗਾ? ਇਹ ਕਾਫ਼ੀ ਇੱਕ ਤਾਂ ਜੀ ਸਰਗਰਮ ਰਹੀ ਹੈ ਜਿਹੜੀ ਚੋਣ ਮੁਹਿੰਮ, ਅਤੇ ਹੁਣ ਤਾਂ 2 ਚਰਨ ਹੀ ਰਹਿ ਗਏ ਹੋਏ ਆ, ਇੱਕ 12 ਤਰੀਕ ਦਾ ਅਤੇ 19 ਤਰੀਕ ਦਾ, ਜਿਹਦੇ 'ਚ ਪੰਜਾਬ 'ਚ ਵੋਟਾਂ ਪੈਣੀਆਂ ਨੇ। ਪਿਛਲੇ ਲੰਮੇ ਸਮੇਂ ਤੋਂ ਇੱਕ ਮਹੀਨੇ ਤੋਂ ਮੇਰਾ ਖਿਆਲ 11 ਅਪ੍ਰੈਲ ਤੋਂ ਸ਼ੁਰੂ ਹੋਇਆ ਹੋਇਆ ਜੀ ਸਾਰਾ ਸਿਸਟਮ, ਉਹ ਤੋਂ ਪਹਿਲਾਂ ਹੀ ਜਿਹੜਾ ਮੁਹਿੰਮ ਭੱਖ ਗਈ ਹੋਈ ਸੀ। ਪਹਿਲਿਆਂ 'ਚ ਜਿਸ ਤਰ੍ਹਾਂ ਇਹ ਲਗਾਤਾਰ ਇਹ ਆ ਰਿਹਾ ਸੀਗਾ, ਭਾਰਤੀ ਮੀਡੀਆ ਨੇ ਇਹ ਗੱਲ ਫਲਾਈ ਹੋਈ ਸੀਗੀ ਵੀ ਮੋਦੀ ਦੀ ਵੇਵ ਹਲੇ ਵੀ ਕਾਇਮ ਹੈਗੀ ਆ, ਵੀ ਪਿਛਲੇ ਸਾਲ ਵਾਂਗ ਹੀ, ਪਿਛਲੀ ਵਾਰੀ ਵਾਂਗ ਵੀ ਜਿਹੜੀ ਮੋਦੀ ਵੇਵ ਹੈ ਉਹ ਹੈ, ਅਤੇ ਮਤਲਬ ਕਿ ਨਰਿੰਦਰ ਮੋਦੀ ਜਿਹੜੇ ਕਾਫ਼ੀ ਜ਼ਿਆਦਾ ਵੋਟਾਂ ਲੈ ਕੇ ਜਾਂ ਸੀਟਾਂ ਲੈ ਕੇ ਜਿੱਤ ਸਕਦੇ ਆ। ਪਰ ਹੁਣ ਜਿਉਂ ਜਿਉਂ ਵੋਟਿੰਗ ਦਾ ਪੈਟਰਨ ਸਾਹਮਣੇ ਆਇਆ, ਕੁਛ ਭਾਰਤੀ ਮੀਡੀਆ ਨੇ ਹਾਲ ਦੀ ਘੜੀ ਚੁੱਪ ਵੱਟੀ ਹੋਈ ਆ, ਪਰ ਕੁਛ ਇੰਟਰਨੈਸ਼ਨਲ ਜਿਹੜੇ ਰਿਸਰਚ ਗਰੁੱਪਸ ਨੇ ਉਹਨਾਂ ਦਾ, ਅਤੇ ਇੱਕ ਸਾਊਥ ਇੰਡੀਆ ਦੇ ਜਿਹੜੇ ਕੁਛ ਮੀਡੀਆ ਸਮੂਹ ਨੇ, ਖਾਸ ਕਰਕੇ ਦਾ ਹਿੰਦੂ, ਨੈਸ਼ਨਲ ਹੈਰਲਡ ਅਤੇ ਡੈਕਨ ਹੈਰਲਡ ਦਾ, ਉਹਨਾਂ ਦੇ ਕਾਫ਼ੀ ਵੱਡੇ ਜਿਹੜੇ ਪ੍ਰੋਜੈਕਸ਼ਨਸ ਆ ਉਹ ਸਾਹਮਣੇ ਆਏ ਆ। ਉਹਨਾਂ ਪ੍ਰੋਜੈਕਸ਼ਨਸ ਵਿੱਚੋਂ ਇਹ ਗੱਲ ਉੱਭਰ ਕੇ ਸਾਹਮਣੇ ਆ ਰਹੀ ਆ ਵੀ ਭਾਰਤੀ ਜਨਤਾ ਪਾਰਟੀ ਦੇ ਨਰਿੰਦਰ ਮੋਦੀ ਦੀ ਉਹ ਵੇਵ ਆ ਜਿਹੜੀ ਪਿਛਲੇ ਵਾਰੀ ਵਾਲੀ 2014 ਵਾਲੀ ਉਹ ਨਹੀਂ ਰਹੀ, ਉਹਨੂੰ ਕਾਫ਼ੀ ਸੱਟ ਵੱਜ ਰਹੀ ਆ। ਅਤੇ ਜਿਹੜੇ ਸੰਸੀਅਰ ਮੀਡੀਆ ਗਰੁੱਪਸ ਨੇ ਜਿਨ੍ਹਾਂ 'ਤੇ ਆਪਾਂ ਇਹ ਵਿਸ਼ਵਾਸ ਕਰ ਸਕਦੇ ਹਾਂ ਵੀ ਭਾਰਤੀ ਜਨਤਾ ਪਾਰਟੀ ਜਾਂ ਸਰਕਾਰ ਨੇ ਉਹਨਾਂ ਨੂੰ ਆਪਣੇ ਕਬਜ਼ੇ 'ਚ ਨਹੀਂ ਲਿਆ ਹੋਇਆ, ਵੀ ਆਜ਼ਾਦਾਨਾ ਤੌਰ 'ਤੇ ਜਿਹੜੇ ਰਿਸਰਚ ਕਰ ਰਹੇ ਨੇ ਜਾਂ ਖਬਰਾਂ ਦੇ ਰਹੇ ਨੇ, ਉਹਨਾਂ ਦਾ ਕਹਿਣਾ ਹੈਗਾ ਵੀ ਕਾਂਗਰਸ ਦੀ ਅਗਵਾਈ ਹੇਠ ਜਿਹੜਾ ਕੋਲੀਸ਼ਨ ਸਰਕਾਰ ਹੈ ਉਹਦਾ ਹੋਂਦ ਵਿੱਚ ਆਉਣਾ ਮਤਲਬ ਕਿ ਲਗਭਗ ਸੰਭਵ ਹੀ ਹੈਗਾ। ਅਤੇ ਉਹਦੇ 'ਚੋਂ ਆਪਾਂ 2 ਰਿਸਰਚ ਪ੍ਰੋਜੈਕਟਸ ਦੀ ਇੱਥੇ ਗੱਲ ਕਰਾਂਗੇ ਜਿਹੜੀਆਂ ਆਈਆਂ ਨੇ, ਕਿਉਂਕਿ ਦਰਸ਼ਕਾਂ ਨੂੰ ਹੁਣ ਜਿਉਂ ਜਿਉਂ ਨਤੀਜੇ ਆ ਰਹੇ ਆ, ਹੁਣ ਕਰਿਓਸਿਟੀ ਆ ਜਿਹੜੀ ਵੱਧ ਰਹੀ ਆ ਵੀ ਹੁਣ ਕੀ ਹੋਊਗਾ। ਸੋ ਆਪਾਂ ਅੱਜ ਖੋਲ੍ਹ ਕੇ ਸਾਰਾ ਜਿਹੜਾ ਹੈਗਾ ਇਹਨਾਂ 2 ਰਿਸਰਚਸ ਦਾ ਉਹ ਆ ਰਿਹਾ। ਨੈਸ਼ਨਲ ਹੈਰਲਡ ਦਾ ਜਿਹੜਾ ਇਹ ਆਇਆ ਹੈਗਾ ਉਹ ਕਹਿੰਦਾ ਵੀ ਸਵੀਪ ਹੈ ਕਾਂਗਰਸ ਦੀ ਇੱਕ ਤਰ੍ਹਾਂ ਨਾਲ, ਉਹ ਤਾਂ ਇੱਥੋਂ ਤੱਕ ਗਿਆ। ਜੇ ਆਪਾਂ ਜੇ ਇਹਨੂੰ ਇਹ ਕਹਿ ਲਈਏ ਵੀ ਬਹੁਤ ਵਧਾ ਚੜਾ ਕੇ ਲਿਖਿਆ ਹੋਇਆ, ਤਾਂ ਵੀ ਆਪਾਂ ਤਾਂ ਉਹਦੇ 'ਚ ਕਿਹਾ ਜਾ ਸਕਦਾ ਵੀ ਕਾਂਗਰਸ ਕਾਫ਼ੀ ਸੀਟਾਂ ਲੈ ਕੇ, ਫਿਰ ਉਹਨੇ ਅਨੈਲਿਸਿਸ ਕਰਿਆ ਵੀ ਕਿੱਥੋਂ ਅਸੀਂ ਗੱਲ ਕਰ ਰਹੇ ਹਾਂ। ਉਹ ਕਹਿੰਦਾ ਵੀ ਕੇਰਲਾ ਵਿੱਚ 20 ਸੀਟਾਂ ਨੇ ਪੂਰੀਆਂ, ਟੋਟਲ 20 ਸੀਟਾਂ ਨੇ, ਉਹਦੇ 'ਚੋਂ 15 ਕਾਂਗਰਸ ਅਤੇ ਉਹਦੇ ਸਾਥੀਆਂ ਨੂੰ ਮਿਲ ਰਹੀਆਂ ਨੇ। ਹਾਂਜੀ, ਤਮਿਲਨਾਡੂ ਅਤੇ ਪੌਂਡੀਚੇਰੀ ਵਿੱਚ 40 ਸੀਟਾਂ ਨੇ ਟੋਟਲ ਲੋਕ ਸਭਾ ਦੀਆਂ। ਉਹ ਕਹਿੰਦਾ ਵੀ 40 ਚੋਂ 40 ਹੋਈ ਕਾਂਗਰਸ ਅਤੇ ਉਹਦੇ ਹਮਾਇਤੀਆਂ ਨੂੰ ਜਾ ਰਹੀਆਂ ਨੇ। ਉਹ ਤੋਂ ਬਾਅਦ ਉਹ ਕਰਨਾਟਕਾ 'ਚ ਆ ਜਾਂਦਾ, ਕਹਿੰਦਾ ਕਰਨਾਟਕਾ 'ਚ 20 ਸੀਟਾਂ ਨੇ ਟੋਟਲ, ਉਹਦੇ 'ਚ 16 ਕਾਂਗਰਸ ਐਂਡ ਉਹਦੇ ਅਲਾਈਜ਼ ਨੂੰ ਆ ਰਹੀਆਂ ਨੇ। ਇਸੇ ਤਰ੍ਹਾਂ ਉਹ ਕਹਿੰਦਾ ਵੀ ਉੱਤਰ ਪ੍ਰਦੇਸ਼ ਤੋਂ ਬਾਅਦ ਸਭ ਤੋਂ ਵੱਡਾ ਝਟਕਾ ਭਾਰਤੀ ਜਨਤਾ ਪਾਰਟੀ ਨੂੰ ਮਹਾਰਾਸ਼ਟਰ ਵਿੱਚ ਲੱਗਣ ਜਾ ਰਿਹਾ। 40 ਸੀਟਾਂ ਵਿੱਚੋਂ 30 ਸੀਟਾਂ 'ਤੇ ਕਾਂਗਰਸ ਅਤੇ NCP ਜਿੱਤ ਰਹੀ ਆ ਨੈਸ਼ਨਲ ਹੈਰਲਡ ਦੇ ਹਿਸਾਬ ਨਾਲ। ਜੀ ਜੀ ਜੀ, ਅਤੇ ਯਾਨੀ ਇਹ ਉਹਨਾਂ ਦੀ ਪ੍ਰੋਜੈਕਟ ਜਿਹੜਾ ਨੈਸ਼ਨਲ ਹੈਰਲਡ ਹੈਗਾ ਜੀ, ਇਹ ਅਖਬਾਰ ਹੈ ਜੀ, ਇਹ ਮਤਲਬ ਅਥੈਂਟਿਕ। ਹਾਂਜੀ ਹਾਂਜੀ ਹਾਂਜੀ, ਅਥੈਂਟਿਕ ਅਖਬਾਰ ਆ, ਜਿੱਦਾਂ ਡੈਕਨ ਹੈਰਲਡ ਨਾ, ਇਹ ਸਾਊਥ ਇੰਡੀਆ ਦੇ ਅਖਬਾਰ ਆ। ਜੀ ਜੀ ਜੀ, ਦਾ ਹਿੰਦੂ, ਡੈਕਨ ਹੈਰਲਡ ਅਤੇ ਨੈਸ਼ਨਲ ਹੈਰਲਡ, ਇਹਨਾਂ ਦਾ ਇੱਕ ਸੋਨੀਆ ਗਾਂਧੀ ਨਾਲ ਕੇਸ ਵੀ ਚੱਲ ਰਿਹਾ। ਜੇ ਤੁਸੀਂ ਦੇਖੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਉਸ ਕੇਸ ਵਿੱਚ ਤਰੀਕਾਂ ਜਿਹੀਆਂ ਵੀ ਭੁਗਤਦੇ ਫਿਰਦੇ ਹੁੰਦੇ ਨੇ ਕਈ ਵਾਰ, ਤੁਸੀਂ ਦੇਖਿਆ, ਅਤੇ ਉਸ ਨੈਸ਼ਨਲ ਹੈਰਲਡ ਦੇ ਜੀ ਜੀ ਜੀ, ਉਹਨਾਂ ਦੇ ਪੂਰੇ ਪੂਰੇ ਇੰਡੀਆ 'ਚ ਜਿੱਦਾਂ ਜਰਨਲਿਸਟ ਬੈਠੇ ਨੇ ਉਹਨਾਂ ਨੇ ਕੀਤਾ। ਉਹ ਕਹਿੰਦੇ ਵੀ ਗੁਜਰਾਤ ਵਿੱਚ ਵੀ ਭਾਰਤੀ ਜਨਤਾ ਪਾਰਟੀ ਲਈ ਸਭ ਅੱਛਾ ਨਹੀਂ ਹੈ, 26 ਸੀਟਾਂ ਵਿੱਚੋਂ ਘੱਟੋ ਘੱਟ 10 ਸੀਟਾਂ ਕਾਂਗਰਸ ਲਿਜਾ ਸਕਦੀ ਹੈ। ਅੱਛਾ ਜੀ, ਵੀ ਉਹਦੇ ਵਿੱਚੋਂ ਵੀ BJP ਨੂੰ ਝਟਕਾ ਲੱਗਣ ਦੀ ਸੰਭਾਵਨਾ ਹੈਗੀ ਆ। ਛੱਤੀਸਗੜ੍ਹ ਵਿੱਚ ਕੁੱਲ 11 ਸੀਟਾਂ ਵਿੱਚੋਂ 9 ਸੀਟਾਂ 'ਤੇ ਕਾਂਗਰਸ ਨੂੰ ਉਹਨਾਂ ਨੇ ਜੇਤੂ ਦਿਖਾਇਆ। ਇਸੇ ਤਰ੍ਹਾਂ ਰਾਜਸਥਾਨ ਵਿੱਚ 25 ਸੀਟਾਂ 'ਚੋਂ 13 ਸੀਟਾਂ 'ਤੇ ਕਾਂਗਰਸ ਜਿੱਤੀ ਨਜ਼ਰ ਆ ਰਹੀ ਆ। ਉਹ ਕਹਿੰਦੇ ਵੀ ਵਸੁੰਧਰਾ ਰਾਜੇ ਜਿਹੜੀ ਸਿੰਧੀਆ ਹੈਗੀ, ਜਿਹੜੀ ਚੀਫ ਮਿਨਿਸਟਰ ਸੀ, ਉਹਦਾ ਮੁੰਡਾ ਇਸ ਵੇਲੇ ਹਾਰ ਦਾ ਦਿਖ ਰਿਹਾ। ਮਤਲਬ ਉਹਦਾ ਆਪਣਾ ਜਿਹੜਾ ਮੁੰਡਾ, ਆਪਣਾ ਮੁੰਡਾ ਜਿਹੜਾ, ਉਹ ਵੀ ਆਪਣੇ ਇਲੈਕਸ਼ਨ ਵਿੱਚ ਪਿੱਛੇ ਚੱਲ ਰਿਹਾ, ਵੀ ਉਹਦੀ ਹਾਰ ਨਿਸ਼ਚਿਤ ਹੋ ਰਹੀ ਹੈ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਵਿੱਚ ਉਹ ਕਹਿੰਦੇ ਵੀ 80 ਸੀਟਾਂ ਵਿੱਚੋਂ ਸਮਾਜਵਾਦੀ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਪਾਰਟੀ ਨੂੰ ਇਹਨਾਂ ਤਿੰਨਾਂ ਨੂੰ 80 ਸੀਟਾਂ 50 ਸੀਟਾਂ ਮਿਲ ਸਕਦੀਆਂ, ਤਿੰਨਾਂ ਨੂੰ ਮਿਲਾ। ਅਤੇ ਇਹਦਾ ਮਤਲਬ ਭਾਜਪਾ ਨੂੰ 30 ਤੱਕ, ਕੋਈ 25 ਕਹਿ ਰਿਹਾ, ਕੋਈ 30 ਕਹਿ ਰਿਹਾ, ਕੋਈ 29 ਕਹਿ ਰਿਹਾ, ਸੋ ਜਿੱਦਾਂ 30 ਤੱਕ ਜਿਸ ਤਰ੍ਹਾਂ ਇਹ ਆ ਰਿਹਾ ਵੀ 30 ਸੀਟਾਂ ਉਹਨਾਂ ਨੂੰ ਮਿਲ ਰਹੀਆਂ ਨੇ। ਉਹ ਕਹਿੰਦਾ ਵੀ ਪੱਛਮੀ ਬੰਗਾਲ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਕੁਝ ਚੰਗਾ ਕਰ ਸਕਦੀ ਹੈ, ਪਰ ਬਹੁਤ ਵਧੀਆ ਨੇ, ਉੱਥੋਂ ਕਾਂਗਰਸ ਨੂੰ ਵੀ 2 ਜਾਂ 3 ਸੀਟਾਂ ਮਿਲ ਰਹੀਆਂ ਨੇ।
ਤੇ ਇਹਦਾ ਮਤਲਬ 10-12 ਸੀਟਾਂ ਹੋ ਸਕਦਾ, 10 ਸੀਟਾਂ ਉਹ ਕਹਿ ਰਿਹਾ ਬੀਜੇਪੀ ਕੱਟ ਸਕਦੀ, ਬੀਜੇਪੀ ਆ ਬਿਲਕੁਲ। ਇਹਦੇ ਤੇ ਪਹਿਲਾਂ ਪਿਛਲੇ ਪ੍ਰੋਗਰਾਮਾਂ 'ਚ ਵੀ ਆਪਾਂ ਅਨੁਮਾਨ ਲਗਾਏ ਸੀ ਕਿ ਇਹ ਹੋ ਸਕਦਾ, ਹਾਂ ਹੋ ਸਕਦਾ। ਤੇ ਦੂਜਾ ਜਿਹੜਾ ਰਿਸਰਚ ਪ੍ਰੋਜੈਕਟ ਤੋਂ ਆਇਆ ਹੈਗਾ ਉਹ ਹੈਗਾ ਹਾਰਵਰਡ ਕੈਨੇਡੀ ਸਕੂਲ ਆ, ਹਾਰਵਰਡ ਯੂਨੀਵਰਸਿਟੀ ਦਾ ਇੱਕ ਪੋਲੀਟੀਕਲ ਸਾਇੰਸ ਦਾ ਸਕੂਲ ਹੈ ਜੀ ਜੀ। ਉਹਨਾਂ ਦੇ ਮਿਸਟਰ ਸਲੀਲ ਸ਼ੈਟੀ ਆ, ਉਹ ਕਾਫੀ ਵੱਡੇ ਇਕੋਨੋਮਿਸਟ ਵੀ ਨੇ ਤੇ ਪੋਲੀਟੀਕਲ ਐਨਾਲਿਸਟ ਵੀ ਨੇ ਤੇ ਉੱਥੇ ਵਿਦਵਾਨ ਨੇ। ਜਿਸ ਤਰ੍ਹਾਂ ਉਹਨਾਂ ਦਾ ਕਹਿਣਾ ਹੈਗਾ ਵੀ ਕਾਂਗਰਸ ਦੀ ਅਗਵਾਈ ਵਾਲੇ ਜਿਹੜੇ ਜਿਹੜੇ ਗੁੱਟ ਨੇ ਸਾਰੇ, ਕਾਂਗਰਸ ਐਂਡ ਇਨਕਲੂਡਿੰਗ ਉਹਦੇ ਅਲਾਈਜ਼ ਆ ਜਿਹੜੇ, ਉਹਨਾਂ ਨੂੰ 287 ਸੀਟਾਂ ਮਿਲ ਸਕਦੀਆਂ, ਚਾਂਸਿਸ ਆ। ਤੇ ਭਾਰਤੀ ਜਨਤਾ ਪਾਰਟੀ ਤੇ ਉਹਦੇ ਹਮਾਇਤੀਆਂ ਨੂੰ 256 ਉਹਨਾਂ ਨੇ ਦੱਸੀਆਂ ਨੇ ਵੀ ਉਹ ਘੱਟ ਰਹੀਆਂ ਨੇ, ਹੈ ਨਾ। ਉਹ ਕਹਿੰਦਾ ਵੀ ਕਾਂਗਰਸ ਨੂੰ ਆਪਣੇ ਤੌਰ ਤੇ 117 ਮਿਲਣਗੀਆਂ ਤੇ ਭਾਰਤੀ ਜਨਤਾ ਪਾਰਟੀ ਨੂੰ ਆਪਣੇ ਤੌਰ ਤੇ 168 ਮਿਲਣਗੀਆਂ, ਪਰ ਭਾਰਤੀ ਜਨਤਾ ਪਾਰਟੀ ਦੇ ਉਨੇ ਅਲਾਈਜ਼ ਨਹੀਂ ਹੈਗੇ ਹੁਣ ਵੀ ਜਿਹੜੇ ਉਹਨੂੰ 272 ਵਾਲੇ ਅੰਕੜੇ ਤੱਕ ਲੈ ਕੇ ਜਾਣ। ਪਰ ਕਾਂਗਰਸ ਕੋਲ ਇੰਨੇ ਅਲਾਈਜ਼ ਨੇ, ਖਾਸ ਕਰਕੇ ਅਖਿਲੇਸ਼ ਯਾਦਵ ਤੇ ਮਾਇਆਵਤੀ ਵਾਲਾ ਤੇ ਬੀਬੀ ਮਮਤਾ ਬੈਨਰਜੀ ਵਾਲਾ, TDP ਵਾਲਾ ਤੇ ਹੋਰ ਜਿਹੜੀਆਂ ਉਹਨੇ ਬਹੁਤ ਸਾਰੀਆਂ ਜਿਹੜੀਆਂ ਛੋਟੀਆਂ ਪਾਰਟੀਆਂ ਦੱਸੀਆਂ ਤੇ ਕੇਰਲਾ ਐਂਡ ਤਮਿਲਨਾਡੂ ਵਿੱਚ ਜਿਹੜੇ ਉਹਨਾਂ ਨੇ ਕੀਤੇ ਹੋਏ ਨੇ। ਉਹ ਕਹਿੰਦਾ ਵੀ ਉਹਨਾਂ ਕੋਲ ਆਪਣੇ ਅਲਾਈਜ਼ ਇੰਨੇ ਨੇ ਵੀ ਉਹ 272 ਦਾ ਅੰਕੜਾ ਪਾਰ ਕਰ ਸਕਦੇ ਹੈਗੇ, ਪਰ ਭਾਰਤੀ ਜਨਤਾ ਪਾਰਟੀ ਕੋਲ ਇੰਨੇ ਅਲਾ, ਉਹਨਾਂ ਕੋਲ ਇੱਕ ਬੀਜੂ ਜਨਤਾ ਦਲ ਹੈ ਤੇ ਇੱਕ ਤੇਲੰਗਾਨਾ ਰਾਸ਼ਟਰੀ ਜਿਹੜੀ ਸਮਿਤੀ ਹੈਗੀ ਹੈ, TRS ਜਿਹਨੂੰ ਆਪਾਂ ਕਹਿੰਦੇ ਆ, ਮੇਨ ਅਲਾਈਜ਼ ਉਹੀ ਨੇ। ਤੇ ਸ਼ਿਵ ਸੈਨਾ ਨਾਲ ਉਹਨਾਂ ਦਾ ਗੱਠਜੋੜ ਹੋਇਆ ਹੋਇਆ, ਬਿਲਕੁਲ ਉਹ ਪੋਸਟ ਪੋਲ ਨਹੀਂ ਹੈਗਾ, ਉਹ ਪ੍ਰੀ ਪੋਲ ਅਲਾਇੰਸ ਹੀ ਹੈ। ਸੋ ਉਹਦੇ ਚੋਂ ਜਿਹੜਾ ਮਹਾਰਾਸ਼ਟਰ 'ਚ ਸਮੁੱਚਾ ਆਉਣਾ ਹੈਗਾ ਉਹ ਦੋਵਾਂ ਪਾਰਟੀਆਂ ਦਾ ਰਲ ਕੇ ਆਉਣਾ ਹੈਗਾ, ਠੀਕ ਹੈ ਠੀਕ। ਸੋ ਇਹਦੇ 'ਚੋਂ ਫਿਰ ਇਹ ਸਲੀਲ ਸ਼ੈਟੀ ਦਾ ਕਹਿਣਾ ਵੀ BJP ਨੂੰ ਪੱਛਮੀ ਬੰਗਾਲ 'ਚੋਂ 6 ਸੀਟਾਂ ਮਿਲ ਰਹੀਆਂ ਨੇ, ਆਪਾਂ ਇੱਧਰ 10 ਕਹੀਆਂ, ਨੈਸ਼ਨਲ ਹੈਰਲਡ 10 ਤੱਕ ਕਹਿੰਦਾ ਹੈਗਾ, ਪਰ ਉਹ 6 ਕਹਿ ਰਿਹਾ ਹੈਗਾ। UP 'ਚੋਂ ਉਹਨੇ ਦੱਸਿਆ ਵੀ 30 ਸੀਟਾਂ ਮਿਲਣਗੀਆਂ BJP ਨੂੰ, ਸਲੀਲ ਸ਼ੈਟੀ ਉਹਨਾਂ ਦਾ ਜਿਹੜਾ ਆਇਆ। ਰਾਜਸਥਾਨ 'ਚੋਂ 14 ਸੀਟਾਂ ਦੱਸ ਰਹੇ ਉਹ ਭਾਰਤੀ ਜਨਤਾ ਪਾਰਟੀ ਨੂੰ, ਇਸੇ ਤਰ੍ਹਾਂ ਮਹਾਰਾਸ਼ਟਰ ਵਿੱਚੋਂ ਉਹ 20-25 ਦੇ ਵਿੱਚ ਵਿੱਚ ਦੱਸ ਰਿਹਾ, ਇਹ ਇਹ ਘੱਟ ਦੱਸ ਰਿਹਾ ਨੈਸ਼ਨਲ ਹੈਰਲਡ ਵਾਲੇ, ਇਹ ਕਹਿੰਦੇ ਵੀ 10-12 ਸੀਟਾਂ ਆਉਣਗੀਆਂ, ਪਰ ਸਲੀਲ ਸ਼ੈਟੀ ਕਹਿੰਦੇ ਵੀ 20-25 ਤੱਕ ਆ ਸਕਦੀ ਹੈ, ਇਹਦਾ ਮਤਲਬ ਅੱਧੋ ਅੱਧ ਦਾ ਫਰਕ ਆ ਜਿਹੜਾ ਮਹਾਰਾਸ਼ਟਰ ਵਿੱਚ ਪੈ ਸਕਦਾ ਕਾਂਗਰਸ ਨੇ ਉਹ ਪਾਇਆ ਹੋਇਆ। ਇਸੇ ਤਰ੍ਹਾਂ ਉਹ ਕਹਿੰਦੇ ਵੀ ਕਾਂਗਰਸ ਨੂੰ ਝਾਰਖੰਡ ਵਿੱਚੋਂ 11 ਸੀਟਾਂ ਮਿਲਣਗੀਆਂ ਤੇ ਕਰਨਾਟਕਾ ਵਿੱਚੋਂ 18 ਦੇ ਰਹੇ ਆ ਉਹ, ਉੱਧਰੋਂ ਉਹਨਾਂ ਨੇ 20 ਦਿੱਤੀਆਂ ਸੀ, 16 ਦਿੱਤੀਆਂ ਸੀ, ਇਹ 18 ਦੇ ਰਹੇ ਹੈਗੇ ਆ। ਸੋ ਜਿਹੜੀ ਥੋੜ੍ਹਾ ਥੋੜ੍ਹਾ ਫਰਕ ਥੋੜ੍ਹਾ ਜਿਹੜਾ ਫਰਕ ਆ ਇੰਨਾ ਫਰਕ ਹੈਗਾ। ਮੱਧ ਪ੍ਰਦੇਸ਼ 'ਚੋਂ ਕਾਂਗਰਸ ਨੂੰ 14 ਸੀਟਾਂ ਦੇ ਰਹੇ ਆ ਉਹ, ਤੇ ਇਸੇ ਤਰ੍ਹਾਂ ਰਾਜਸਥਾਨ 'ਚੋਂ 11 ਸੀਟਾਂ ਦੇ ਰਹੇ ਆ ਉਹ, ਤੇ ਇਹਨਾਂ ਨੇ ਵੀ 11 ਜਾਂ 12 ਜਿਹੜੀਆਂ ਨੈਸ਼ਨਲ ਹੈਰਲਡ ਨੇ ਦਿੱਤੀਆਂ ਹੈਗੀਆਂ। ਤੇ UP ਵਿੱਚੋਂ ਉਸ ਅਲਾਈਜ਼ ਨੂੰ ਓਵਰ 50 ਦੇ ਰਹੇ ਆ ਉਹ ਜੀ ਜੀ ਜੀ। ਸੋ ਇੱਕ ਤਰ੍ਹਾਂ ਨਾਲ ਇਹ ਜਿਹੜੇ ਮੇਨ ਜਿਹੜੇ ਦੋ ਵੱਡੇ ਕੋਈ ਨਾ ਕੋਈ ਜਿਹੜਾ ਫਰਕ ਆ ਉਹ ਪਾ ਸਕਦੇ ਆ, ਤੇ ਉਹਨਾਂ ਦੇ ਹਿਸਾਬ ਨਾਲ ਜਿਹੜਾ ਉਹਨਾਂ ਨੇ ਐਨਾਲਿਸਿਸ ਕਰਿਆ ਵੀ ਉਹਦੇ 'ਚੋਂ ਲੱਗ ਰਿਹਾ ਵੀ ਜਿਹੜੀ ਵੇਵ ਆ ਨਰਿੰਦਰ ਮੋਦੀ ਵਾਲੀ, ਜਿਹੜਾ ਵੀ ਹਰ ਹਰ ਮੋਦੀ ਘਰ ਘਰ ਮੋਦੀ ਵਾਲਾ ਚੱਕਰ ਹੈ ਉਹ ਨਹੀਂ ਹੋਊਗਾ, ਉਹ ਠੰਡਾ ਪੈ ਗਿਆ ਲੱਗਦਾ। ਤੇ ਈਵਨ ਉਹਨਾਂ ਦੇ ਆਪਣੇ ਅੰਦਰ ਵੀ ਭਾਰਤੀ ਜਨਤਾ ਪਾਰਟੀ ਦੇ ਆਪਣੇ ਅੰਦਰ ਬਿਲਕੁਲ ਜੀ, ਜੇ ਆਪਾਂ ਉਹਨਾਂ ਦੀ ਗੱਲ ਕਰੀਏ ਤੇ ਰਾਮ ਮਾਧਵ ਜੋ ਕਿ RSS ਦੇ ਸਪੋਕਸ ਪਰਸਨ ਨੇ, ਉਹਨਾਂ ਦਾ ਬਿਆਨ ਆਇਆ ਹੈਗਾ ਕਿ ਸਾਨੂੰ ਮਜ਼ਬੂਤ ਜਿਹੜੀ ਵਿਰੋਧੀ ਧਿਰ ਚਾਹੀਦੀ ਹੈਗੀ ਆ, ਜਾਂ ਅਸੀਂ ਮਜ਼ਬੂਤ ਵਿਰੋਧੀ ਧਿਰ ਜਿਹੜੀ ਆ ਉਹ ਦੇਖਣਾ ਚਾਹੁੰਦੇ ਹਾਂ। ਪਿਛਲੀ ਵਾਰ ਇਸ ਤਰ੍ਹਾਂ ਹੋਇਆ ਸੀ ਕਿ ਜਿਹੜੀ ਵਿਰੋਧੀ ਧਿਰ ਸੀ ਉਹ ਹੈ ਹੀ ਨਹੀਂ ਸੀ ਇੱਕ ਤਰ੍ਹਾਂ ਦੀ, ਇਸ ਤਰ੍ਹਾਂ ਦਾ ਜਿਹੜਾ ਉਹਨਾਂ ਦਾ ਬਿਆਨ ਆਇਆ। ਅਤੇ ਕਿਤੇ ਇਹਨਾਂ ਬਿਆਨਾਂ ਨੂੰ ਵੀ ਜੇ ਅਸੀਂ ਬੇਸ ਦੇਖੀਏ ਅਤੇ ਜਿਹੜੇ ਹੁਣ ਜਿਹੜੇ ਆ ਰਹੇ ਹੈਗੇ ਐਨਾਲਾਈਸਿਸ ਆ ਰਹੇ ਹੈਗੇ ਆ ਉਹਦੇ ਨਾਲ ਆਪਾਂ ਜੋੜ ਕੇ ਦੇਖ ਸਕਦੇ ਹਾਂ। ਹਾਂਜੀ ਹਾਂਜੀ, ਉਹਦੇ 'ਚ ਤੁਸੀਂ ਦੇਖ ਸਕਦੇ ਹੋ ਵੀ RSS ਦੇ ਪ੍ਰਮੁੱਖ ਸਪੋਕਸ ਪਰਸਨ ਆ, ਉਹਨਾਂ ਦੀ ਆਪ ਦਾ ਹੀ ਇਹ ਮੰਨ ਲੈਣਾ, ਆਪਣੇ ਤੌਰ 'ਤੇ ਮੰਨ ਲੈਣਾ ਵੀ ਅਸੀਂ ਵਿਰੋਧੀ ਧਿਰ ਮਜ਼ਬੂਤ ਦੇਖਣੀ ਚਾਹੁੰਦੇ ਹਾਂ, ਇਹਦਾ ਮਤਲਬ ਉਹ ਹਾਰ ਰਹੇ ਆ। ਉਹਨਾਂ ਨੂੰ ਹਾਰ ਆ ਜਿਹੜੀ ਆਪਣੀ ਕਿਤੇ ਨਾ ਕਿਤੇ ਦਿਸ ਰਹੀ ਆ ਵੀ ਹਾਂ ਮਤਲਬ ਕਿ ਅਸੀਂ ਹਾਰਨ ਜਾ ਰਹੇ ਹਾਂ। ਤੋਂ ਇੱਕ ਤਰ੍ਹਾਂ ਨਾਲ ਇਨਡਾਇਰੈਕਟਲੀ ਉਹ ਇਹ ਕਹਿ ਰਹੇ ਆ ਵੀ ਅਸੀਂ ਵਿਰੋਧੀ ਧਿਰ ਨੂੰ ਮਜ਼ਬੂਤ ਦੇਖਣਾ ਚਾਹੁੰਦੇ ਹੈਗੇ ਹਾਂ। ਸੋ ਅਤੇ ਉਹਨਾਂ ਦਾ ਇਹ ਵੀ ਇਨਡਾਇਰੈਕਟਲੀ ਆ ਰਿਹਾ ਵੀ ਅਸੀਂ ਹੋਰ ਕੋਲੀਸ਼ਨ ਪਾਰਟਨਰਸ ਆ ਜਿਹੜੇ ਲੈਵਾਂਗੇ ਉਹਦੇ 'ਚੋਂ। ਹੁਣ ਜਿਹੜੀ ਮੇਰੀ ਐਜ਼ ਏ ਜਰਨਲਿਸਟ ਜਾਂ ਐਨਾਲਿਸਟ ਜੋ ਮੈਂ ਦੇਖ ਰਿਹਾ ਉਹਦੇ 'ਚ ਉਹ ਹੈਗਾ ਵੀ ਜਿਸ ਤਰ੍ਹਾਂ 168 BJP ਨੂੰ ਦੇ ਰਿਹਾ ਸ਼੍ਰੀਨ ਸ਼ੈਟੀ, ਹੈ ਨਾ, 117 ਕਾਂਗਰਸ ਨੂੰ ਦੇ ਰਿਹਾ। ਹੁਣ BJP ਕਿਉਂਕਿ ਰਾਸ਼ਟਰਪਤੀ ਉਹਨਾਂ ਦਾ ਆਪਣਾ ਹੈਗਾ, ਉਹ ਰਾਸ਼ਟਰਪਤੀ ਆਪਣਾ ਹੋਣ ਕਰਕੇ ਟੈਕਨੀਕਲ ਐਡਵਾਂਟੇਜ ਲੈ ਸਕਦੀ ਹੈ ਵੀ ਰਾਸ਼ਟਰਪਤੀ ਨੂੰ ਕਹਿ ਲਿਆ ਜਾਵੇ ਵੀ ਕੁਛ ਦਿਨ ਤੂੰ ਰੁਕ ਜਾ ਵੀ ਜਿਹੜੀ ਅਸੀਂ ਕਿਉਂਕਿ ਸਭ ਤੋਂ ਜ਼ਿਆਦਾ ਸੀਟਾਂ ਲੈਣ ਵਾਲੀ ਪ੍ਰਮੁੱਖ ਵਿਰੁੱਧ ਪ੍ਰਮੁੱਖ ਪਾਰਟੀ ਦੇ ਤੌਰ 'ਤੇ ਉੱਭਰ ਕੇ ਸਾਹਮਣੇ ਆਏ ਹਾਂ, ਸਾਨੂੰ ਗੱਠਜੋੜ ਕਰਨ ਲਈ ਟਾਈਮ ਦੇ ਦਿਓ। ਸੋ ਹੋ ਸਕਦਾ ਰਾਸ਼ਟਰਪਤੀ ਗੱਠਜੋੜ ਕਰਨ ਲਈ ਟਾਈਮ ਦੇ ਦੇਵੇ ਜਾਂ ਬੇਭਰੋਸਗੀ ਦੇ ਮਦੇ ਤੱਕ ਚਲਾ ਜਾਵੇ,
ਵੀ ਇੱਕ ਵਾਰ ਸਰਕਾਰ ਬਣਾ ਦੇਵੇ। ਸੋ ਟੈਕਨੀਕਲ ਆਸਪੈਕਟ ਤੋਂ ਹੁਣ ਇਹ ਖੇਡ ਖੇਡ ਸਕਦੇ ਆ, ਕਿਉਂਕਿ ਜਿਸ ਤਰ੍ਹਾਂ ਦੀਆਂ ਖੇਡਾਂ ਉਹ ਖੇਡਦੇ ਆ ਰਹੇ ਆ ਉਹਦੇ 'ਚੋਂ ਇਹ ਪੋਜ਼ਿਟਿਵ ਖੇਡ ਖੇਡੀ ਜਾ ਸਕਦੀ। ਅਵਤਾਰ ਸਿੰਘ ਜੀ, ਜੇ ਆਪਾਂ ਭਾਰਤੀ ਸੰਵਿਧਾਨ ਦੀ ਗੱਲ ਕਰੀਏ ਤਾਂ ਉਹ ਇੱਥੇ ਕੀ ਕਹਿੰਦਾ ਹੈਗਾ ਕਿ ਪਹਿਲਾਂ ਜ਼ਿਆਦਾ ਸੀਟਾਂ ਵਾਲੀ ਪਾਰਟੀ ਨੂੰ ਬੁਲਾਇਆ ਜਾਵੇ ਜਾਂ ਪਹਿਲਾਂ ਵੱਡੇ ਗਠਜੋੜ ਨੂੰ? ਇਹ ਅਬਸਰਡ ਆ, ਕੁਛ ਵੀ ਸਪਸ਼ਟ ਰੂਪ 'ਚ ਨਹੀਂ ਹੈਗਾ। ਅੱਛਾ, ਜਿਹਦਾ ਵੀ ਜ਼ੋਰ ਚੱਲਦਾ ਉਹ ਆਪਣੇ ਢੰਗ ਨਾਲ ਡਿਫਾਈਨ ਕਰਕੇ ਉਹਨੂੰ ਸਹੀ ਸਿੱਧ ਕਰ ਦਿੰਦਾ। ਆਪਾਂ ਪਿਛਲੇ 10-15-20 ਸਾਲਾਂ 'ਚੋਂ ਦੇਖਿਆ ਵੀ ਕਈ ਵਾਰ ਇਹ ਹੁੰਦਾ ਵੀ ਜਿਹੜੀ ਪ੍ਰਮੁੱਖ ਵਿਰੋਧੀ ਪ੍ਰਮੁੱਖ ਪਾਰਟੀ ਸਭ ਤੋਂ ਵੱਧ ਸੀਟਾਂ ਜਿੱਤ ਕੇ ਆਈ ਆ ਜੀ ਜੀ, ਉਹਨੂੰ ਦਰਕਿਨਾਰ ਕਰਕੇ ਜਿਹੜਾ ਪੋਸਟ ਪੋਲ ਅਲਾਇੰਸ ਆ ਉਹਨੂੰ ਸੱਦਾ ਦੇ ਦਿੱਤਾ ਗਿਆ। ਸੋ ਇਸ ਤਰ੍ਹਾਂ ਹੁੰਦਾ ਆ ਰਿਹਾ ਹੈ ਨਾ ਵੀ ਇਹ ਰਾਸ਼ਟਰਪਤੀ ਦਾ ਇਹ ਉਹਦੇ ਕੋਲ ਆਪਣੀ ਡਿਸਕ੍ਰਿਸ਼ਨਰੀ ਪਾਵਰ ਆ ਵੀ ਉਹ ਕਿਹਨੂੰ ਬੁਲਾਉਂਦਾ, ਕਿਉਂਕਿ ਸੰਵਿਧਾਨ ਵਿੱਚ ਐਗਜ਼ੈਕਟ ਕੁਛ ਵੀ ਡਿਫਾਈਨ ਨਹੀਂ ਕੀਤਾ ਹੋਇਆ ਇਸ ਤਰ੍ਹਾਂ। ਠੀਕ ਹੈ ਮਤਲਬ ਇਦਾਂ ਦਾ ਕੁਛ ਨਹੀਂ ਹੈਗਾ ਕਿ ਕਿਹਨੂੰ ਬੁਲਾਉਣਾ ਚਾਹੀਦਾ, ਇਹ ਸਿਰਫ ਉਹਦੇ ਤੇ ਡਿਪੈਂਡ ਕਰਦਾ, ਉਹਦੇ ਤੇ ਡਿਪੈਂਡ ਕਰਦਾ। ਫਿਰ ਟੈਕਨੀਕਲੀ ਜਿਹੜਾ ਜਿਹੜੀ ਧਿਰ ਦਾ ਰਾਸ਼ਟਰਪਤੀ ਹੁੰਦਾ ਉਹ ਖੇਡ ਖੇਡ ਜਾਂਦਾ, ਉਹ ਦੇਸ਼ ਦੇ ਰਾਸ਼ਟਰਪਤੀ ਨਾਲੋਂ ਫਿਰ ਇੱਕ ਪਾਰਟੀ ਦੇ ਰਾਸ਼ਟਰਪਤੀ ਦੇ ਤੌਰ ਤੇ ਇੱਥੇ ਕੰਮ ਕਰਦਾ, ਜਿਸ ਤਰ੍ਹਾਂ ਗਵਰਨਰ ਆ ਸੂਬਿਆਂ 'ਚ ਗਵਰਨਰ ਇੱਦਾਂ ਹੀ ਕੰਮ ਕਰਦੇ ਨੇ, ਇਸੇ ਤਰ੍ਹਾਂ ਰਾਸ਼ਟਰਪਤੀ ਇਹਨਾਂ ਮੌਕਿਆਂ ਤੇ ਆ ਕੇ ਮਤਲਬ ਇਹਦੇ 'ਚ ਕਿਤੇ ਵੀ ਕੋਈ ਕਲੈਰੀਫਿਕੇਸ਼ਨ ਸੰਵਿਧਾਨ ਦੇ ਵਿੱਚ ਕੁਛ ਨਹੀਂ ਹੈਗਾ ਕਿ ਕੁਛ ਨਹੀਂ, ਇਹ ਅਬਸਰਡ ਜੀ ਥਿੰਗ ਆ ਇੱਕ ਤਰ੍ਹਾਂ ਨਾਲ ਵੀ ਉਹਦੇ 'ਚ ਡਾਇਲਿਊਟਡ ਆ ਸਾਰਾ ਕੁਛ, ਮਤਲਬ ਕਿ ਕੁਛ ਵੀ ਹੋ ਸਕਦਾ, ਤੁਸੀਂ ਕਿਸੇ ਵੀ ਤਰ੍ਹਾਂ ਨਾਲ ਡਿਫਾਈਨ ਕਰ ਸਕਦੇ ਹੋ। ਬਿਲਕੁਲ ਜੀ, ਔਰ ਕਾਫੀ ਇੰਟਰਸਟਿੰਗ ਰਹੇਗਾ। ਔਰ ਜੇ ਆਪਾਂ ਕਹੀਏ ਕਿ ਕੁਛ ਮੁੱਦੇ ਜਿਹੜੇ ਹੁੰਦੇ ਨੇ ਉਹ ਚੋਣਾਂ ਦੇ ਲਾਗੇ ਉਭਾਰੇ ਜਾਂਦੇ ਨੇ ਜਾਂ ਉਹਨਾਂ 'ਤੇ ਬਿਆਨਬਾਜ਼ੀ ਹੁੰਦੀ ਹੈ, ਅਤੇ ਜੇ ਨਵੰਬਰ 1984 ਸਿੱਖ ਕਤਲੇਆਮ ਦੀ ਗੱਲ ਕਰੀਏ ਜਿਸ ਦੇ ਨਾਲ ਸਿੱਖਾਂ ਦੇ ਜੇ ਕਹੀਏ ਕਿ ਹਿਰਦੇ ਜਿਹੜੇ ਨੇ ਉਹ ਜੁੜੇ ਹੋਏ ਨੇ, ਅਤੇ ਵਾਰ ਵਾਰ ਜਿਹੜਾ ਇਹ ਮੁੱਦਾ ਇਲੈਕਸ਼ਨ ਦੇ ਟਾਈਮ 'ਤੇ ਉੱਪਰ ਲੈ ਕੇ ਆਇਆ ਜਾਂਦਾ ਹੈ, ਦੋਵੇਂ ਹੀ ਪਾਰਟੀਆਂ ਜਿਹੜੀਆਂ ਨੇ ਇੱਕ ਦੂਜੇ 'ਤੇ ਇਲਜ਼ਾਮਬਾਜ਼ੀ ਕਰਦੀਆਂ ਨੇ, ਇਸ ਤਰੀਕੇ ਦੇ ਜਿਹੜੇ ਮੁੱਦੇ ਹੁੰਦੇ ਨੇ। ਅਵਤਾਰ ਸਿੰਘ ਜੀ ਕੀ ਕਹੋਗੇ ਤੁਸੀਂ? ਹਾਂਜੀ ਹਾਂਜੀ, ਹੁਣ ਜਿਸ ਤਰ੍ਹਾਂ ਦਿੱਲੀ, ਹਰਿਆਣਾ ਅਤੇ ਪੰਜਾਬ ਇਹਦੀਆਂ 30-32 ਸੀਟਾਂ ਜਿਹੜੀਆਂ ਵੀ ਹੈਗੀਆਂ ਨੇ ਜੀ, ਉਹਦੇ ਵਿੱਚ ਇਲੈਕਸ਼ਨਾਂ ਹੋਣੀਆਂ ਨੇ 19 ਤਰੀਕ ਨੂੰ ਜੀ, ਅਤੇ ਉਹ ਇਕਦਮ 1984 ਦਾ ਜਿਹੜਾ ਸਿੱਖਾਂ ਨਾਲ ਜੁੜਿਆ ਹੋਇਆ ਮੁੱਦਾ, ਸਿੱਖਾਂ ਦੇ ਕਤਲੇਆਮ ਦਾ, ਉਹ ਦੁਬਾਰੇ ਉਠਾ ਲਿਆ ਗਿਆ, ਕਿਉਂਕਿ ਉਹ ਮੁੱਦਾ ਕਿਤੇ ਨਾ ਕਿਤੇ ਸਿੱਖ ਵੋਟ ਨੂੰ ਇਨਫਲੂਐਂਸ ਕਰਨ ਲਈ ਜੀ ਵਾਰ ਵਾਰ ਉੱਠਦਾ। ਈਵਨ ਪ੍ਰਕਾਸ਼ ਸਿੰਘ ਬਾਦਲ ਵੀ ਉਠਾ ਦਿੰਦੇ ਆ, ਈਵਨ ਉਹ ਤਾਂ ਜੂਨ 84 ਦੇ ਮੁੱਦੇ ਨੂੰ ਵੀ ਉਠਾ ਲੈਂਦੇ ਆ, ਜਦੋਂ ਹਾਰਦਾ ਦਿਖਦੇ ਆ ਨਾ ਉਹਨਾਂ ਨੂੰ ਉਹ ਜੂਨ 84 ਦਾ ਮੁੱਦਾ ਵੀ ਉਠਾ ਲੈਂਦੇ ਆ। ਇਸ ਮੁੱਦੇ ਨੂੰ ਉਠਾਉਣ ਦਾ ਅਸੀਂ ਸਮਝਦੇ ਹਾਂ ਵੀ ਇਹ ਮੁੱਦਾ ਕਦੇ ਮਰਿਆ ਨਹੀਂ, ਹਨਾ, ਸਿੱਖਾਂ ਨਾਲ ਇੱਕ ਕਤਲੇਆਮ ਹੋਇਆ ਸਿੱਖਾਂ ਦਾ, ਉਹਦੇ 'ਚੋਂ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ, ਪਰ ਉਹਨੂੰ ਸਿਰਫ ਵੋਟਾਂ ਬਟੋਰਨ ਲਈ ਹੀ ਉਠਾਇਆ ਜਾਂਦਾ। ਕਿਸੇ ਵੀ ਧਿਰ ਨੂੰ, ਚਾਹੇ ਉਹ ਅਕਾਲੀ ਦਲ ਆ, ਚਾਹੇ ਕਾਂਗਰਸ ਆ, ਅਤੇ ਚਾਹੇ ਭਾਰਤੀ ਜਨਤਾ ਪਾਰਟੀ ਆ, ਕਿਸੇ ਨੂੰ ਵੀ ਸਿੱਖਾਂ ਨਾਲ ਹਮਦਰਦੀ ਨਹੀਂ ਹੈ, ਔਰ ਕਿਸੇ ਨੂੰ ਵੀ ਇਹ ਨਹੀਂ ਹੈਗਾ ਵੀ ਸਿੱਖਾਂ ਨੂੰ ਇਨਸਾਫ ਦਿਵਾਉਣਾ, ਜਸਟ ਡਰਾਮੇਬਾਜ਼ੀ ਕਰਕੇ, ਚਾਹੇ ਉਹ ਪ੍ਰਧਾਨ ਮੰਤਰੀ ਹੈ, ਚਾਹੇ ਅਮਿਤ ਸ਼ਾਹ ਹੈ, ਚਾਹੇ ਉਹ ਰਾਹੁਲ ਗਾਂਧੀ ਆ, ਪ੍ਰਕਾਸ਼ ਸਿੰਘ ਬਾਦਲ ਆ, ਸਿਰਫ ਡਰਾਮੇ ਕਰਦੇ ਆ ਵੀ 2-4 ਦਿਨ ਵੋਟਾਂ ਪੈ ਲੈਣ ਦਿਓ, ਬਾਅਦ ਚੋਂ ਤਾਂ ਅਸੀਂ, ਸਾਨੂੰ ਪਤਾ ਹੀ ਆ ਵੀ ਕੀ ਕਰਨਾ। ਸੋ ਹੁਣ ਨਰਿੰਦਰ ਮੋਦੀ ਦਾ ਹੁਸ਼ਿਆਰਪੁਰ ਆਏ ਸੀ, ਉਹਨਾਂ ਨੇ ਉਠਾਇਆ, ਅਮਿਤ ਸ਼ਾਹ ਗੁਰਦਾਸਪੁਰ ਆਏ ਸੀ, ਉਹਨਾਂ ਨੇ ਵੀ ਉਠਾਇਆ, ਅਮਿਤ ਸ਼ਾਹ ਨੇ ਕਿਹਾ ਵੀ ਅਸੀਂ ਕਿਸੇ ਵੀ ਦੋਸ਼ੀ ਨੂੰ ਬਚ ਕੇ ਨਹੀਂ ਜਾਣ ਦੇਵਾਂਗੇ, ਵੀ ਹੁਣ ਯਾਰ 35 ਸਾਲ ਹੋ ਗਏ ਨੇ, ਹਾਲੇ ਕਿੰਨਾ ਕੁ ਟਾਈਮ ਸਿੱਖ ਉਡੀਕ ਕਰਨਗੇ? 5 ਸਾਲ ਤੁਹਾਡੀ ਸਰਕਾਰ ਰਹੀ, ਹਾਲੇ ਤੁਸੀਂ ਕਹਿ ਰਹੇ ਹੋ ਵੀ ਨਹੀਂ ਜਾਣ ਦੇਵਾਂਗੇ, ਵਾਟ ਡਸ ਦੈਟ ਮੀਨ? ਹੁਣ ਤਾਂ ਸਾਰੇ ਬੰਦੇ ਅੰਦਰ ਹੋਣੇ ਚਾਹੀਦੇ ਸੀ ਜੇ ਤੁਸੀਂ ਇਮਾਨਦਾਰ ਹੋ ਨਾ, ਠੀਕ ਹੈ। ਉਹ ਤੋਂ ਬਾਅਦ ਹੁਣ ਨਰਿੰਦਰ ਮੋਦੀ ਹੈਗਾ, ਨਰਿੰਦਰ ਮੋਦੀ ਨੇ ਕਿਹਾ ਵੀ 1984 ਦਾ ਕਤਲੇਆਮ ਨਰਸੰਘਾਰ ਸੀ, ਜੈਨੋਸਾਈਡ ਸੀ, ਤੇ ਫਿਰ ਇਹਨੂੰ ਪਾਸ ਕਿਉਂ ਨਹੀਂ ਕਰਦੇ ਤੁਸੀਂ? ਜਦੋਂ ਸਿੱਖ ਇਹ ਗੱਲ ਕਰਦੇ ਨੇ, ਈਵਨ ਵਿਦੇਸ਼ਾਂ ਵਿੱਚ ਜਦੋਂ ਮੁਜ਼ਾਹਰੇ ਹੁੰਦੇ ਨੇ ਤਾਂ ਉਹਨਾਂ ਦੀਆਂ ਕਾਲੀਆਂ ਸੂਚੀਆਂ ਬਣੀਆਂ ਹੋਈਆਂ ਨੇ, ਤੇ ਉੱਥੇ ਪੰਜਾਬ 'ਚ ਗਿਆ ਨੂੰ ਫੜ ਲੈਂਦੇ ਹੋ ਤੁਸੀਂ, ਵੀ ਤੁਸੀਂ ਇਹੀ ਗੱਲ ਤਾਂ ਵਿਦੇਸ਼ੀ ਸਿੱਖ ਕਹਿ ਰਹੇ ਨੇ ਕਿ ਉਹ ਜੈਨੋਸਾਈਡ ਸੀ, ਤੁਸੀਂ ਉਹਨਾਂ ਦੀਆਂ ਹੁਣੇ ਤੱਕ ਬਲੈਕ ਲਿਸਟਾਂ ਨੇ, ਤੇ ਉੱਥੇ ਜਾ ਕੇ ਵੀ ਇਹ ਟੈਰਰਿਜ਼ਮ ਫੈਲਾਉਣ ਆਏ ਸੀ ਉਹਨਾਂ ਨੂੰ ਫੜ ਲੈਂਦੇ ਹੋ ਜੀ ਜੀ ਜੀ, ਫਿਰ ਜੇ ਪ੍ਰਧਾਨ ਮੰਤਰੀ ਇਹ ਗੱਲ ਕਹਿ ਰਿਹਾ ਫਿਰ ਕੋਈ ਐਕਸ਼ਨ ਕਿਉਂ ਨਹੀਂ ਹੋ ਰਿਹਾ? ਜਾਂ ਤੁਸੀਂ ਪਾਰਲੀਮੈਂਟ ਪਾਸ ਕਿਉਂ ਨਹੀਂ ਕਰਦੇ? ਬਿੱਲ ਨਹੀਂ ਪਾਸ ਕਰਦੇ, ਜੈਨੋਸਾਈਡ ਸੀ। ਹਾਂਜੀ ਹਾਂਜੀ, ਤੇ ਦੂਜਾ ਇਹ ਹੈਗਾ ਵੀ ਕਾਂਗਰਸ ਪਾਰਟੀ ਨੇ ਜਦੋਂ ਕਾਂਗਰਸ ਦੀ ਸਰਕਾਰ ਸੀ ਉਹਨਾਂ ਨੇ ਦੰਗਿਆਂ ਦੇ ਬਾਰੇ ਇੱਕ ਬਿੱਲ ਲਿਆਉਣ ਦੀ ਕੋਸ਼ਿਸ਼ ਕਰੀ ਸੀ, ਵੀ ਦੰਗਿਆਂ ਵਿੱਚ ਜਿਹੜਾ ਦੰਗੇ ਆ ਉਹਨਾਂ ਦਾ ਇਹ ਸੀਗਾ ਵੀ ਜਿਹੜੀ ਬਹੁ ਗਿਣਤੀ ਵਾਲੀ ਧਿਰ ਆ ਉਹ ਫੈਲਾਉਂਦੀ ਆ, ਉਹਦੀਆਂ ਗਲਤੀਆਂ ਕਾਰਨ ਫੈਲਦੇ ਨੇ, ਵੀ ਉਹਨਾਂ ਨੂੰ ਇੱਕ ਕਰੜੀਆਂ ਸਜ਼ਾਵਾਂ ਦਿੱਤੀਆਂ ਜਾਣ, ਪਰ ਭਾਰਤੀ ਜਨਤਾ ਪਾਰਟੀ ਨੇ ਉਹਦਾ ਵਿਰੋਧ ਕਰਿਆ, ਉਹ ਬਿੱਲ ਪਾਸ ਨਹੀਂ ਹੋ ਸਕਿਆ। ਉਹ ਇਹ ਨਹੀਂ ਚਾਹੁੰਦੇ ਵੀ ਹਿੰਦੂ ਦੰਗਾਕਾਰੀਆਂ ਨੂੰ ਕਿਸੇ ਵੀ ਤਰ੍ਹਾਂ ਸਜ਼ਾ ਮਿਲੇ, ਭਾਰਤੀ ਜਨਤਾ ਪਾਰਟੀ ਦੀ ਇਹ ਪੋਲੀਟੀਕਲ ਲਾਈਨ ਆ। ਹੁਣ ਹਾਲੇ ਵੀ ਉਹ ਲਗਾਤਾਰ ਕਹਿ ਰਹੇ ਆ ਪ੍ਰਾਗਿਆ ਸਿੰਘ ਠਾਕੁਰ ਵਾਲੇ ਮਾਮਲੇ 'ਚ ਵੀ 5000 ਸਾਲਾਂ 'ਚ ਕਿਸੇ ਵੀ ਹਿੰਦੂ ਨੇ ਟੈਰਰਿਜ਼ਮ ਨਹੀਂ ਕਰਿਆ, ਸਾਡੇ ਸਾਹਮਣੇ ਹੋਇਆ, ਮਤਲਬ ਕਿ ਤੁਸੀਂ ਚਾਹੇ ਸਟੇਟ ਦਾ ਟੈਰਰਿਜ਼ਮ ਸੀ ਪੰਜਾਬ ਵਿੱਚ ਜਾਂ ਦਿੱਲੀ ਤੇ ਦਿੱਲੀ ਤੋਂ ਬਾਹਰ ਸਿੱਖਾਂ ਦੇ ਕਤਲੇਆਮ ਦਾ, ਜੀ 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 ਠੀਕ ਹੈ ਨਾ, ਬਿਲਕੁਲ ਜੀ। ਔਰ ਇੱਕ ਤਰ੍ਹਾਂ ਨਾਲ ਇਹ ਸਾਰਾ ਪੋਲੀਟੀਕਲੀ ਮੋਟੀਵੇਟਡ ਹੈਗਾ, ਸਿੱਖ ਸਿਰਫ ਮੂਰਖ ਬਣਾਇਆ ਜਾ ਰਿਹਾ ਸਿੱਖਾਂ ਨੂੰ, ਉਹਨਾਂ ਦੇ ਜਿਹੜੇ ਜਖਮ ਨੇ
ਉਹਨਾਂ ਨੂੰ ਨਹੀਂ ਕੀਤਾ ਜਾ ਰਿਹਾ। ਹੁਣ ਜੇ ਤੁਸੀਂ ਸੱਜਣ ਕੁਮਾਰ ਵਾਲਾ ਵੀ ਬੀਜੇਪੀ ਸਿਹਰਾ ਲੈਂਦੀ ਹੈ ਨਾ, ਸੱਜਣ ਕੁਮਾਰ ਵਾਲੇ ਕੇਸ 'ਚ ਵੀ ਬੀਜੇਪੀ ਦਾ ਕੋਈ ਹੱਥ ਨਹੀਂ ਹੈਗਾ, ਕੇਸ ਆਪਣੀ ਚਾਲੇ ਚੱਲ ਰਿਹਾ ਸੀ। ਉਹ ਤੋਂ ਸਭ ਤੋਂ ਜ਼ਿਆਦਾ ਅਸੀਂ ਕਹਿ ਸਕਦੇ ਹਾਂ ਵੀ ਜੇ ਕਿਸੇ ਦਾ ਆਪਾਂ ਸਿਹਰਾ ਬੰਨ ਸਕਦੇ ਹਾਂ, ਇੱਕ ਤਾਂ CBI ਦੀ ਜਿਹੜੀ ਜਾਂਚ ਹੈ, ਅਤੇ ਦੂਜਾ ਮਿਸਟਰ RS ਚੀਮਾ ਜਿਹੜੇ CBI ਦੇ ਵਕੀਲ ਸੀਗੇ, ਉਹਨਾਂ ਨੇ ਇਕੱਲਾ ਇਕੱਲਾ ਪੇਜ ਇਕੱਲੀ ਇਕੱਲੀ ਫਾਈਲ ਪੜ੍ਹ ਕੇ ਜੋ ਕੇਸ ਤਿਆਰ ਕੀਤਾ, ਉਹਦੇ ਆਧਾਰ 'ਤੇ ਸੱਜਣ ਕੁਮਾਰ ਨੂੰ ਸਜ਼ਾ ਹੋਈ ਹੈ। ਯਾਨੀ ਸਭ ਤੋਂ ਜ਼ਿਆਦਾ ਜਿਹੜਾ ਹਾਰਡ ਵਰਕ ਆ ਮਿਸਟਰ RS ਚੀਮਾ ਦਾ, ਜਿਹੜੇ CBI ਦੇ ਵਕੀਲ ਸੀ, ਜਿਨ੍ਹਾਂ ਨੇ ਉਹਨਾਂ ਦੀ ਬੇਟੀ ਵੀ ਮੇਰੇ ਖਿਆਲ ਦੱਸਿਆ ਜਾਂਦਾ ਉਹਨਾਂ ਦੇ ਨਾਲ ਕੰਮ ਕਰਦੀ ਆ, ਉਹਨਾਂ ਨੇ ਬਹੁਤ ਜ਼ਿਆਦਾ ਡੀਪਲੀ ਅਨਾਲਿਸਿਸ ਕਰਕੇ ਇਕੱਲੀ ਇਕੱਲੀ FIR ਦਾ, ਪੁਲਿਸ ਦੇ ਰੋਲ ਦਾ, ਏਜੰਸੀਆਂ ਦੇ ਰੋਲ ਦਾ, ਫਿਰ ਉਹ ਅਦਾਲਤ ਦੇ ਸਾਹਮਣੇ ਰੱਖਿਆ, ਤਾਂ ਅਦਾਲਤ ਮਜਬੂਰ ਹੋ ਕੇ ਸੱਜਣ ਕੁਮਾਰ ਨੂੰ ਸਜ਼ਾ ਕਰਨ 'ਚ ਹੋਈ। ਉਹਦੇ 'ਚ BJP ਦਾ ਕੋਈ ਹੱਥ ਨਹੀਂ, ਕੋਈ ਵੀ ਉਹਨਾਂ ਨੇ ਇਨਫਲੂਐਂਸ ਨਹੀਂ ਕੀਤਾ। ਕਿਤੇ ਨਾ ਕਿਤੇ ਹੋ ਸਕਦਾ ਵੀ ਬਚਾਉਣ ਦੀ ਕਾਰਵਾਈ ਹੋਵੇ, ਉੱਦਾਂ BJP ਦਾ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ 'ਚ ਕੋਈ ਯੋਗਦਾਨ ਨਹੀਂ ਹੈ। ਬਿਲਕੁਲ ਜੀ, ਔਰ ਕੋਈ ਪਤਾ ਨਹੀਂ ਕਿ ਜੇ ਸਰਕਾਰ ਦੂਸਰੀ ਬਣ ਜਾਂਦੀ ਹੈ ਤਾਂ ਸੱਜਣ ਕੁਮਾਰ ਆਉਣ ਵਾਲੇ ਦਿਨਾਂ ਦੇ ਵਿੱਚ ਵਾਪਸ ਬਾਹਰ ਵੀ ਆ ਸਕਦਾ ਹੈਗਾ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਕਾਂਗਰਸ ਦੀ, ਕਾਂਗਰਸ ਵੱਲੋਂ ਵੀ ਜਿਹੜਾ ਬਾਰ ਬਾਰ ਇਸ ਤਰ੍ਹਾਂ ਦੇ ਬਿਆਨ ਆਉਂਦੇ ਨੇ। ਹੁਣ ਜਿਹੜੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਨਾਲ ਜੁੜੇ ਹੋਏ ਸੈਮ ਪਤਰੋਦਾ ਨੇ, ਉਹਨਾਂ ਨੇ ਕਿਹਾ ਕਿ 1984 ਦੇ ਵਿੱਚ ਜੋ ਹੋਇਆ ਉਹ ਹੋ ਗਿਆ, ਉਹਦੇ ਬਾਰੇ ਗੱਲ ਨਾ ਕੀਤੀ ਜਾਵੇ। ਤੁਸੀਂ ਉਹਨਾਂ ਦੇ ਇਸ ਬਿਆਨ ਨੂੰ ਕਿਸ ਤਰ੍ਹਾਂ ਲੈਂਦੇ? ਹਾਂਜੀ, ਉਹ ਤਾਂ ਇਹ ਸਮਝਦੇ ਕਹਿੰਦੇ ਕਿਹੜੀ ਕੋਈ ਆਫਤ ਆ ਗਈ ਆ, ਜੋ ਹੋਣਾ ਸੀ ਹੋ ਗਿਆ, ਵੀ ਕੋਈ ਗੱਲ ਨਹੀਂ ਨਾ, ਇਹਦੇ 'ਚ ਕੋਈ ਐਡਾ ਮਸਲਾ ਚੁੱਕਣ ਵਾਲੀ ਗੱਲ ਨਹੀਂ। ਉਹ ਸੀਗਾ ਵੀ ਭਾਰਤੀ ਜਨਤਾ ਪਾਰਟੀ ਵੱਲੋਂ ਰਾਜੀਵ ਗਾਂਧੀ 'ਤੇ ਦੋਸ਼ ਲਾਏ ਗਏ ਸੀ ਜੀ, ਅਤੇ ਉਹ ਕਹਿੰਦਾ ਹੋ ਗਿਆ ਹੋ ਗਿਆ। ਜਿਨ੍ਹਾਂ ਦੇ ਸਾਹਮਣੇ ਬੰਦੇ ਗਲਾਂ 'ਚ ਟਾਇਰ ਪਾ ਕੇ ਮਾਰਤੇ, ਜਿਨ੍ਹਾਂ ਦੇ ਬੰਦੇ ਜਿਉਂਦੇ ਸਾੜੇ ਗਏ ਹੈ ਨਾ, ਛੋਟੇ ਛੋਟੇ ਬੱਚੇ, ਇੱਕ ਉਹ ਜਿਹੜੀ ਬੀਬੀ ਸੀਗੀ ਉਹ ਕਹਿੰਦੀ ਵੀ ਉਹਨਾਂ ਦਾ 31 ਤਰੀਕ ਨੂੰ ਹੀ 2 ਬੱਚੇ ਪੈਦਾ ਹੋਏ ਸੀ ਉਹਨਾਂ ਦੇ ਘਰੇ, ਅਤੇ 2 ਤਰੀਕ ਨੂੰ ਕਤਲ ਕਰ ਦਿੱਤੇ ਗਏ, ਸਿਰਫ 2 ਦਿਨ ਦੇ ਬੱਚੇ ਸੀ। ਉਹ ਕਹਿੰਦੇ ਸਾਨੂੰ ਤਾਂ ਸ਼ਕਲਾਂ ਵੀ ਯਾਦ ਨਹੀਂ ਰਹੀਆਂ ਵੀ ਸਾਡੇ ਬੱਚੇ ਕਿਸ ਤਰ੍ਹਾਂ ਦੇ ਸੀ, ਤਸਵੀਰਾਂ ਵੀ ਹੈ ਨਹੀਂ, ਤਸਵੀਰਾਂ ਵੀ ਹੈ ਨਹੀਂ। ਸੋ ਇਸ ਕਿਸਮ ਦੇ ਜੈਨੋਸਾਈਡ ਨੂੰ ਜਿਹਦੇ ਵਿੱਚ ਪੂਰਾ ਸਿਸਟਮ ਇਨਵੋਲਵ ਹੋਵੇ, ਤੁਸੀਂ ਕਿੰਨੀ ਬੜੇ ਬੜੇ ਢੀਠਤਾਈ ਨਾਲ ਕਹਿ ਦਿਓ ਵੀ ਹਾਂ ਹੋ ਗਿਆ ਹੋ ਗਿਆ, ਕੋਈ ਗੱਲ ਨਹੀਂ, ਭੁੱਲ ਜਾਓ, ਹੈ ਨਾ, ਇੱਦਾਂ ਕਿੱਦਾਂ ਹੋਜੂਗਾ। ਸੋ ਅਸੀਂ ਸਮਝਦੇ ਹਾਂ ਵੀ ਸੈਮ ਪਤਰੋਦਾ ਦਾ ਜਿਹੜਾ ਬਿਆਨ ਹੈ ਬਹੁਤ ਖਤਰਨਾਕ ਹੈ, ਇਹਦੇ ਵਿੱਚ ਜੈਨੋਸਾਈਡਲ ਇੰਪਲਸ ਹੈ। ਜੇ ਇਹ ਜੈਨੋਸਾਈਡਲ ਇੰਪਲਸ ਵੱਧਦੇ ਰਹੇ ਤਾਂ ਅੱਗੇ ਜਾ ਕੇ ਹੋਰ ਲੋਕਾਂ ਦੇ ਜਾਂ ਹੋ ਸਕਦਾ ਸਿੱਖਾਂ ਦੇ ਕਤਲੇਆਮ ਦੁਬਾਰੇ ਹੋ ਸਕਦੇ ਆ। ਬਿਲਕੁਲ ਜੀ, ਔਰ ਜਿਹੜੇ ਹਰਵਿੰਦਰ ਸਿੰਘ ਫੂਲਕਾ ਹੈਗੇ ਨੇ ਐਡਵੋਕੇਟ ਨੇ, ਉਹਨਾਂ ਦਾ ਬਿਆਨ ਆਇਆ ਹੈਗਾ ਕਿ ਜਿਹੜਾ 1984 ਸਿੱਖ ਕਤਲੇਆਮ ਸੀ ਉਹ ਵੈਲ ਪਲੈਂਡ ਸੀ, ਔਰ ਇਸ ਦੇ ਵਿੱਚ ਜਿਹੜਾ PM ਆਫਿਸ ਹੈ ਉਹ ਵੀ ਇਨਵੋਲਵ ਸੀ। ਕਿਸ ਤਰੀਕੇ ਨਾਲ ਲੈਂਦੇ ਹੋ ਤੁਸੀਂ ਫੂਲਕਾ ਜੀ, ਕਾਫੀ ਲੰਬੇ ਸਮੇਂ ਤੋਂ ਇਸ 'ਤੇ ਕੰਮ ਕਰਦੇ ਰਹੇ ਨੇ? ਹਾਂਜੀ ਹਾਂਜੀ, ਬਿਲਕੁਲ ਪਹਿਲੇ ਦਿਨ ਤੋਂ ਹੀ ਆਪਾਂ ਕਹਿ ਸਕਦੇ ਹਾਂ ਹਰਵਿੰਦਰ ਸਿੰਘ ਫੂਲਕਾ ਨੇ ਕੰਮ ਕੀਤਾ ਹੋਇਆ, ਅਤੇ ਉਹਨਾਂ ਨੇ ਹੁਣ ਜਿਹੜੇ ਨਵੇਂ ਆਪਣੀ ਪ੍ਰੈਸ ਕਾਨਫਰੰਸ ਕੀਤੀ ਆ ਉਹਦੇ 'ਚ 2 ਖਾਸ ਕਿਸਮ ਦੇ ਐਵੀਡੈਂਸ ਲੈ ਕੇ ਆਏ ਆ। ਉਹ ਕਹਿੰਦੇ ਵੀ 2 ਤਰੀਕ ਨੂੰ ਹੀ ਸਿੱਖਾਂ ਦਾ ਇੱਕ ਵਫਦ ਆ ਜਿਹੜਾ ਵਕਤ ਦੇ ਗ੍ਰਹਿ ਮੰਤਰੀ ਨਰਸਿੰਮਾ ਰਾਓ ਨੂੰ ਮਿਲਦਾ, ਉਹਨਾਂ ਨੂੰ ਦੱਸਿਆ ਜਾਂਦਾ ਵੀ ਹਾਲਾਤ ਬਹੁਤ ਖਰਾਬ ਹੋ ਰਹੇ ਆ, ਕਤਲੋ ਗਾਰਤ ਬਹੁਤ ਵੱਧ ਗਈ ਹੋਈ ਆ ਦਿੱਲੀ ਵਿੱਚ, ਤੁਸੀਂ ਪ੍ਰਾਈਮ ਮਿਨਿਸਟਰ ਆਫਿਸ ਨਾਲ ਗੱਲ ਕਰਕੇ ਇੱਕਦਮ ਫੌਜ ਨੂੰ ਸੱਦੋ ਇੱਥੋਂ। ਉਹ ਕਹਿੰਦੇ ਵੀ ਨਰਸਿੰਮਾ ਰਾਓ ਨੇ ਲਗਾਤਾਰ ਯਤਨ ਕੀਤਾ ਪ੍ਰਾਈਮ ਮਿਨਿਸਟਰ ਆਫਿਸ ਨਾਲ ਸੰਪਰਕ ਕਰਨ ਦਾ, ਸਾਡੇ ਸਾਹਮਣੇ ਹੀ ਕਹਿੰਦੇ ਬੈਠਿਆਂ ਦੇ ਹੈ ਨਾ, ਜਿਹਨਾਂ ਬੰਦਿਆਂ ਦੇ ਉਹ ਨਾਂ ਲੈਂਦੇ ਆ ਵੀ ਇਹ ਬੰਦੇ ਉੱਥੇ ਗਏ ਸੀ, ਮੇਰੇ ਖਿਆਲ ਸ਼ਾਂਤੀ ਭੂਸ਼ਣ ਉਸ ਵੇਲੇ ਮਿਨਿਸਟਰ ਸੀਗੇ, ਉਹਨਾਂ ਦਾ ਵੀ ਨਾਂ ਉਹਨਾਂ ਨੇ ਲਿਆ ਹੈਗਾ। ਅਤੇ ਕਹਿੰਦੇ ਵੀ ਉੱਥੋਂ ਪ੍ਰਾਈਮ ਮਿਨਿਸਟਰ ਆਫਿਸ 'ਚੋਂ ਕੋਈ ਵੀ ਜਵਾਬ ਨਹੀਂ ਆਇਆ, ਨਾ ਫੋਨ ਚੁੱਕਿਆ ਗਿਆ, ਨਾ ਕੋਈ ਰਿਸਪੋਂਡ ਕੀਤਾ ਗਿਆ। ਬਹੁਤ ਲੰਬੇ ਸਮੇਂ ਤੱਕ ਨਰਸਿੰਮਾ ਰਾਓ ਨੇ ਯਤਨ ਕੀਤਾ, ਫਿਰ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੂੰ ਮਿਲਿਆ ਗਿਆ ਵੀ ਤੁਹਾਨੂੰ ਹੋ ਸਕਦਾ ਰਾਸ਼ਟਰਪਤੀ ਹੋਣ ਦੇ ਨਾਤੇ ਕੁਛ ਪਤਾ ਜਾਂ ਨਹੀਂ ਪਤਾ, ਪਰ ਦਿੱਲੀ ਦੀਆਂ ਗਲੀਆਂ 'ਚ ਬਹੁਤ ਵੱਡਾ ਕਤਲੇਆਮ ਹੋ ਰਿਹਾ ਵੀ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਉਸ ਕਤਲੇਆਮ ਨੂੰ ਰੋਕਣ ਦੀ। ਉਹ ਕਹਿੰਦਾ ਵੀ ਉਹਨਾਂ ਨੇ ਵੀ ਗਿਆਨੀ ਜੈਲ ਸਿੰਘ ਨੇ ਵੀ ਲਗਾਤਾਰ ਯਤਨ ਕੀਤਾ ਪ੍ਰਾਈਮ ਮਿਨਿਸਟਰ ਨਾਲ ਸੰਪਰਕ ਕਰਨ ਦਾ, ਪਰ ਪ੍ਰਾਈਮ ਮਿਨਿਸਟਰ ਦੇ ਆਫਿਸ ਵੱਲੋਂ ਕੋਈ ਰਿਸਪੋਂਸ ਨਹੀਂ ਸੀ। ਇਹਦਾ ਮਤਲਬ ਉਹ ਕਹਿੰਦੇ ਵੀ ਪ੍ਰਾਈਮ ਮਿਨਿਸਟਰ ਆਫਿਸ ਵਾਸ ਇਨਵੋਲਵਡ ਇਨ ਦੈਟ ਜੈਨੋਸਾਈਡ। ਸੋ ਇਹ ਗੱਲਾਂ ਨੇ ਜਿਹੜੀਆਂ ਹਰਵਿੰਦਰ ਸਿੰਘ ਫੂਲਕਾ ਨੇ ਕਹੀਆਂ ਉਹ ਇਸ ਗੱਲ ਨੂੰ ਸਿੱਧ ਕਰਦੀਆਂ ਵੀ ਪੂਰਾ ਸਟਰਕਚਰ ਆ ਜਿਹੜਾ ਉਹ ਮੋਬਲਾਈਜ਼ ਕੀਤਾ ਹੋਇਆ ਸੀ PMO ਵੱਲੋਂ, ਅਤੇ ਰਾਜੀਵ ਗਾਂਧੀ ਆਪ ਉਸ ਕਤਲੇਆਮ ਦੀ ਇਨਡਾਇਰੈਕਟਲੀ ਦੇਖ ਰੇਖ ਕਰ ਰਹੇ ਸੀਗੇ। ਬਿਲਕੁਲ ਜੀ, ਔਰ ਜੇ ਆਪਾਂ ਕਹੀਏ ਕਿ ਜੇ ਉਸ ਟਾਈਮ ਦੀ ਸਰਕਾਰ ਨੇ ਉਦੋਂ ਕੀਤਾ ਹੈਗਾ ਅਤੇ ਜੇ ਹੁਣ ਦੀ ਜਿਹੜੀ ਅੱਜ ਦੀ ਸਰਕਾਰ ਹੈਗੀ ਆ ਇਹ ਵੀ ਉਦੋਂ ਮੌਜੂਦ ਸੀਗੇ, ਕਿੰਨੇ ਕੁ RSS ਵਾਲਿਆਂ ਨੇ, ਕਿੰਨੇ ਕੁ BJP ਵਾਲਿਆਂ ਨੇ ਜਿਹੜਾ ਇਸ ਨੂੰ ਰੋਕਣ ਦੀ ਜਾਂ ਸਿੱਖਾਂ ਦੇ ਹੱਕ ਦੇ ਵਿੱਚ ਖੜੇ ਹੋਣ ਦੀ ਪਿਛਲੇ 35 ਸਾਲਾਂ ਦੇ ਵਿੱਚ ਕੋਸ਼ਿਸ਼ ਕੀਤੀ ਹੈ? ਉਹਦੇ 'ਚੋਂ ਇਹ ਆਇਆ ਜੀ, ਇਹ ਨਹੀਂ ਹੈਗਾ ਵੀ ਕਾਂਗਰਸ ਇਨਵੋਲਵਡ ਸੀ, ਅਤੇ ਕਾਰਵਾ ਮੈਗਜ਼ੀਨ ਨੇ ਜਿਹੜਾ ਉਹਦਾ ਕਾਰਵਾ ਮੈਗਜ਼ੀਨ ਦਾ ਹੁਣੇ ਪ੍ਰਿੰਟ ਆਊਟ ਆ ਮੈਂ ਉਹ ਆਇਆ ਇਸ਼ੂ ਆਇਆ ਜੀ, ਉਹਦੇ ਵਿੱਚ ਉਹਨਾਂ ਨੇ ਨਾਨਾ ਦੇਸ਼ਮੁਖ ਦੇ ਆਰਟੀਕਲ ਦਾ ਨਾ, ਨਾਨਾ ਦੇਸ਼ਮੁਖ ਨੇ 8 ਨਵੰਬਰ ਨੂੰ ਇੱਕ ਪੈਂਫਲੇਟ ਜਾਰੀ ਕੀਤਾ, RSS ਦਾ ਉਹ ਆਈਡੀਆਲੋਗ ਸੀ, ਉਹਨੂੰ ਇਸ ਸਾਲ ਹੀ ਭਾਰਤ ਰਤਨ ਦਿੱਤਾ ਗਿਆ। ਬਿਲਕੁਲ, ਹੈ ਨਾ, ਉਹ ਨਾਨਾ ਦੇਸ਼ਮੁਖ ਨੇ ਕਿਹਾ ਸੀਗਾ ਵੀ ਇਹ ਸਿੱਖਾਂ ਦਾ ਕਤਲੇਆਮ ਬਹੁਤ ਜ਼ਰੂਰੀ ਸੀ, ਇਹ ਕੋਈ ਇੱਕ ਖਾਸ ਪਾਰਟੀ ਵੱਲੋਂ ਨਹੀਂ ਕੀਤਾ ਗਿਆ,
ਪੂਰੀਆਂ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਸੈਟੀਸਫਾਈ ਕਰਨ ਲਈ ਕੀਤਾ ਗਿਆ। ਸਿੱਖਾਂ ਨੂੰ ਸਭ ਸਿਖਾਉਣਾ ਸਮੇਂ ਦੀ ਮੰਗ ਸੀ। ਇਹ ਆਰਐਸਐਸ ਦੇ ਆਈਡੀਆਲੋਗ ਨਾਨਾ ਦੇਸ਼ਮੁਖ ਦਾ ਪੈਂਫਲੇਟ ਆ, ਜਿਹੜਾ 8 ਨਵੰਬਰ ਨੂੰ ਜਦੋਂ ਸਿੱਖਾਂ ਦੇ ਘਰ ਜਲ ਰਹੇ ਸੀ, ਸਿੱਖ ਆਪਣੇ ਬੱਚਿਆਂ ਦੀਆਂ ਲਾਸ਼ਾਂ ਤੇ ਵਹਿਣ ਪਾ ਰਹੇ ਸੀ, ਉਸ ਵੇਲੇ ਇਹ ਪੈਂਫਲੇਟ ਛਾਪ ਕੇ ਵੰਡਿਆ ਗਿਆ ਵੀ ਹਿੰਦੂਆਂ ਦੀਆਂ ਰੂਹਾਂ ਨੂੰ ਖੁਸ਼ ਕਰਨ ਲਈ ਇਹ ਕਤਲੇਆਮ ਬਹੁਤ ਜ਼ਰੂਰੀ ਸੀ ਤੇ ਅਸੀਂ ਇਸ ਦਾ ਸਵਾਗਤ ਕਰਦੇ ਹਾਂ। ਬਿਲਕੁਲ ਜੀ, ਹੁਣ ਇਸ ਕਤਲੇਆਮ ਬਾਰੇ ਜਾਂ ਇਸ ਉਹਨਾਂ ਦੇ ਇਸ ਪੈਂਫਲੇਟ ਬਾਰੇ ਜੋ ਉਹਨਾਂ ਨਾਲ ਦੇਸ਼ਮੁਖ ਨੇ ਕਿਹਾ ਸੀ, ਉਹਦਾ ਅੱਜ ਦੀ ਬੀਜੇਪੀ ਨੇ ਕੀ ਕੀਤਾ? ਉਹਨਾਂ ਨੇ ਪੰਚਾਇਤਾਂ ਨੂੰ ਜਿਹੜੇ ਪੁਰਸਕਾਰ ਦਿੱਤੇ ਉਹਨਾਂ ਨਾਲ ਦੇਸ਼ਮੁਖ ਦੇ ਨਾਂ ਦੇ ਦਿੱਤੇ, ਉਹਨਾਂ ਨੇ ਉਹਨਾਂ ਨੂੰ ਹੋਰ ਵੀ ਜਿਹੜੇ ਸਨਮਾਨ ਦੇ ਨਾਲ ਜਿਹੜਾ ਨਿਵਾਜਿਆ ਹੈਗਾ। ਬੜੀ ਹੀ ਜਿਹੜੀ ਸੋਚਣ ਵਾਲੀ ਗੱਲ ਹੈ ਕਿ ਦੋਵਾਂ ਪਾਰਟੀਆਂ ਨੂੰ ਸਿੱਖਾਂ ਦੇ ਕਤਲੇਆਮ ਨੂੰ ਲੈ ਕੇ ਜਾਂ ਸਿੱਖ ਹਿਰਦਿਆਂ ਦੇ ਨਾਲ ਲੈ ਕੇ ਕੋਈ ਉਹਨਾਂ ਨੂੰ ਸਿੰਪਦੀ ਨਹੀਂ ਹੈ। ਉਹਨਾਂ ਨੂੰ ਸਿਰਫ ਇਹੀ ਹੈ ਕਿ ਅਸੀਂ ਇਹ ਇਲਜ਼ਾਮ ਲਾ ਕੇ ਕਿਹੜੇ ਪਾਸੇ ਜਿਹੜਾ ਅਸੀਂ ਵੋਟਾਂ ਨੂੰ ਹੋਰ ਜ਼ਿਆਦਾ ਤੋਂ ਜ਼ਿਆਦਾ ਆਪਣੇ ਹੱਕ ਵਿੱਚ ਖਿੱਚ ਸਕਦੇ ਹੈਗੇ ਹਾਂ। ਅਤੇ ਹੁਣ ਆਪਾਂ ਚੱਲਦੇ ਹਾਂ ਇਸ ਤੋਂ ਅੱਗੇ। ਕਰਨਾਟਕ ਪੁਲਿਸ ਨੇ ਗੌਰੀ ਲੰਕੇਸ਼ ਦੇ ਕਤਲ ਦੀ ਜਾਂਚ ਜਿਹੜੀ ਹੋ ਰਹੀ ਸੀ ਉਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਇਸ ਦੇ ਤਾਰ ਨੇ ਕਿਤੇ ਨਾ ਕਿਤੇ ਅੱਤਵਾਦੀ ਪ੍ਰਗਿਆ ਸਿੰਘ ਦੇ ਨਾਲ ਜੁੜਦੇ ਹੈਗੇ ਆ, ਜੋ ਇਸ ਟਾਈਮ ਭੋਪਾਲ ਤੋਂ ਚੋਣ ਜਿਹਨਾਂ ਨੇ ਲੜੀ ਹੈਗੀ ਆ। ਕੀ ਕਹੋਗੇ ਅਵਤਾਰ ਸਿੰਘ? ਹਾਂਜੀ ਹਾਂਜੀ, ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਨਾ ਕਰਨਾਟਕਾ ਪੁਲਿਸ ਦੀ, ਉਹਨਾਂ ਨੇ ਪਿਛਲੇ ਦਿਨ ਅਦਾਲਤ ਵਿੱਚ ਜਿਹੜੀ ਸਪਲੀਮੈਂਟਰੀ ਚਲਾਨ ਪੇਸ਼ ਕਰਿਆ ਉਹਦੇ ਵਿੱਚ ਗੌਰੀ ਲੰਕੇਸ਼ ਦਾ ਉਹੀ ਗਰੁੱਪ ਆ ਜਿਹੜਾ ਹਿੰਦੂ ਸਾਹਿਤ ਸੰਗਠਨ ਹੈ ਨਾ ਜਿਹੜਾ, ਉਹੀ ਗਰੁੱਪ ਆ, ਮਤਲਬ ਕਿ ਉਹਨਾਂ ਨੇ ਕਤਲ ਕੀਤੀ। ਉਹ ਬੰਦੇ ਫੜੇ ਗਏ ਨੇ ਜਿਹੜੇ, ਪਰ ਉਹਦੇ ਕਹਿੰਦੇ ਵੀ ਉਹਦੀਆਂ ਤਾਰਾਂ ਨੇ ਹੌਲੀ ਹੌਲੀ ਇਨਡਾਇਰੈਕਟਲੀ ਉੱਥੇ ਪ੍ਰਾਗਿਆ ਸਿੰਘ ਠਾਕੁਰ ਤੱਕ ਜੁੜਦੀਆਂ ਨੇ ਵੀ ਉਹ ਮਾਲੇਗਾਓਂ ਬੰਬ ਧਮਾਕੇ ਵਿੱਚ ਅਤੇ ਇਸ ਕਤਲ ਵਿੱਚ ਉਹ ਸੇਮ ਕਿਸਮ ਦੇ ਬੰਦੇ ਅਤੇ ਸੇਮ ਕਿਸਮ ਦੀਆਂ ਜਿਹੜੀਆਂ ਟੈਕਨੋਲੋਜੀਜ਼ ਆ ਉਹ ਅਪਣਾਈਆਂ ਗਈਆਂ। ਤੋ ਉਹਨਾਂ ਨੇ ਇਹ ਗੱਲ ਜਿਸ ਤਰ੍ਹਾਂ ਹੁਣ ਅਦਾਲਤ ਵਿੱਚ ਜਿੱਦਾਂ ਔਨ ਰਿਕਾਰਡ ਆ ਗਈ ਹੋਈ ਆ ਵੀ ਉਹਦੇ ਵਿੱਚ ਵੀ ਇਨਵੋਲਵਡ ਹੈਗੀ ਆ ਪ੍ਰਾਗਿਆ ਸਿੰਘ ਦਾ ਗਰੁੱਪ ਆ ਜਿਹੜਾ। ਸੋ ਇਹ ਦੇਖੋ ਹੁਣ ਬੀਜੇਪੀ ਨੇ ਉਹਨੂੰ ਟਿਕਟ ਦਿੱਤੀ ਆ ਤੇ ਉਹਨੂੰ ਬਚਾਉਣ ਦੇ ਯਤਨ ਕੀਤੇ ਜਾ ਰਹੇ ਨੇ ਤੇ ਨੈਸ਼ਨਲਿਸਟ ਦੱਸਿਆ ਜਾ ਰਿਹਾ। ਦੂਜੇ ਪਾਸੇ ਅਦਾਲਤਾਂ ਵਿੱਚ ਲਗਾਤਾਰ ਆ ਰਿਹਾ ਵੀ ਸ਼ੀ ਇਜ਼ ਅ ਟੈਰਰਿਸਟ ਲੇਡੀ। ਸੋ ਇਹ ਦੇਖੋ ਵੀ ਆਪਣੇ ਅੱਤਵਾਦੀਆਂ ਨੂੰ ਤੁਸੀਂ ਬਚਾ ਰਹੇ ਹੋ, ਦੂਜਿਆਂ ਦੇ ਦੋਸ਼ ਲਾ ਕੇ ਤੁਸੀਂ ਉਹਨਾਂ ਨੂੰ ਜੇਲ੍ਹਾਂ ਵਿੱਚ ਰੱਖ ਰਹੇ ਹੋ। ਸੋ ਇਹਦਾ ਮਤਲਬ ਟੈਰਰਿਜ਼ਮ ਬਾਰੇ ਤੁਹਾਡੀ ਕੋਈ ਸਮੁੱਚੀ ਪਹੁੰਚ ਨਹੀਂ ਹੈਗੀ ਵੀ ਟੈਰਰਿਜ਼ਮ ਨੂੰ ਐਜ਼ ਇਟ ਇਜ਼ ਖਤਮ ਕਰਨਾ ਹੈ। ਤੁਹਾਨੂੰ ਵੀ ਹਿੰਦੂਆਂ ਦਾ ਟੈਰਰਿਜ਼ਮ ਠੀਕ ਹੈ, ਬਿਲਕੁਲ ਜੀ। ਅਤੇ ਹੁਣ ਆਪਾਂ ਚੱਲਦੇ ਹਾਂ ਪੰਜਾਬ ਦੇ ਵਿੱਚ। ਅਵਤਾਰ ਸਿੰਘ ਜੀ, ਪੰਜਾਬ ਦੇ ਵਿੱਚ ਪਿਛਲੇ ਵੀਕ ਨਾਲੋਂ ਜੇ ਆਪਾਂ ਹੁਣ ਦੀ ਗੱਲ ਕਰੀਏ ਕਿਹੜੀ ਸਿਚੁਏਸ਼ਨ ਉੱਭਰ ਕੇ ਸਾਹਮਣੇ ਆ ਰਹੀ ਹੈ, ਤੁਸੀਂ ਕੀ ਸੋਚਦੇ ਹੈਗੇ? ਹਾਂਜੀ, ਪੰਜਾਬ ਵਿੱਚ ਕੁਛ ਨਾ ਕੁਛ ਤਬਦੀਲੀ ਹੈ ਜਿਹੜੀ ਆਪਾਂ ਦੇਖਣ ਨੂੰ ਇਹ ਕਰ ਸਕਦੇ ਹਾਂ, ਕਿਉਂਕਿ ਕਾਂਗਰਸ ਵਿੱਚ ਕੁਛ ਕਾਫੀ ਉਥਲ ਪੁਥਲ ਹੈ। ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਫੜ ਮਾਰੀ ਸੀ ਵੀ ਅਸੀਂ 13 ਦੀਆਂ 13 ਸੀਟਾਂ ਜਿੱਤਣਾਂਗੇ, ਕਿਤੇ ਨਾ ਕਿਤੇ ਉਹਦੇ ਚੋਂ 3-4 ਸੀਟਾਂ ਜਾਂਦੀਆਂ ਘੱਟ ਰਹੀਆਂ ਤੇ ਈਵਨ ਕੇਂਦਰ ਦੀ ਜਿਹੜੀ ਉਹਨਾਂ ਦੀ ਸੈਂਟਰਲ ਲੀਡਰਸ਼ਿਪ ਹੈ ਉਹਨੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਟਣਕਾ ਕੇ ਪੁੱਛਿਆ ਵੀ ਤੁਸੀਂ ਕਿੱਥੇ ਖੜੇ ਹੋ, ਤਾਂ ਹੁਣ ਉਹ 13 ਵਾਲੀ ਵੜਕ ਹੈ ਜਿਹੜੀ ਉਹ ਘੱਟ ਗਈ ਹੋਈ ਹੈ। ਤੇ ਉਹਦੇ 'ਚੋਂ ਅਸੀਂ ਦੇਖ ਰਹੇ ਹਾਂ ਵੀ ਫਿਰੋਜ਼ਪੁਰ 'ਚੋਂ ਸੁਖਬੀਰ ਸਿੰਘ ਬਾਦਲ ਆ ਜਿਹੜੇ ਉਹ ਅੱਗੇ ਜਾ ਰਹੇ ਨੇ, ਹਾਂ ਉਹ ਅੱਗੇ ਜਾ ਰਹੇ ਆ ਤੇ ਸੀਟ ਕੱਢ ਸਕਦੇ ਆ, ਕੋਈ ਵੱਡੀ ਗੱਲ ਨਹੀਂ ਉਹਨਾਂ ਲਈ, ਕੋਈ ਵੱਡੀ ਚੁਣੌਤੀ ਨਹੀਂ। ਉਹਦਾ ਕਾਰਨ ਇਹ ਹੈਗਾ ਵੀ ਫਿਰੋਜ਼ਪੁਰ 'ਚੋਂ ਕੋਈ ਤੀਜੀ ਧਿਰ ਦਾ ਕੋਈ ਖਾਸ ਮਜ਼ਬੂਤ ਕੈਂਡੀਡੇਟ ਨਹੀਂ, ਜਿਹਨੇ ਪੰਥਕ ਵੋਟ ਖਿੱਚਣੀ ਸੀ, ਜਿਹੜੀ ਪੰਥਕ ਵੋਟ ਟੁੱਟ ਕੇ ਤੀਜੀ ਧਿਰ ਨੂੰ ਪੈਣੀ ਸੀ ਉਹਦੇ 'ਚੋਂ ਸੁਖਬੀਰ ਬਾਦਲ ਦੀਆਂ ਵੋਟਾਂ ਜਿਹੜੀਆਂ ਘਟਣੀਆਂ ਸੀ ਉਹ ਕੋਈ ਨਹੀਂ ਹੈਗਾ, ਸਿਰਫ ਦੋ ਇਹ ਆਹਮੋ ਸਾਹਮਣੇ ਦੋ ਹੀ ਪਾਰਟੀਆਂ ਨੇ। ਜਦੋਂ ਦੋਵੇਂ ਆਹਮੋ ਸਾਹਮਣੇ ਆ ਉਹਦੇ 'ਚੋਂ ਐਡਵਾਂਟੇਜ ਤੇ ਸੁਖਬੀਰ ਸਿੰਘ ਜਿਸ ਤਰ੍ਹਾਂ ਦਾ ਉਹਨਾਂ ਦੀ ਮੈਨੇਜਮੈਂਟ ਹੈਗੀ ਆ ਜੰਗ ਲੜਨ ਦੀ, ਇਲੈਕਸ਼ਨਾਂ ਦੀ ਜੰਗ ਲੜਨ ਦੀ, ਖਾਸ ਕਰਕੇ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਤੇ ਮਜੀਠੀਆ ਉਹਨਾਂ ਦੀ, ਤੇ ਉਹਦੇ 'ਚੋਂ ਅਸੀਂ ਉਹਨਾਂ ਦਾ ਅਪਰ ਹੈਂਡ ਕਹਿ ਸਕਦੇ ਹਾਂ। ਤੇ ਦੂਜਾ ਜਿਹੜਾ ਜਗਮੀਤ ਸਿੰਘ ਬਰਾੜ ਨੂੰ ਉਹਨਾਂ ਨੇ ਰਲਾਇਆ ਸੁਖਬੀਰ ਸਿੰਘ ਬਾਦਲ ਦੇ ਕਾਗਜ਼ ਭਰਨ ਤੋਂ ਪਹਿਲਾਂ ਜੀ, ਉਹ ਹੈਗਾ ਵੀ ਜਗਮੀਤ ਸਿੰਘ ਬਰਾੜ ਦਾ ਲਾਹੌਰੀ ਭਾਈਚਾਰੇ ਜਿਹੜੇ ਪਾਕਿਸਤਾਨ ਤੋਂ ਉੱਠ ਕੇ ਆਏ ਹੋਏ ਆ ਨਾ, ਉਹਦੀਆਂ ਮੇਰੇ ਖਿਆਲ 3-3.5 ਲੱਖ ਵੋਟ ਹੈਗੀ ਆ, ਉਹ ਲਾਹੌਰੀ ਭਾਈਚਾਰਾ ਜਿਹੜਾ ਉਹ ਜਗਮੀਤ ਸਿੰਘ ਬਰਾੜ ਦੇ ਪ੍ਰਭਾਵ ਹੇਠ ਹੈ, ਮਤਲਬ ਉਹ ਇਨਫਲੂਐਂਸ ਕਰਦੇ ਆ। ਹਾਂਜੀ, ਉਹ ਪ੍ਰਭਾਵ ਕਰਦੇ, ਹੁਣ ਉਹ ਕਿੰਨਾ ਪ੍ਰਭਾਵ ਕਰ ਸਕਦੇ ਆ, ਹੁਣ ਨਹੀਂ ਜਗਮੀਤ ਸਿੰਘ ਬਰਾੜ ਵਰਗਾ ਜਿਹੜਾ ਉਹਨਾਂ ਦਾ ਇੱਕ ਤਰ੍ਹਾਂ ਨਾਲ ਰਾਜਸੀ ਦੁਸ਼ਮਣ ਸੀ, ਉਹਨੂੰ ਵਿੱਚ ਰਲਾ ਲੈਣਾ, ਉਹਨੂੰ ਅਕਾਲੀ ਦਲ ਵਿੱਚ ਲੈ ਆਉਣਾ, ਇਹਦਾ ਮਤਲਬ ਉਹਨਾਂ ਨੇ ਬਹੁਤ ਵੱਡੀ ਖੇਡ ਖੇਡੀ ਆ ਦੋਵਾਂ ਬਾਦਲ ਪਿਓ ਪੁੱਤਾਂ ਨੇ। ਸੋ ਇਸ ਚੱਕਰ 'ਚ ਹੁਣ ਜਗਮੀਤ ਸਿੰਘ ਬਰਾੜ ਕਿੰਨਾ ਇਨਫਲੂਐਂਸ ਕਰਦਾ, ਉਹ ਕਿੰਨੀਆਂ ਜਿਹੜੀਆਂ ਲਾਹੌਰੀਆਂ ਦੀਆਂ ਵੋਟਾਂ ਤੋੜਦਾ, ਤੇ ਆ ਜਿਹੜੀ ਪੰਥਕ ਧਿਰਾਂ ਨੇ ਉਹ ਕਿਸ ਕਿਸਮ ਦਾ ਮੁਹਾਜ ਉੱਥੇ ਖੜਾ ਕਰਦੇ ਆ ਅਗਲੇ 5-6 ਦਿਨਾਂ 'ਚ, ਬਿਲਕੁਲ ਜੀ। ਔਰ ਕਾਫੀ ਇੰਟਰਸਟਿੰਗ ਰਹੇਗਾ ਜਿਹੜਾ ਫਿਰੋਜ਼ਪੁਰ ਸੀਟ ਦਾ ਮੁਕਾਬਲਾ। ਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਗੁਰਦਾਸਪੁਰ ਤੋਂ ਸਨੀ ਦਿਓਲ ਖੜੇ ਹੈਗੇ ਨੇ, ਤੇ ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਬਾਲਾਕੋਟ ਦੇ ਏਅਰ ਸਟ੍ਰਾਈਕ ਬਾਰੇ, ਤੇ ਉਹਨਾਂ ਨੇ ਕਿਹਾ ਉਹ ਕੀ ਹੈ ਮੈਨੂੰ ਇਹਦੇ ਬਾਰੇ ਪਤਾ ਨਹੀਂ ਹੈਗਾ, ਕਹਿਣ ਦਾ ਉਹਨਾਂ ਦਾ ਮਤਲਬ ਇਹ ਸੀਗਾ। ਅਵਤਾਰ ਸਿੰਘ ਜੀ, ਕੀ ਕਹੋਗੇ ਤੁਸੀਂ ਇਸ ਦੇ ਬਾਰੇ? ਹਾਂਜੀ ਹਾਂਜੀ, ਹੁਣ ਤੁਸੀਂ ਇਹ ਦੇਖ ਲਓ ਵੀ ਜਿਹੜੇ ਬੰਦੇ ਨੂੰ ਇੱਕ ਇੰਨੇ ਵੱਡੇ ਮੁੱਦੇ ਦਾ, ਹਾਲਾਂਕਿ ਜਿਹਨੂੰ ਭਾਰਤੀ ਜਨਤਾ ਪਾਰਟੀ ਨੇ ਆਪਣਾ ਚੋਣ ਮੁੱਦਾ ਬਣਾਇਆ ਹੋਇਆ,
ਉਹਦੇ ਬਾਰੇ ਸਾਰੀਆਂ ਇਲੈਕਸ਼ਨਾਂ ਉਹ ਬਾਲਕੋਟ ਏਅਰ ਸਟ੍ਰਾਈਕ ਤੇ ਕਰ ਰਹੀ ਆ ਤੇ ਉਹਨਾਂ ਦੇ ਗੁਰਦਾਸਪੁਰ ਤੋਂ ਕੈਂਡੀਡੇਟ ਨੂੰ ਇਹ ਨਹੀਂ ਪਤਾ ਵੀ ਬਾਲਕੋਟ ਏਅਰ ਸਟ੍ਰਾਈਕ ਹੈ ਕੀ ਆ ਵੀ ਉਹ ਕੀ ਹੋਇਆ ਕੀ ਉਹ ਕੁਝ ਵੀ ਡੈਫੀਨੇਸ਼ਨ ਨਹੀਂ ਪਤਾ ਜੀ 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 ਹਨਾ ਮਤਲਬ ਕਿ ਉਹ ਆਪਣੇ ਫਿਲਮੀ ਹੀਰੋ ਆਪਣੇ ਜਿਹੜੇ ਡਾਇਲੌਗ ਆ ਉਹੀ ਬੋਲ ਬੋਲ ਕੇ ਲੋਕਾਂ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਆ ਰੋਡ ਸ਼ੋਅ ਵਗੈਰਾ ਕਰ ਰਹੇ ਨੇ ਕਿਸੇ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ 'ਚ ਜਾ ਕੇ ਉਹ ਇਸ ਤਰ੍ਹਾਂ ਦਾ ਨਹੀਂ ਕਰ ਰਹੇ ਸਜੈਸਟ ਉਹੀ ਆ ਵੀ ਫਿਲਮੀ ਡਾਇਲੌਗ ਬੋਲ ਰਹੇ ਨੇ ਉਹਨਾਂ ਨੂੰ ਲੱਗਦਾ ਵੀ ਫਿਲਮੀ ਡਾਇਲੌਗਸ ਦੇ ਆਧਾਰ 'ਤੇ ਹੀ ਲੋਕ ਵੋਟ ਪਾ ਦੇਣਗੇ ਵੈਸੇ ਹੋਇਆ ਵੀ ਇਸ ਤਰ੍ਹਾਂ ਹੀ ਆ ਗੁਰਦਾਸਪੁਰ ਦੇ ਲੋਕਾਂ ਨੇ 20 ਸਾਲ ਇੱਕ ਇਹੋ ਜਿਹੇ ਬੰਦੇ ਨੂੰ ਵੋਟਾਂ ਪਾਈ ਰੱਖੀਆਂ ਜਿਨ੍ਹਾਂ ਨੂੰ ਉਹਨੇ ਕਦੀ ਦੇਖਿਆ ਨਹੀਂ ਸੀ ਉਹ ਸਾਰੀ ਉਮਰ ਗੁਰਦਾਸਪੁਰ ਨਹੀਂ ਵੜਿਆ ਆ ਕੇ ਤੇ ਮੈਨੂੰ ਲੱਗਦਾ ਵੀ ਕਿਤੇ ਉਹੀ ਗਲਤੀ ਹੁਣ ਗੁਰਦਾਸਪੁਰ ਵਾਲੇ ਦੁਬਾਰੇ ਨਾ ਕਰ ਲੈਣ ਵੀ ਇੱਕ ਧਰਮਿੰਦਰ ਦਾ ਮੁੰਡਾ ਜੀ ਨਾ ਕੋਈ ਜਾਣੇ ਨਾ ਪਛਾਣੇ ਉਹਨਾਂ ਨੂੰ ਚਾਹੀਦਾ ਕਿਸੇ ਵੀ ਲੋਕਲ ਲੀਡਰ ਨੂੰ ਵੋਟ ਪਾਉਣ ਜਿਹੜਾ ਘੱਟੋ ਘੱਟ ਐਕਸੈਸੀਬਲ ਹੋਵੇ ਅਸੀਂ ਤਾਂ ਵਾਰ ਵਾਰ ਇਸ ਪ੍ਰੋਗਰਾਮ 'ਚ ਕਹਿ ਰਹੇ ਹਾਂ ਵੀ ਜਿਹੜਾ ਤੁਹਾਨੂੰ ਘੱਟੋ ਘੱਟ ਚੰਡੀਗੜ੍ਹ ਹੀ ਬੈਠਾ ਹੋਵੇ ਐਂ ਤਾਂ ਨਾ ਹੋਵੇ ਭੱਜ ਕੇ ਬੰਬੇ ਚਲੇ ਜਾਵੇ ਦਿੱਲੀ ਤੋਂ ਵੀ ਦੂਰ ਚਲੇ ਜਾਵੇ ਉਹਨੂੰ ਤਾਂ ਦਿੱਲੀ ਆਉਣਾ ਵੀ ਔਖਾ ਹੋ ਜਾਣਾ ਤੁਸੀਂ ਦਿੱਲੀ ਵੀ ਨਹੀਂ ਮਿਲ ਸਕਦੇ ਉਹਨਾਂ ਨੂੰ ਘੱਟੋ ਘੱਟ ਚੰਡੀਗੜ੍ਹ ਤੱਕ ਤਾਂ ਐਕਸੈਸੀਬਲ ਹੋਵੇ ਨਾ ਬੰਦਾ ਵੀ ਚਲੋ ਜਾ ਕੇ ਆਪਣੀਆਂ ਉਹਦੇ ਲਈ ਕਰ ਲਿਆ ਜਾਵੇ ਬਿਲਕੁਲ ਜੀ ਔਰ ਇਸ ਦੇ ਨਾਲ ਨਾਲ ਸੰਨੀ ਦਿਓਲ ਦੇ ਖਿਲਾਫ਼ ਜਿਹੜੀ ਇੱਕ ਪ੍ਰੈਸ ਕਾਨਫਰੰਸ ਉਹਨਾਂ ਦੇ ਪਿੰਡ ਵਾਲਿਆਂ ਨੇ ਸਾਹਨੇਵਾਲ ਵਾਲਿਆਂ ਨੇ ਉਹਨਾਂ ਨੇ ਕੀਤੀ ਹੈਗੀ ਉਹਨਾਂ ਨੇ ਕਿਹਾ ਕਿ ਇਹ ਪਿਓ ਪੁੱਤ ਜਿਹੜੇ ਹੈਗੇ ਇਹ ਸਾਡੇ ਪਿੰਡ ਦੇ ਨਹੀਂ ਹੋ ਸਕੇ ਅਤੇ ਗੁਰਦਾਸਪੁਰ ਵਾਲਿਆਂ ਦੇ ਕੀ ਹੋਣਗੇ ਅਵਤਾਰ ਸਿੰਘ ਜੀ ਕੀ ਕਹੋਗੇ ਕੋਈ ਆਪਸੀ ਦੁਸ਼ਮਣੀ ਕਰਕੇ ਨਹੀਂ ਦੁਸ਼ਮਣੀ ਕੋਈ ਨਹੀਂ ਜੀ ਅਸਲ 'ਚ ਇਹ ਘੁਮਾਇਆ ਜਾਂਦਾ ਵੀ ਜਿਹੜਾ ਨਾ ਧਰਮਿੰਦਰ ਦਾ ਪਿੰਡ ਸਾਹਨੇਵਾਲ ਆ ਸਾਹਨੇਵਾਲ ਨਹੀਂ ਹੈਗਾ ਪਿੰਡ ਉਹਨਾਂ ਦਾ ਡਾਂਗੋ ਅਸਲੀ ਸਾਹਨੇਵਾਲ ਦੇ ਲਾਗੇ ਨਾ ਲੁਧਿਆਣਾ ਡਾਂਗੋ ਪਿੰਡ ਆ ਐਕਚੁਅਲੀ ਉਹ ਡਾਂਗੋ ਪਿੰਡ ਦੇ ਆ ਤੇ ਡਾਂਗੋ ਪਿੰਡ ਦੇ ਬਛਿੰਦਿਆਂ ਨੇ ਇਹ ਪ੍ਰੈਸ ਕਾਨਫਰੰਸ ਕੀਤੀ ਉਹ ਕਹਿੰਦੇ ਵੀ ਸਾਰੀ ਉਮਰ ਹੋ ਗਈ ਇਹਨਾਂ ਨੂੰ ਪਿੰਡ ਛੱਡੇ ਨੂੰ ਹਨਾ ਪਿੰਡ ਵੀ ਜਦੋਂ ਦਾ ਧਰਮਿੰਦਰ ਪਿੰਡ ਛੱਡ ਕੇ ਗਿਆ ਇਹਨੇ ਪਿੰਡ 'ਚ 10 ਇੱਟਾਂ ਨਹੀਂ ਲਵਾਈਆਂ ਮਤਲਬ ਕਿ ਸਾਰੀ ਉਮਰ ਮਤਲਬ ਕਿ ਕਦੀ ਪਿੰਡ 'ਚ ਆ ਕੇ ਨਹੀਂ ਵੜਿਆ ਤੇ ਜਿਹੜਾ ਬੰਦਾ ਕਹਿੰਦੇ ਵੀ ਆਪਣੇ ਪਿੰਡ ਦਾ ਜਿੱਥੋਂ ਜੰਮਿਆ ਪੜਿਆ ਉੱਥੋਂ ਦਾ ਨਹੀਂ ਹੋ ਸਕਿਆ ਵੀ ਤੁਹਾਡੇ ਉੱਥੇ ਗੁਰਦਾਸਪੁਰ ਜਾ ਕੇ ਕੀ ਕਰ ਦੋਗੇ ਉਹ ਕਹਿੰਦੇ ਵੀ ਕਦੀ ਵੀ ਇਹ ਪਿੰਡ ਨਹੀਂ ਆਏ ਕਦੀ ਪਿੰਡ ਦਾ ਭੁਰਾ ਬਲਾ ਉਹਨਾਂ ਨੇ ਸੋਚਿਆ ਇਹਨਾਂ ਨੇ ਆਹ ਨਲਕੇ ਨਲਕੇ ਪੱਟਣ ਵਾਲੀ ਜਿਹੜੀ ਡਰਾਮੇਬਾਜ਼ੀ ਕਰਦੇ ਕਦੀ ਇੱਕ ਵੀ ਟੂਟੀ ਤੱਕ ਨਹੀਂ ਲਵਾਈ ਇਹਨਾਂ ਨੇ ਪਿੰਡ 'ਚ ਆ ਕੇ ਕਹਿੰਦੇ ਵੀ 2013 'ਚ ਕਿਸੇ ਫਿਲਮ ਦੀ ਸ਼ੂਟਿੰਗ ਦੇ ਮਾਮਲੇ 'ਚ ਇੱਥੇ ਆਇਆ ਸੀ ਸਾਨੂੰ ਐਂ ਲੱਗਿਆ ਵੀ ਸਾਡੇ ਪਿੰਡ ਦਾ ਹੈਗਾ ਵੀ ਚਲੋ ਲੈ ਆਈਏ ਸ਼ਾਇਦ ਕੋਈ ਪਿੰਡ ਦੀ ਦੇਖਭਾਲ ਹੀ ਕਰ ਦੂਗਾ ਅਸੀਂ ਪਿਆਰ ਸਤਿਕਾਰ ਨਾਲ ਜੀਪ 'ਚ ਬਿਠਾ ਕੇ ਲਿਆ ਕਹਿੰਦੇ ਚਾਹ ਪਾਣੀ ਪੀ ਕੇ ਚੱਲਦਾ ਬਣਿਆ ਮਤਲਬ ਕਿ ਕੁਛ ਵੀ ਨਹੀਂ ਇਹਨਾਂ ਨੇ ਸਾਰੀ ਉਮਰ ਕਹਿੰਦੇ ਪਿੰਡਾਂ ਤੁਸੀਂ ਇਕੱਲੇ ਧਰਮਿੰਦਰ ਦੀ ਗੱਲ ਨਹੀਂ ਬਾਕੀ ਦੇ ਕਿੰਨੇ ਪੰਜਾਬੀ ਫਿਲਮ ਇੰਡਸਟਰੀ ਦੇ ਆ ਜਤਿੰਦਰ ਉਹਨੀਆਂ ਰਿਸ਼ੀ ਕਪੂਰ ਵਾਲਿਆਂ ਦੀ ਫੈਮਿਲੀ ਹੈ ਸਾਰੀ ਪੰਜਾਬੀ ਫੈਮਿਲੀ ਹੈ ਵਿਨੋਦ ਖੰਨਾ ਮਤਲਬ ਕਿੰਨੇ ਜ਼ਿਆਦਾ ਨੇ ਵੀ ਜਤਿੰਦਰ ਦੀਆਂ ਵੀ ਜਿਹੜਾ ਪੰਜਾਬ ਨਾਲ ਜੋੜੀ ਜਾਂਦੇ ਨੇ ਨਾ ਵੀ ਮਤਲਬ ਕਿ 90% ਤੱਕ ਪੰਜਾਬ ਦੀ ਪੰਜਾਬ ਦੇ ਲੋਕਾਂ ਨੇ ਹਿੰਦੀ ਫਿਲਮ ਇੰਡਸਟਰੀ 'ਤੇ ਰਾਜ ਕਰਿਆ ਕਿਸੇ ਨੇ ਪੰਜਾਬ ਕਿਸੇ ਨੂੰ ਨਹੀਂ ਪਤਾ ਵੀ ਪੰਜਾਬ ਦੇ ਕੀ ਹਾਲਾਤ ਨੇ ਪੰਜਾਬ 'ਚ ਕਿੰਨਾ ਖਤਮ ਕਿਸਾਨੀ ਕਿੱਥੇ ਤੱਕ ਪਹੁੰਚ ਗਈ ਹੋਈ ਆ ਇੱਥੇ ਕਿੰਨਾ ਨੌਜਵਾਨਾਂ ਦਾ ਕਤਲੇਆਮ ਹੋਇਆ ਦੋਵੇਂ ਪਾਸੇ ਗੋਲੀਆਂ ਚੱਲੀਆਂ ਨੇ ਦੋਵੇਂ ਪਾਸੇ ਨੁਕਸਾਨ ਹੋਇਆ ਕਿਸੇ ਨੇ ਮਲਮ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸਿੱਖਾਂ ਦੇ ਹਿਰਦੇ ਬਲੁੰਦਰੇ ਗਏ ਸਗੋਂ ਦੂਜੇ ਬੰਨੇ ਜਾ ਕੇ ਇਹ ਕਹਿ ਕੇ ਨਮਜਣਾ ਕਿ ਸੁਪਰ ਕੌਪ ਸੀ ਹਾਂਜੀ ਹਾਂ ਸੁਪਰ ਕੌਪ ਮਤਲਬ ਕਿ ਜੋ ਕੁਛ ਵੀ ਹੈ ਮਤਲਬ ਕਿ ਸਾਰਾ ਇਸ ਤਰ੍ਹਾਂ ਸੋ ਅਸੀਂ ਸਮਝਦੇ ਹਾਂ ਵੀ ਪੂਰੀ ਫਿਲਮ ਇੰਡਸਟਰੀ ਦਾ ਐਕਟਰਾਂ ਦਾ ਖਾਸ ਕਰਕੇ ਵੀ ਇਹਨਾਂ ਦਾ ਪੰਜਾਬ ਨਾਲ ਕੋਈ ਲਾਗਾ ਦੇਗਾ ਨਹੀਂ ਅਸੀਂ ਗੁਰਦਾਸਪੁਰ ਦੇ ਲੋਕਾਂ ਨੂੰ ਵਾਰ ਵਾਰ ਬੇਨਤੀ ਕਰਦੇ ਹਾਂ ਵੀ ਹੋਰ ਜਿਹਨੂੰ ਕਾਲੇ ਚੋਰ ਨੂੰ ਵੋਟ ਪਾ ਦਿਓ ਅਸੀਂ ਨਹੀਂ ਕਹਿੰਦੇ ਕਿ ਇਹਨੂੰ ਜਿਤਾਓ ਹੈ ਨਾ ਪਰ ਇਹਨਾਂ ਨੂੰ ਨਾ ਪਾਇਓ ਇਹਨਾਂ ਨੇ ਕਦੀ ਵੀ ਤੁਹਾਡੇ ਦੁੱਖ ਸੁੱਖ ਵਿੱਚ ਆ ਕੇ ਖੜੇ ਨਹੀਂ ਬਿਲਕੁਲ ਜੀ ਔਰ ਗਰਾਊਂਡ ਰਿਐਲਿਟੀ ਹੈ ਕਿ ਇਹ ਲੋਕ ਔਰ ਦੂਜੀ ਗੱਲ ਅਵਤਾਰ ਸਿੰਘ ਜੀ ਇੱਕ ਹੋਰ ਹੈਗੀ ਆ ਜੇ ਆਪਾਂ ਸੋਚੀਏ ਵੀ ਜੇ ਇਹਨੂੰ ਟਿਕਟ ਬੀਜੇਪੀ ਨੇ ਦੇਣੀ ਹੀ ਸੀ ਤੇ ਇਹਨੂੰ ਟਿਕਟ ਉਹਨਾਂ ਨੇ ਮਹਾਰਾਸ਼ਟਰ ਤੋਂ ਕਿਉਂ ਨਹੀਂ ਦੇਣੀ ਸੀ ਹਾਂਜੀ ਉੱਥੋਂ ਦੇਣੀ ਚਾਹੀਦੀ ਉੱਥੋਂ ਦੇ ਲੋਕ ਫਿਰ ਜ਼ਿਆਦਾ ਸਮਝਦਾਰ ਉਹਨਾਂ ਨੇ ਵੋਟ ਨਹੀਂ ਸੀ ਪਾਉਣੀ ਬਿਲਕੁਲ ਬਿਲਕੁਲ ਉਹਨਾਂ ਨੂੰ ਪਤਾ ਹੈਗਾ ਵੀ ਇਹਨਾਂ ਨੇ ਕਿੱਥੇ ਕੰਮ ਕੁੰਮ ਤਾਂ ਕੋਈ ਕਰਨਾ ਨਹੀਂ ਹੈਗਾ ਜੀ ਹਾਂਜੀ ਤੇ ਹੁਣ ਇਸ ਤੋਂ ਬਾਅਦ ਅੱਗੇ ਆਪਾਂ ਚੱਲਦੇ ਹਾਂ ਕਿ ਜਦੋਂ ਦੇ ਇਲੈਕਸ਼ਨ ਚੱਲੇ ਹੈਗੇ ਆ ਕਾਫੀ ਸਾਰੀ ਜਿਹੜੀ ਰੂਡਨੈਸ ਹੈਗੀ ਆ ਇੱਕ ਪਾਸੇ ਆਪਾਂ ਦੇਖੀਏ ਕਿ ਜਿਹੜੇ ਨੌਜਵਾਨ ਹੈਗੇ ਜਾਂ ਜਿਹੜਾ ਪੜ੍ਹਿਆ ਲਿਖਿਆ ਵਰਗ ਹੈਗਾ ਉਹ ਸਵਾਲ ਪੁੱਛ ਰਿਹਾ ਹੈਗਾ ਤੇ ਉਹਨਾਂ ਨੂੰ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਉਹਨਾਂ ਦੇ ਥੱਪੜ ਮਾਰੇ ਜਾਂਦੇ ਆ ਉਹਨਾਂ 'ਤੇ ਹਮਲੇ ਕੀਤੇ ਜਾਂਦੇ ਆ ਕੇਸ ਦਰਜ ਕੀਤੇ ਜਾਂਦੇ ਆ ਜੇ ਆਪਾਂ ਗੱਲਬਾਤ ਕਰੀਏ ਬੀਬੀ ਰਜਿੰਦਰ ਕੌਰ ਪੱਠਲ ਦੀ ਉਹਨਾਂ ਨੇ ਇੱਕ ਨੌਜਵਾਨ ਦੇ ਜਿਹੜਾ ਹੈ ਥੱਪੜ ਮਾਰਿਆ ਹੈਗਾ ਔਰ ਕਾਰਨ ਕੀ ਹੈ ਕਿ ਉਹ ਸਵਾਲ ਪੁੱਛ ਰਿਹਾ ਸੀ ਕੀ ਕਹੋਗੇ ਅਵਤਾਰ ਸਿੰਘ ਜੀ ਹਾਂਜੀ ਹਾਂਜੀ ਇੱਕ ਤਾਂ ਆਪਾਂ ਪੋਜ਼ਿਟਿਵ ਸਾਈਨ ਇਹ ਕਰ ਰਹੇ ਹਾਂ ਵੀ ਪਹਿਲੀ ਵਾਰ ਰਾਜਨੀਤਿਕ ਲੀਡਰਾਂ ਨੂੰ ਕੋਈ ਸਵਾਲ ਪੁੱਛਣ ਲੱਗਿਆ ਪੰਜਾਬ 'ਚ ਖਾਸ ਕਰਕੇ ਜੀ ਨਹੀਂ ਪੰਜਾਬ 'ਚ ਇਹ ਸੀਗਾ ਵੀ ਅਕਾਊਂਟੇਬਿਲਟੀ ਕੋਈ ਹੈ ਨਹੀਂ ਸੀ ਰਾਜਨੀਤਿਕ ਲੀਡਰ ਆਉਂਦੇ ਸੀ ਡਰਾਮਾ ਜਿਹਾ ਕਰਕੇ ਚਲੇ ਜਾਂਦੇ ਸੀ ਲੋਕ ਵਿਚਾਰੇ ਇੰਨੇ ਵਾ ਜਿਹੜੇ ਸਾਡੇ ਬਜ਼ੁਰਗ ਸੀ ਇੱਕ ਤਾਂ ਉਹ ਇੰਨੇ ਪੜ੍ਹੇ ਲਿਖੇ ਨਹੀਂ ਸੀ ਉਹਨਾਂ ਨੂੰ ਪਤਾ ਨਹੀਂ ਸੀ ਵੀ ਸਿਚੁਏਸ਼ਨ ਦੇ ਪਿੱਛੇ ਕੀ ਹੁੰਦਾ ਪ੍ਰਕਾਸ਼ ਸਿੰਘ ਬਾਦਲ ਨੇ ਸਾਡੇ ਬਜ਼ੁਰਗਾਂ ਦੇ ਘੱਟ ਪੜ੍ਹੇ ਲਿਖੇ ਹੋਣ ਦਾ ਜਿਹੜਾ ਨਜਾਇਜ਼ ਫਾਇਦਾ ਉਠਾਇਆ ਤੇ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕਰਾ ਕੇ ਉਹਨਾਂ ਦੇ ਮੋਰਚੇ ਲਵਾ ਕੇ ਤੇ ਉਹਨਾਂ ਦੀਆਂ ਜਿਹੜੀਆਂ ਪੰਥਕ ਭਾਵਨਾਵਾਂ ਦਾ ਬਿਲਕੁਲ ਆਪਣੇ
ਸੋ ਉਹਦੇ 'ਚੋਂ ਹੁਣ ਜਿਹੜੇ ਨੌਜਵਾਨ ਨੇ ਉਹ ਜੇ ਸਵਾਲ ਪੁੱਛਣ ਲੱਗੇ ਨੇ ਉਹਨਾਂ ਦੀ ਚੇਤਨਤਾ ਦੀ ਨਿਸ਼ਾਨੀ ਹੈ ਉਹ ਕਿਸੇ ਇੱਕ ਧਿਰ ਨੂੰ ਨਹੀਂ ਸਾਰੀਆਂ ਧਿਰਾਂ ਨੂੰ ਸਾਰੀਆਂ ਧਿਰਾਂ ਦਾ ਸਾਹਮਣੇ ਆਇਆ ਕਿ ਇਕੱਲਾ ਆਪਾਂ ਰਜਿੰਦਰ ਕੌਰ ਪੱਠਲ ਦਾ ਹੀ ਨਹੀਂ ਕਹਿੰਦੇ ਬੀਬੀ ਹਰਸਿਮਰਤ ਕੌਰ ਬਾਦਲ ਉਹਨਾਂ ਦੇ ਨਾਲ ਵੀ ਇੱਦਾਂ ਹੋਇਆ ਹੈਗਾ ਕਿ ਉਹਨਾਂ ਨੂੰ ਇੱਕ ਬਜ਼ੁਰਗ ਨੇ ਸਵਾਲ ਪੁੱਛਿਆ ਅਤੇ ਉਹਨਾਂ ਦਾ ਕੋਈ ਇਹ ਜਵਾਬ ਸੀ ਕਿ ਆਹ ਜਿਹੜਾ ਸਮਾਂ ਹੈਗਾ ਸਵਾਲ ਪੁੱਛਣ ਦਾ ਨਹੀਂ ਹੈਗਾ ਇਲੈਕਸ਼ਨ ਦਾ ਟਾਈਮ ਹੈ ਇਲੈਕਸ਼ਨ ਦੀ ਗੱਲ ਕਰੋ ਅਤੇ ਅੱਗੋਂ ਬਜ਼ੁਰਗ ਉਹ ਕਹਿੰਦਾ ਫਿਰ ਤੈਨੂੰ ਵੋਟਾਂ ਨਹੀਂ ਪੈਂਦੀਆਂ ਹਾਂਜੀ ਉਹੀ ਨਾ ਵੀ ਤੁਸੀਂ 5 ਸਾਲ ਤਾਂ ਸਵਾਲ ਸੁਣਿਆ ਨਹੀਂ ਕੋਈ ਆਪਣੇ ਮੰਤਰੀ ਪਦ ਦੇ ਅਹੁਦੇ 'ਚ ਰਹਿੰਦੇ ਹੋ ਹੁਣ ਜੇ ਆਖਰੀ ਫਿਰ ਲੋਕ ਤੁਹਾਨੂੰ ਵੋਟਾਂ ਕਾਹਤੋਂ ਪਾਉਣ ਜੇ ਤੁਹਾਡੇ ਕੋਲ ਉਹਨਾਂ ਦੇ ਦੁੱਖ ਸੁੱਖ ਸੁਣਨ ਦਾ ਸਮਾਂ ਨਹੀਂ ਫਿਰ ਵਾਈ ਯੂ ਫਿਰ ਕਿਸੇ ਹੋਰ ਨੂੰ ਵੋਟ ਪਾਉਣਗੇ ਨਾ ਉਹ ਜਿਹੜੀ ਇਹ ਪੋਜ਼ਿਟਿਵ ਸਾਈਨ ਆ ਪਰ ਲੀਡਰ ਇੰਨੇ ਡਰੇ ਹੋਏ ਨੇ ਕਿਉਂਕਿ ਅੰਦਰੋਂ ਖਾਲੀ ਨੇ ਕੁਛ ਵੀ ਦੱਸਣ ਨੂੰ ਪੋਜ਼ਿਟਿਵ ਨਹੀਂ ਹੈਗਾ ਬੰਦੇ ਕੋਲ ਕੁਛ ਤਾਂ ਦੱਸਣ ਨੂੰ ਹੋਵੇ ਵੀ ਮੈਂ ਆਹ ਕਰਿਆ ਆ ਹੁਣ ਬੀਬੀ ਜੀ ਕਹਿੰਦੇ ਸੀਗੇ ਵੀ ਐਗਰੋ ਬੇਸ ਇੰਡਸਟਰੀ ਲਾਊਗੀ ਪੰਜਾਬ 'ਚ 5 ਸਾਲ ਲੱਗ ਗਏ ਨਥਿੰਗ ਹੈਪਨਡ ਹੁਣ ਤੁਸੀਂ ਇਹ ਕਹਿ ਰਹੇ ਵੀ ਅਗਲੇ 5 ਸਾਲ ਵੀ ਦੇ ਦਿਓ ਫਿਰ ਲਾਵਾਂਗੇ ਐਂ ਤਾਂ ਤੁਸੀਂ 20-50 ਸਾਲ ਆਏ ਮੰਗੀ ਜਾਓਗੇ ਤੁਸੀਂ ਕਰਕੇ ਦਿਖਾਓ ਪੰਜਾਬ 'ਚ ਐਗਰੋ ਬੇਸ ਇੰਡਸਟਰੀ ਦਾ ਕਿੱਥੇ ਯੂਨਿਟ ਲੱਗਿਆ ਹਨਾ ਸਾਡੀ ਤਾਂ ਫਸਲਾਂ ਰੁੜ ਰਹੀਆਂ ਨੇ ਜੇ ਗੋਭੀ ਲੱਗਦੀ ਆ ਤਾਂ ਗੋਭੀ ਰੁੜ ਜਾਂਦੀ ਆ ਆਲੂ ਲੱਗਦੇ ਆ ਤਾਂ ਆਲੂ ਰੁੜ ਜਾਂਦੇ ਆ ਪਿਆਜ਼ ਲੱਗਦੇ ਤਾਂ ਪਿਆਜ਼ ਰੁੜ ਜਾਂਦੇ ਆ ਲੋਕ ਜਲੰਧਰ ਦੀਆਂ ਗਲੀਆਂ 'ਚ ਦੁੱਧ ਡੋਲਦੇ ਫਿਰਦੇ ਆ ਹਨਾ ਤੁਸੀਂ ਮਤਲਬ ਕਿ ਤੁਸੀਂ ਆਪਣੀ 5 ਸਾਲ ਤੁਹਾਨੂੰ ਵਿਸ਼ਵਾਸ ਕਰਿਆ ਲੋਕਾਂ ਨੇ ਤੁਸੀਂ ਤੁਸੀਂ ਆਪਣੀ ਪਰਫਾਰਮੈਂਸ ਨਹੀਂ ਦੱਸਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਉਲਟਾ ਜਿਹੜਾ ਥੱਪੜ ਮਾਰਦੇ ਹੈਗੇ ਹਾਂਜੀ ਤੇ ਹੁਣ ਇੱਕ ਹੋਰ ਐਮਐਲਏ ਨਾਲ ਹੋਇਆ ਕਾਂਗਰਸ ਦਾ ਐਮਐਲਏ ਸੀ ਵੋਟਾਂ ਮੰਗਣ ਗਿਆ ਜੀ ਉਹਨਾਂ ਨੂੰ ਲੋਕਾਂ ਨੇ ਸਵਾਲ ਪੁੱਛਿਆ ਵੀ ਮਤਲਬ ਕਿ ਅਸੀਂ ਤੁਹਾਡੇ ਕੋਲ ਲਗਾਤਾਰ ਕੰਮ ਲਈ ਆਉਂਦੇ ਰਹੇ ਹਾਂ ਤੇ ਤੁਸੀਂ ਸਾਡਾ ਕੋਈ ਕੰਮ ਤਾਂ ਕਰਿਆ ਨਹੀਂ ਉਹ ਕਹਿੰਦਾ ਵੀ ਰੱਬ ਦੇ ਵਾਸਤੇ ਆ ਮੈਨੂੰ 20 ਦਿਨ ਦੇ ਦਿਓ 20 ਦਿਨਾਂ ਤੋਂ ਬਾਅਦ ਜਿਸ ਤਰ੍ਹਾਂ ਵੀ ਤੁਸੀਂ ਜੋ ਜਿਹੜਾ ਕੰਮ ਕਹੋਗੇ ਹੁਣ ਉੱਥੇ ਲੋਕ ਕਹਿੰਦੇ ਵੀ ਅਸੀਂ ਤੈਨੂੰ 2 ਸਾਲ ਦੇ ਦਿੱਤੇ ਤੂੰ ਐਮਐਲਏ 2 ਸਾਲ ਹੋ ਗਏ ਕਾਂਗਰਸ ਸਰਕਾਰ ਬਣੀ ਤੂੰ ਕੁਛ ਨਹੀਂ ਕਰਿਆ ਹੁਣ 20 ਦਿਨ ਸਾਡੇ ਆ ਜੇ ਤੂੰ ਕੰਮ ਕਰਿਆ ਤਾਂ 3 ਸਾਲਾਂ ਬਾਅਦ ਜਾਂ ਤੂੰ ਆਪਣੀ ਵਿਧਾਨ ਸਭਾ ਲਈ ਆਊਗਾ ਫਿਰ ਦੇਖ ਲਾਂਗੇ ਹਨਾ ਗੱਲ ਠੀਕ ਬਣਦੀ ਹੈ ਨਾ ਇਸੇ ਤਰ੍ਹਾਂ ਸਾਰੇ ਲੀਡਰਾਂ ਨੂੰ ਚਾਹੀਦਾ ਵੀ ਹੁਣ ਤੂੰ 20 ਦਿਨ ਦਾ ਮਤਲਬ ਵੀ ਤੂੰ ਸਾਨੂੰ ਵੋਟਾਂ ਪਾ ਦਿਓ ਤੁਸੀਂ ਫਿਰ ਦੇਖਾਂਗੇ ਉਹ ਕਹਿੰਦੇ ਵੀ ਨਹੀਂ ਅਗਲੇ 20 ਦਿਨ ਸਾਡੇ ਆ ਅਸੀਂ ਵੋਟ ਕਿਹਨੂੰ ਪਾਉਣੀ ਆ ਸਾਡੀ ਮਰਜ਼ੀ ਆ ਹਨਾ ਜੇ ਅਗਲੇ 3 ਸਾਲਾਂ 'ਚ ਕੋਈ ਕੰਮ ਹੋਇਆ ਤਾਂ ਤੈਨੂੰ ਅਗਲੀ ਵਾਰੀ ਐਮਐਲਏ ਬਣਾ ਲਾਂਗੇ ਨਹੀਂ ਉਹ ਵੀ ਹੋਰ ਕਿਸੇ ਨੂੰ ਬਣਾ ਲਾਂਗੇ ਸੋ ਇਹ ਪੋਜ਼ਿਟਿਵ ਸਾਈਨ ਆ ਮਤਲਬ ਇਹ ਟ੍ਰੈਂਡ ਜਿਹੜਾ ਇਹ ਚੱਲਣਾ ਚਾਹੀਦਾ ਹਾਂ ਡੈਮੋਕ੍ਰੇਸੀ 'ਚ ਅਕਾਊਂਟੇਬਿਲਟੀ ਆ ਜਿਹੜੀ ਮਸਟ ਹੈਗੀ ਆ ਈਵਨ ਜਿਹੜੀਆਂ ਪ੍ਰਮੁੱਖ ਡੈਮੋਕ੍ਰੇਸੀਜ਼ ਆ ਨਾ ਉਹਨਾਂ ਵਿੱਚ ਤਾਂ ਇਹ ਸਵਾਲ ਉੱਭਰ ਕੇ ਆ ਰਿਹਾ ਵੀ ਇਹ ਵਾਪਸ ਬੁਲਾਉਣ ਦਾ ਹੱਕ ਹੋਣਾ ਚਾਹੀਦਾ ਹਰੇਕ ਸਾਲ ਨਾ ਵੀ ਜਿਹੜਾ 1 ਸਾਲ ਤੁਸੀਂ ਆਪਣਾ ਚੋਣ ਮੈਨੀਫੈਸਟੋ ਜਿਹੜਾ ਤੁਸੀਂ ਦੇਨੇ ਹੈਗੇ ਜੇ ਉਹ ਤੇ ਕੰਮ ਨਹੀਂ ਕਰਦੇ ਹਾਂਜੀ ਹਾਂਜੀ ਉਹਦੇ ਚੋਂ ਇਹ ਹੈਗਾ ਵੀ ਹਰੇਕ ਸਾਲ ਵੋਟਾਂ ਪੈਣ ਦੁਬਾਰੇ ਜਿੱਦਾਂ ਆਪਣੇ ਲੋਕਲ ਕੌਂਸਲ ਦੀਆਂ ਪੈਣਗੀਆਂ ਉਹ ਐਮਐਲਏ ਨੂੰ ਵਾਪਸ ਬੁਲਾਉਣ ਦਾ ਹੱਕ ਜੇ ਲੋਕ ਸੈਟੀਸਫਾਈਡ ਨਹੀਂ ਹੈਗੇ ਵੋਟ ਪਾਓ ਵੀ ਵਾਪਸ ਬੁਲਾ ਲਓ ਉਹ ਨਹੀਂ ਹੈਗਾ ਵੀ ਨਵਾਂ ਲੱਗਿਆ ਜਾਣਾ ਚਾਹੀਦਾ ਤੇ ਦੂਜਾ ਨਾ ਤੁਸੀਂ ਇਹ ਦੇਖਿਓ ਆ ਜਿਹੜੀਆਂ ਰੈਲੀਆਂ ਵੀ ਨੇ ਨਾ ਤੁਸੀਂ ਕਹਿ ਰਹੇ ਹੋ ਇਹ ਰੈਲੀਆਂ ਵੀ ਬਸ ਆਖਰੀ ਆ ਇਹ ਇਲੈਕਸ਼ਨ ਵੀ ਕਿਉਂਕਿ ਜਿਸ ਤਰ੍ਹਾਂ ਦੇ ਸਿਸਟਮ ਚੱਲ ਰਹੇ ਨੇ ਅਗਲੇ 5 ਸਾਲ ਬਾਅਦ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਉਹਦੇ ਵਿੱਚ ਆ ਰੈਲੀਆਂ ਰੂਲੀਆਂ ਵੀ ਖਤਮ ਹੋ ਜਾਣੀਆਂ ਮਤਲਬ ਕਿ ਸਿਸਟਮ ਇਹ ਲਗਾਤਾਰ ਇਸ ਤਰ੍ਹਾਂ ਤਬਦੀਲ ਹੋ ਰਿਹਾ ਹੁਣ ਨੁੱਕੜ ਮੀਟਿੰਗਾਂ ਵੀ ਪਿੰਡ ਪਿੰਡ ਜਾ ਕੇ 10-10, 20-20, 50-50 ਬੰਦਿਆਂ ਦੀਆਂ ਜਿੱਦਾਂ ਇੱਥੇ ਵੈਸਟਰਨ ਕੰਟਰੀ 'ਚ ਵੀ ਹੁੰਦਾ ਨਾ ਇੱਦਾਂ ਹੀ ਹੋਣ ਗਿਆ ਮਤਲਬ ਪ੍ਰਧਾਨ ਮੰਤਰੀ ਕਿਸੇ ਫੈਕਟਰੀ 'ਚ ਗਈ ਆ 50 ਕੁ ਬੰਦਿਆਂ ਨਾਲ ਗੱਲ ਕਰ ਰਹੀ ਆ ਕਿਸੇ ਕੰਸਟਰਕਸ਼ਨ ਸਾਈਟ 'ਤੇ ਗਈ ਆ ਕਿਸੇ ਹਸਪਤਾਲ 'ਚ ਚਲੇ ਗਈ ਮਤਲਬ ਕਿ ਇਹ ਹੌਲੀ ਹੌਲੀ ਇਸ ਤਰ੍ਹਾਂ ਹੋਣਾ ਹੁਣ ਹਾਲ ਦੀ ਘੜੀ ਹਲੇ ਵੀ ਰੈਲੀਆਂ 'ਚ ਇਸ ਕਰਕੇ ਇਕੱਠ ਆ ਵੀ ਉਹ 500-500 ਰੁਪਇਆ ਦੇ ਕੇ ਦਿਹਾੜੀਦਾਰ ਬੰਦੇ ਲਿਆਂਦੇ ਜਾਂਦੇ ਆ ਉਹ ਹੁਣ ਬਹੁਤੀ ਦੇਰ ਨਹੀਂ ਚੱਲਣਾ ਟ੍ਰੈਂਡ ਇਹ ਇਹ ਵੱਧ ਤੋਂ ਵੱਧ 5-6 ਸਾਲ ਹੋਰ ਚੱਲੂਗਾ ਅਗਲੀਆਂ ਇਲੈਕਸ਼ਨਾਂ ਸ਼ਾਇਦ ਰੈਲੀਆਂ ਵਾਲੀਆਂ ਹੋਣ ਉਹ ਤੋਂ ਬਾਅਦ ਰੈਲੀਆਂ ਵਾਲਾ ਕੰਮ ਖਤਮ ਬਿਲਕੁਲ ਜੀ ਸਪੀਕਰਾਂ ਦਾ ਰੈਲੀਆਂ ਦਾ ਸਾਰਾ ਮਤਲਬ ਕਿ ਇਹ ਬਿਲਕੁਲ ਟ੍ਰੈਂਡ ਚੇਂਜ ਹੋ ਰਿਹਾ ਔਰ ਜਦੋਂ ਆਪਾਂ ਇਸ ਦੀ ਗੱਲ ਕਰਦੇ ਹਾਂ ਜੇ ਆਪਾਂ ਕਹੀਏ ਕਿ ਔਖੇ ਹੋਣ ਦੀ ਜਾਂ ਰੂਥਲੈਨੈਸ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਸਾਰੀਆਂ ਹੀ ਪਾਰਟੀਆਂ ਜਿਹੜੀਆਂ ਇਸ ਦੇ ਵਿੱਚ ਸ਼ਾਮਲ ਨੇ ਇਕੱਲੀ ਕਾਂਗਰਸ ਜਾਂ ਇਕੱਲੀ ਅਕਾਲੀ ਦਲ ਹੀ ਨਹੀਂ ਅਤੇ ਇਸ ਦੇ ਨਾਲ ਨਾਲ ਆਪਾਂ ਗੱਲਬਾਤ ਕਰੀਏ ਕਿ ਹਰਿਆਣਾ ਦੇ ਕੈਬਨਿਟ ਮਿਨਿਸਟਰ ਅਨਿਲ ਵਿਜ ਉਹਨਾਂ ਨੇ ਵੀ ਜਿਹੜਾ ਸ਼ਰੇਆਮ ਜਿਹੜੀ ਹੈ ਗਾਲ ਕੱਢੀ ਹੈਗੀ ਆ ਉੱਥੋਂ ਦੇ ਜਿਹੜੇ ਸਿੱਖ ਜਿਹੜੇ ਉੱਥੇ ਖੜ੍ਹੇ ਹੈਗੇ ਸੀ ਉਹਨਾਂ ਨੂੰ ਗਾਲ ਕੱਢੀ ਕੀ ਕਹੋਗੇ ਅਵਤਾਰ ਸਿੰਘ ਹਾਂਜੀ ਉਹਦਾ ਵਿਰੋਧ ਕਰ ਰਹੇ ਸੀ ਹਰਿਆਣੇ ਦੀ ਆਪਾਂ ਵੀਡੀਓ ਦੇਖੀ ਆ ਵਾਇਰਲ ਹੋਈ ਆ ਵੀ ਉਹ ਵੋਟਾਂ ਮੰਗਣ ਗਿਆ ਸੀ ਉਹੀ ਪਿੰਡ ਵਾਲਿਆਂ ਨੂੰ ਉਜਰ ਸੀਗਾ ਵੀ ਤੁਸੀਂ ਕੁਛ ਕਰਿਆ ਤਾਂ ਹੈ ਨਹੀਂ ਸਾਡੇ ਲਈ ਵੀ ਜੇ ਤੁਸੀਂ ਨਹੀਂ ਕਰਿਆ ਉਹ ਅੱਗੋਂ ਕਿੱਦਾਂ ਮਤਲਬ ਹੈਂਕੜਬਾਜ਼ੀ ਜਿਹੜੀ ਪੂਰੀ ਇਸ ਤਰ੍ਹਾਂ ਉਹ ਮਤਲਬ ਕਿ ਇੱਕ ਤਰ੍ਹਾਂ ਨਾਲ ਹੈਂਕੜਬਾਜ਼ੀ ਜਿਹੜੀ ਇੱਕ ਤਰ੍ਹਾਂ ਨਾਲ ਸਿਆਸੀ ਧੌਂਸ ਆ ਹੰਕਾਰ ਹੈ ਨਾ ਆਪਣੇ ਮੰਤਰੀ ਹੋਣ ਦਾ ਜੀ ਉਹ ਲਗਾਤਾਰ ਉਹਨਾਂ ਦੀ ਬਾਡੀ ਲੈਂਗੁਏਜ 'ਚ ਦਿਖ ਰਿਹਾ ਤੇ ਉਹਨਾਂ ਨੇ ਗਾਲ ਕੱਢੀ ਹੈਗੀ ਆ ਤੇ ਉੱਥੇ ਜਿਹੜਾ ਸਿੱਖਾਂ ਨੇ ਜਾਂ ਹੋਰ ਇਕੱਲੇ ਸਿੱਖ ਨਹੀਂ ਸੀ ਸਾਰੇ ਪਿੰਡੂ ਸੀਗੇ ਜੀ 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 ਵੀ ਰਲਵੇਂ ਮਿਲਵੇਂ ਹਰਿਆਣਵੀ ਨਾਲ ਵੀ ਸੀਗੇ ਉਹਨਾਂ ਨੇ ਜਿਸ ਤਰ੍ਹਾਂ ਉਹਦਾ ਵਿਰੋਧ ਕਰਿਆ ਕਾਫੀ ਤੇ ਪੁਲਿਸ ਨੇ ਉਹਦਾ ਜਿੱਦਾਂ ਜਾਂ ਉਹਨਾਂ ਨੂੰ ਕਰਾਇਆ ਉਹ ਇਹ ਜਿਹੜੀ ਰੂਡਨੈਸ ਹੈ ਵੀ ਇਹ 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 ਲਗਾਤਾਰ ਜਿਹੜੀ ਇੰਡੀਅਨ ਡੈਮੋਕ੍ਰੈਟਿਕ ਫੈਬਰਿਕ ਆ ਜਿਹੜਾ ਜਾਂ ਸਿਸਟਮ ਆ ਜਿਹੜਾ ਉਹਨੂੰ ਖਤਮ ਕਰ ਰਹੀ ਹੈਗੀ ਆ ਲਗਾਤਾਰ ਉਹਦਾ ਕਿਤੇ ਨਾ ਕਿਤੇ ਨੁਕਸਾਨ ਹੋ ਰਿਹਾ
ਵੀ ਉਹ ਫਿਰ ਮਾਲਕ ਬਣ ਜਾਂਦੇ ਆ ਦੇਸ਼ ਦੇ, ਵੀ ਅਸੀਂ ਮਾਲਕ ਹੈਗੇ ਆ, ਤੁਸੀਂ ਕੀੜੇ ਮਕੌੜੇ ਆ, ਜਿਹੜਾ ਜਿਹੜਾ ਇਹ ਇਹ ਭਾਵਨਾ ਆਉਣੀ ਆ ਅਸੀਂ ਸਮਝਦੇ, ਜੀ ਜੀ, ਇਹ ਕਾਫੀ ਖਤਰਨਾਕ ਹੈਗੇ ਪੋਲੀਟੀਕਲ ਜੀ। ਅਤੇ ਜ਼ਰੂਰ ਚੰਗੀ ਗੱਲ ਜਿਹੜੀ ਇਹ ਹੈਗੀ ਆ, ਪੋਜ਼ੀਟਿਵ ਸਾਈਨ ਇਹ ਹੈਗਾ ਕਿ ਲੋਕ ਸਵਾਲ ਤਾਂ ਪੁੱਛਦੇ ਹੈਗੇ ਆ, ਅਤੇ ਲੋਕਾਂ ਨੂੰ ਜ਼ਰੂਰ ਜਿਹੜੇ ਸਵਾਲ ਨੇ ਵੱਧ ਤੋਂ ਵੱਧ ਪੁੱਛਣੇ ਚਾਹੀਦੇ ਨੇ, ਤਾਂ ਕਿ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਨਾ ਕੋਈ ਜਿਹੜੇ ਕੰਮ ਨੇ ਇਲੈਕਸ਼ਨਸ ਤੋਂ ਬਾਅਦ ਵੀ ਜਿਹੜੇ ਹੋਣ। ਹੁਣ ਵੇਲਾ ਹੋ ਗਿਆ ਕਿ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਫਿਰ ਆਪਾਂ ਇਸੇ ਤਰੀਕੇ ਦੇ ਨਾਲ ਪ੍ਰੋਗਰਾਮ ਨਿਊਜ਼ ਪੁਆਇੰਟ ਜਾਰੀ ਰੱਖਾਂਗੇ। ਮਿਲਦੇ ਹਾਂ ਆਪਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਫਿਰ ਇੱਕ ਵਾਰੀ ਆਪ ਜੀ ਦਾ ਸਵਾਗਤ ਹੈ, ਅਤੇ ਹੁਣ ਆਪਾਂ ਗੱਲਬਾਤ ਕਰਨੀ ਹੈ ਅਨੰਦਪੁਰ ਸਾਹਿਬ ਸੀਟ ਦੀ। ਅਨੰਦਪੁਰ ਤੋਂ ਚੰਦੂ ਮਾਜਰਾ ਜੀ ਉਹ ਖੜ੍ਹੇ ਹੈਗੇ ਨੇ ਅਕਾਲੀ ਦਲ ਵੱਲੋਂ, ਅਤੇ ਉਸ ਦੇ ਨਾਲ ਨਾਲ ਜੇ ਆਪਾਂ ਕਹੀਏ ਕਿ ਮਨੀਸ਼ ਤਿਵਾੜੀ ਕਾਂਗਰਸ ਵੱਲੋਂ ਖੜ੍ਹੇ ਹੈਗੇ ਨੇ, ਤੀਸਰੀ ਧਿਰ ਵੱਲੋਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਉਹਨਾਂ ਵੱਲੋਂ ਜਿਹੜੇ ਖੜ੍ਹੇ ਹੈਗੇ ਨੇ ਵੀਰ ਦਵਿੰਦਰ ਸਿੰਘ, ਉਹਨਾਂ ਦਾ ਅਜੇ ਇੰਨਾ ਜ਼ਿਆਦਾ ਆਧਾਰ ਨਹੀਂ ਹੈਗਾ, ਕੀ ਕਹੋਗੇ ਅਵਤਾਰ ਸਿੰਘ ਜੀ? ਹਾਂਜੀ, ਇਹਨਾਂ ਦਾ ਜਿਹੜੀ ਸੀਟ 'ਤੇ ਆਪਾਂ ਦੇਖ ਰਹੇ ਅਨੰਦਪੁਰ ਸਾਹਿਬ ਵਾਲੀ ਕਾਫੀ ਦਿਲਚਸਪ ਸੀਟ ਹੈ। ਪ੍ਰੇਮ ਸਿੰਘ ਚੰਦੂ ਮਾਜਰਾ ਸਿਟਿੰਗ ਐਮ ਪੀ ਨੇ ਜੀ, ਅਤੇ ਮਨੀਸ਼ ਤਿਵਾੜੀ ਆ ਜਿਹੜੇ ਕਾਂਗਰਸ ਦੇ ਸਪੋਕਸਮੈਨ ਰਹੇ ਆ, ਲੁਧਿਆਣਾ ਛੱਡ ਕੇ ਹੁਣ ਅਨੰਦਪੁਰ ਸਾਹਿਬ ਆਏ ਨੇ, ਅਤੇ ਲੁਧਿਆਣਾ ਕਿਉਂਕਿ ਰਮਨੀਤ ਸਿੰਘ ਬਿੱਟੂ ਨੂੰ ਚਲੇ ਗਈ ਆ, ਉਹ ਪਹਿਲਾਂ ਰੋਪੜ ਤੋਂ ਸੀਗੇ, ਹਾਂ ਸੋ ਇਹ ਚੇਂਜ ਹੋਈ ਹੈਗੀ ਆ। ਉਹਦੇ 'ਚੋਂ ਸੋਸ਼ਲ ਮੀਡੀਆ 'ਤੇ ਜਾਂ ਹੋਰ ਵੀ ਕੁਛ ਲੋਕਾਂ ਦੇ ਜਿਹੜੇ ਵਿਚਾਰ ਆ, ਕਾਫੀ ਸਾਰੀਆਂ ਵੀਡੀਓਜ਼ ਆਈਆਂ ਨੇ ਅਤੇ ਉਹ ਬਦਜਨ ਹੋਏ ਹੋਏ ਨੇ ਸਿਸਟਮ ਤੋਂ ਜੀ। ਅਤੇ ਇੱਕ ਤਾਂ ਬਹੁਤ ਸਾਰੇ ਤੁਸੀਂ ਦੇਖੇ, ਪਤਾ ਨਹੀਂ ਤੁਸੀਂ ਵੀ ਦੇਖੀ ਆ ਇੱਕ ਵੀਡੀਓ, ਇੱਕ ਕਿਸੇ ਵੈਬ ਟੀਵੀ ਨੇ ਕੀਤੀ ਹੈਗੀ ਆ ਵੀ ਪਿੰਡਾਂ 'ਚ ਤਾਸ਼ ਖੇਡਦੇ ਅਤੇ ਦੁਕਾਨਦਾਰਾਂ ਨਾਲ ਕੀਤੀ ਹੈ, ਅਤੇ ਉਹ ਸਾਰੇ ਸਤੇ ਪਏ ਆ, ਪ੍ਰੇਮ ਸਿੰਘ ਚੰਦੂ ਮਾਜਰਾ ਦੇ ਵਿਰੁੱਧ ਬੋਲ ਰਹੇ ਆ, ਅਤੇ ਉਹ ਕਹਿੰਦੇ ਵੀ ਅਸੀਂ ਤਾਂ ਰਾਹੁਲ ਗਾਂਧੀ ਨੂੰ ਵੋਟ ਪਾਉਣੀ ਆ, ਜਿੱਦਾਂ ਇਸ ਤਰ੍ਹਾਂ ਦਾ ਟਰੈਂਡ ਆ ਉੱਥੇ। ਹੁਣ ਮੈਂ ਇਹ ਨਹੀਂ ਕਹਿੰਦਾ ਵੀ ਇਹ ਸਾਰੇ ਹਲਕੇ 'ਚ ਇਹ ਟਰੈਂਡ ਆ, ਜਿੰਨੇ ਕੁ ਲੋਕਾਂ ਨਾਲ ਉਹ ਬੰਦਿਆਂ ਨੇ ਗੱਲਬਾਤ, ਈਵਨ ਉਹ ਮੈਨੂੰ ਲੱਗਦਾ ਖਰੜ ਇਲਾਕੇ 'ਚ ਨਾ, ਖਰੜ ਵਿਧਾਨ ਸਭਾ ਇਲਾਕੇ 'ਚੋਂ ਉਹਨਾਂ ਨੇ ਕੀਤੀ ਹੈਗੀ ਆ, ਅਤੇ ਈਵਨ ਉਹ ਹਲਕੇ ਦੇ ਐਮ ਐਲ ਏ ਕੰਵਰ ਸੰਧੂ ਬਾਰੇ ਵੀ ਵੱਧ ਘੱਟ ਬੋਲ ਰਹੇ ਨੇ ਜੀ, ਵੀ ਉਹ ਵੀ ਨਹੀਂ ਮੁੜ ਕੇ ਆਇਆ ਇੱਥੇ, ਮਤਲਬ ਉਹ ਵੀ ਕਿਤੇ ਨਾ ਕਿਤੇ ਗਾਇਬ ਹੀ ਹੋ ਗਏ ਜਦੋਂ ਦਾ ਕਹਿ ਰਹੇ ਉਹਨਾਂ ਨੇ ਪਾਰਟੀ ਅਨਾਉਂਸ ਕੀਤੀ ਆ। ਉਹ ਕਹਿੰਦੇ ਵੀ ਨਾ ਕੰਵਰ ਸੰਧੂ ਨੂੰ ਵੋਟ ਪਾਉਣੀ ਆ, ਨਾ ਪ੍ਰੇਮ ਸਿੰਘ ਚੰਦੂ ਮਾਜਰੇ ਨੂੰ ਪਾਉਣੀ ਹੈਗੀ ਆ, ਵੀ ਜੇ ਦੋਹੇ ਬੜੇ ਤਾਂ ਅਸੀਂ ਇਹਦਾ ਵਿਰੋਧ ਕਰਾਂਗੇ, ਜਿਹੜੇ ਉਹ ਜਿੱਦਾਂ ਲੋਕ ਵਿਚਾਰੇ ਸਤੇ ਹੋਏ ਨੇ ਸਿਸਟਮ ਤੋਂ, ਅਤੇ ਉਹ ਲਗਾਤਾਰ ਇਹ ਕਹਿ ਰਹੇ ਨੇ ਵੀ ਇਹਦਾ ਮਤਲਬ ਸਾਨੂੰ ਲੱਗ ਰਿਹਾ ਵੀ ਕਾਂਗਰਸ ਦੀ ਜਿਹੜੀ ਉਹ ਸੀਟ ਹੈ ਉਹ ਮਜ਼ਬੂਤ ਹੋ ਰਹੀ ਆ, ਪ੍ਰੇਮ ਸਿੰਘ ਚੰਦੂ ਮਾਜਰਾ ਦੇ ਚਾਂਸਸ ਬਣ ਰਿਹਾ ਵੀ ਉਹ ਹਾਰ ਸਕਦੇ ਆ, ਜੇ ਅਕਾਲੀ ਦਲ ਨੇ ਜ਼ੋਰ ਨਾ ਲਾਇਆ ਤਾਂ ਇਹ ਹਾਰ, ਫਿਰ ਹਾਰ ਦਾ ਗੈਪ ਕਿੰਨਾ ਹੋਊਗਾ ਇਹ ਵੀ ਦੇਖਣ ਵਾਲੀ ਗੱਲ ਹੋਊਗੀ। ਤੇ ਹਾਲ ਦੀ ਘੜੀ ਪ੍ਰੇਮ ਸਿੰਘ ਚੰਦੂ ਮਾਜਰਾ ਲਈ ਕੋਈ ਬਹੁਤੀ ਚੰਗੀ ਖਬਰ ਨਹੀਂ। ਹਾਂ, ਵੀਰ ਦਵਿੰਦਰ ਸਿੰਘ ਦਾ ਤਾਂ ਅਸੀਂ ਸਮਝਦੇ ਵੀ ਪਛੜਿਆ ਹੋਇਆ ਕਾਫੀ ਕੰਮ, ਹੀ ਇਜ਼ ਨਾਟ ਇਨ ਦੀ ਪਲੇ, ਹੈ ਨਾ, ਉਹ ਗਰਾਊਂਡ 'ਚ ਨਹੀਂ ਹੈਗੇ ਜਿਸ ਤਰ੍ਹਾਂ। ਬਿਲਕੁਲ, ਔਰ ਇਸ ਦੇ ਨਾਲ ਨਾਲ ਦਰਸ਼ਕਾਂ ਨੂੰ ਇਹ ਵੀ ਦੱਸ ਚੱਲੇ ਕਿ ਅਮਰਜੀਤ ਸਿੰਘ ਸੰਧੋਆ ਜੋ ਕਿ ਉਸ ਹਲਕੇ ਤੋਂ ਉੱਥੋਂ ਐਮ ਐਲ ਏ ਹੈਗੇ ਨੇ, ਉਹ ਵੀ ਕਾਂਗਰਸ ਦੇ ਵਿੱਚ ਸ਼ਾਮਿਲ ਹੋਏ ਨੇ, ਅਤੇ ਉਹਦੇ ਨਾਲ ਵੀ ਜ਼ਰੂਰ ਇਹਨਾਂ ਨੂੰ ਫਰਕ ਪਏਗਾ। ਹਾਂਜੀ, ਪਰ ਉਹਦੇ 'ਚੋਂ ਇਹ ਹੈਗਾ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਰੋਪੜ ਉਹਨਾਂ ਦਾ ਕਾਫੀ ਮਜ਼ਬੂਤ ਹੈ, ਅਤੇ ਉਹਦੇ ਨਾਲ ਅਮਰਜੀਤ ਸਿੰਘ ਸੰਧੋਆ ਇਕੱਲੇ ਪੈ ਗਏ ਨੇ ਕਾਂਗਰਸ ਪਾਰਟੀ 'ਚ ਜਾ ਕੇ ਜੀ, ਜਿਹੜੇ ਵਰਕਰ ਨੇ ਉਹ ਸਾਰੇ ਇੱਕ ਮੁੱਠ ਹੋਏ ਆ, ਅਤੇ ਉਹਨਾਂ ਨੇ ਉਹਨਾਂ ਦੇ ਖਿਲਾਫ਼ ਬਹੁਤ ਵੱਡਾ ਮੁਜ਼ਾਹਰਾ ਰੋਪੜ 'ਚ ਕਰਿਆ ਹੈਗਾ, ਰੋਪੜ ਹਲਕੇ 'ਚ ਵੀ ਅਤੇ ਰੋਪੜ 'ਚ, ਇੱਕ ਤਾਂ ਉੱਥੋਂ ਉਹਨਾਂ ਦੇ ਕੱਢਿਆ ਅਤੇ ਦੂਜਾ ਉਹਨਾਂ ਦੇ ਸਹੁਰੇ ਪਿੰਡ 'ਤੇ ਉਹਨਾਂ ਦੇ ਆਪਣੇ ਪਿੰਡ ਜਾ ਕੇ ਉਹਨਾਂ ਨੇ ਵਿਰੋਧ ਕਰਿਆ। ਸੋ ਇਹ ਦੋਸ਼ ਲਾ ਰਹੇ ਨੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਖਰੀਦ ਲਿਆ ਹੋਇਆ, ਸਾਨੂੰ ਨਹੀਂ ਪਤਾ ਵੀ ਇਹ ਕੀ ਚੱਲ ਰਿਹਾ ਨਹੀਂ ਖਰੀਦਿਆ, ਅਤੇ ਉਹਨਾਂ ਦੀਆਂ ਜਿਹੜੀਆਂ ਇੰਟਰਵਿਊਜ਼ ਆਈਆਂ ਨੇ ਅਮਰਜੀਤ ਸਿੰਘ ਸੰਧੋਆ ਦੀਆਂ, ਉਹ ਕਹਿੰਦੇ ਵੀ ਕੰਮ ਨਹੀਂ ਸੀ ਹੋ ਰਿਹਾ ਕਿਤੇ ਵੀ, ਸਾਡੇ ਇਲਾਕੇ ਦੇ ਬਹੁਤ ਸਾਰੇ ਕੰਮ ਨੇ, ਮੈਂ ਦੇਖਿਆ ਵੀ ਆਮ ਆਦਮੀ ਪਾਰਟੀ ਨਾਲ ਰਲ ਕੇ ਸਾਨੂੰ ਨਾ ਕੋਈ ਗ੍ਰਾਂਟ ਆ ਰਹੀ ਸੀ ਨਾ ਕੁਛ ਹੋਰ, ਅਤੇ ਹੁਣ ਮੈਂ ਇਲਾਕੇ ਦਾ ਵਿਕਾਸ ਕਰਨ ਲਈ ਆ ਜਾਂ ਇਲਾਕੇ ਦੇ ਲੋਕਾਂ ਦੇ ਕੰਮ ਕਰਾਉਣ ਲਈ, ਜਿਨ੍ਹਾਂ ਨੇ ਮੇਰੇ 'ਤੇ ਵਿਸ਼ਵਾਸ ਕਰਕੇ ਵੋਟਾਂ ਪਾਈਆਂ ਨੇ, ਮੈਂ ਉਹਨਾਂ ਦੇ ਕੰਮ ਕਰਾਉਣ ਲਈ ਕਾਂਗਰਸ ਪਾਰਟੀ ਸ਼ਾਮਲ ਹੋਇਆ, ਤਾਂ ਕਿ ਮੈਂ ਲੋਕਾਂ ਦਾ ਵਿਸ਼ਵਾਸਘਾਤ ਨਾ ਕਰ ਸਕਾਂ। ਬਿਲਕੁਲ ਜੀ, ਔਰ ਇਹ ਤਾਂ ਅੰਦਰ ਹੀ ਗੱਲ ਜਿਹੜੀ ਹੈ ਉਹਨਾਂ ਨੂੰ ਪਤਾ ਹੋਏਗਾ। ਅਤੇ ਜੇ ਆਪਾਂ ਹੁਣ ਗੱਲਬਾਤ ਕਰਦੇ ਹਾਂ ਖਡੂਰ ਸਾਹਿਬ ਸੀਟ ਦੀ, ਉੱਥੋਂ ਵੀ ਜਿਹੜਾ ਹੈ ਕਾਰਵਾਈਆਂ ਜਿਹੜੀਆਂ ਚੱਲ ਰਹੀਆਂ ਨੇ, ਬੀਬੀ ਪਰਮਜੀਤ ਕੌਰ ਖਾਲਾ ਉਹਨਾਂ ਦੀਆਂ, ਉਹਨਾਂ ਦੀਆਂ ਵੀ ਜਿਹੜੀਆਂ ਕਾਫੀ ਸਾਰੀਆਂ ਕਾਨਫਰੰਸਿਸ ਜਾਂ ਕਾਫੀ ਸਾਰੀਆਂ ਮੀਟਿੰਗਸ ਐਵਰੀ ਡੇ ਹੁੰਦੀਆਂ ਨੇ, ਅਤੇ ਦੂਸਰੇ ਬੰਨੇ ਉਹ ਜਿਹੜੇ ਡਿੰਪਾ ਹੁਣੀ ਖੜ੍ਹੇ ਹੈਗੇ ਆ, ਉਹਨਾਂ ਦੀ ਵੀ ਜਿਹੜੀ ਕਾਫੀ ਪੋਜੀਸ਼ਨ ਹੈ ਸਟਰੋਂਗ ਦਿਨ ਬ ਦਿਨ ਜਿਹੜੀ ਹੈ ਉਹ ਹੋਈ ਹੋਈ ਹੈ, ਕੀ ਕਹੋਗੇ ਅਵਤਾਰ ਸਿੰਘ ਜੀ? ਹਾਂਜੀ, ਤੁਸੀਂ ਇਸ ਹਲਕੇ 'ਚ ਨਾ ਇੱਕ ਖਾਸ ਕਿਸਮ ਦਾ ਤੁਸੀਂ ਦੇਖ ਰਹੇ ਹੋ ਸਿਸਟਮ, ਇੱਕ ਤਾਂ ਪ੍ਰਕਾਸ਼ ਸਿੰਘ ਬਾਦਲ ਆ ਹੁਣ ਜਾ ਰਹੇ ਆ ਵੈਸੇ ਉੱਥੇ ਦੋ ਦਿਨਾਂ ਲਈ ਜਾ ਰਹੇ ਆ, ਅਤੇ ਪ੍ਰਕਾਸ਼ ਸਿੰਘ ਬਾਦਲ ਦਾ ਸਾਨੂੰ ਲੱਗ ਰਿਹਾ ਵੀ ਉਹ ਜਿਹੜਾ ਬ੍ਰਹਮਪੁਰਾ ਗਰੁੱਪ ਹੈ ਉਹਨੂੰ ਪ੍ਰਭਾਵਿਤ ਕਰ ਸਕਦੇ ਹੈਗੇ ਆ, ਵੀ ਬ੍ਰਹਮਪੁਰੇ ਉਹਨੇ ਪ੍ਰਕਾਸ਼ ਸਿੰਘ ਬਾਦਲ ਤੋਂ ਬਾਹਰੇ ਨਹੀਂ ਹੈਗੇ, ਬ੍ਰਹਮਪੁਰੇ ਉਹਨਾਂ ਨੂੰ ਜੋ ਕੁਛ ਵੀ ਮਿਲਿਆ ਪ੍ਰਕਾਸ਼ ਸਿੰਘ ਬਾਦਲ ਕਰਕੇ ਹੀ ਹੁਣ ਤੱਕ ਮਿਲਿਆ, ਅਤੇ ਜਿਹੜਾ ਦੋ ਦਿਨਾਂ ਦਾ ਉਹਨਾਂ ਦਾ ਦੌਰਾ ਮਤਲਬ ਤੁਸੀਂ ਕਹਿ ਰਹੇ ਕਿ ਉਹਨਾਂ ਨੂੰ ਮਨਾ ਸਕਦੇ ਆ? ਹਾਂਜੀ ਹਾਂਜੀ ਹਾਂ, ਉਹ ਦੁਬਾਰੇ ਉਹਨਾਂ ਦੇ ਮੈਨੂੰ ਲੱਗਦੇ ਵੀ ਇਨਡਾਇਰੈਕਟਲੀ ਅਕਾਲੀ ਦਲ ਦੇ ਫੋਲਡ 'ਚ
ਅਤੇ ਦੂਜਾ ਇਹ ਹੈਗਾ ਵੀ ਜਸਵੀਰ ਸਿੰਘ ਡਿੰਪਾ ਦੇ ਹੱਕ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਾਫੀ ਵੱਡੀ ਰੈਲੀ ਕੀਤੀ ਆ, ਕਾਂਗਰਸ ਲਗਾਤਾਰ ਰੈਲੀਆਂ ਕਰ ਰਹੀ ਹੈਗੀ ਹੈ, ਅਤੇ ਬੀਬੀ ਪਰਮਜੀਤ ਕੌਰ ਖਾਲੜਾ ਦਾ ਉਹਦੇ ਲਈ ਵਲੰਟੀਅਰਸ ਆ ਜਿਹੜੇ ਆਮ ਉਹ ਲਗਾਤਾਰ ਕੰਮ ਕਰ ਰਹੇ ਆ, ਪਰ ਉਹ ਵਲੰਟੀਅਰਸ ਕਿੰਨੀਆਂ ਕੁ ਵੋਟਾਂ ਖਿੱਚ ਸਕਦੇ ਆ ਇਹਦੇ 'ਤੇ ਡਿਪੈਂਡ ਕਰਦਾ। ਅਤੇ ਉਹਦੇ 'ਚੋਂ ਬੀਬੀ ਖਾਲੜਾ ਲਈ ਜਿਹੜਾ ਨੈਗੇਟਿਵ ਪੁਆਇੰਟ ਇਹ ਹੋਇਆ ਵੀ ਸੁਖਪਾਲ ਸਿੰਘ ਖਹਿਰਾ ਕਿਉਂਕਿ ਆਪ ਬਠਿੰਡੇ ਤੋਂ ਖੜ੍ਹੇ ਨੇ ਹੁਣ ਉਹ ਆਪਣੀ ਸੀਟ 'ਤੇ ਇੰਨਾ ਧਿਆਨ ਕੇਂਦਰਿਤ ਕਰ ਰਹੇ ਆ, ਉਹਨਾਂ ਤੋਂ ਖੰਡੂਰ ਸਾਹਿਬ ਨਹੀਂ ਆਇਆ ਜਾ ਰਿਹਾ, ਸੋ ਹੁਣ ਬੀਬੀ ਖਾਲੜਾ ਇਕੱਲੇ ਰਹਿ ਗਏ ਨੇ ਜਾਂ ਉਹਨਾਂ ਦੀ ਜਿਹੜੀ ਸੈਕੰਡ ਲਾਈਨ ਦੀ ਲੀਡਰਸ਼ਿਪ ਆ, ਕਿਉਂਕਿ ਫਸਟ ਲਾਈਨ ਦੀ ਲੀਡਰਸ਼ਿਪ ਸਾਰੀ ਬਠਿੰਡੇ ਪਹੁੰਚ ਗਈ ਹੋਈ ਆ, ਹੁਣ ਉਹ ਆਪਣੇ ਤੌਰ 'ਤੇ ਜੰਗ ਲੜ ਰਹੇ ਨੇ। ਉਹਦੇ 'ਚੋਂ ਹੁਣ ਸਾਨੂੰ ਇਹ ਆ ਵੀ ਪਿੰਡਾਂ ਦੇ ਜਿਹੜੇ ਨੌਜਵਾਨ ਪੜ੍ਹੇ ਲਿਖੇ ਆ ਉਹਨਾਂ ਦੀ ਵੋਟ ਤਾਂ ਡੈਫੀਨੇਟ ਆ ਬੀਬੀ ਖਾਲੜਾ ਨੂੰ, ਪਰ ਬਾਕੀ ਉਹ ਜਿਹੜੇ ਬਜ਼ੁਰਗ ਨੇ ਜਾਂ ਜਾਂ ਔਰਤਾਂ ਨੇ ਜਾਂ ਜਿਹੜੇ ਗਰੀਬ ਲੋਕ ਨੇ ਜਿਨ੍ਹਾਂ 'ਤੇ ਖਾਸ ਕਰਕੇ ਪੈਸੇ ਦਾ ਪ੍ਰਭਾਵ ਵੀ ਪੈ ਜਾਂਦਾ ਉਹ ਵੋਟ ਕਿੰਨੇ ਕੁ ਪਰ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਪਾਊਗੀ, ਆਇਆ ਸ਼ਹੀਦ ਜਸਵੰਤ ਸਿੰਘ ਦੇ ਨਾਂ ਨੂੰ ਪਾਊਗੀ ਜੀ ਜੀ ਜੀ, ਜਾਂ ਵਰਕ ਕਰਨਾ ਪਾਊਗਾ। ਹਾਲੇ ਹੁਣ 6-7 ਕੁ ਦਿਨ ਹੀ ਬਚੇ ਆ, ਉਹਦੇ 'ਚ ਉਹ ਕਿੰਨਾ ਕਰ ਪਾਉਂਦੇ ਆ। ਅਸੀਂ ਹਾਲ ਦੀ ਘੜੀ ਸਮਝਦੇ ਹਾਂ ਵੀ ਜਸਵੀਰ ਸਿੰਘ ਡਿੰਪਾ ਪਹਿਲੇ ਨੰਬਰ 'ਤੇ ਆ, ਬੀਬੀ ਜਗੀਰ ਕੌਰ ਅਤੇ ਪਰਮਜੀਤ ਕੌਰ ਖਾਲੜਾ ਬਿਲਕੁਲ ਨੇੜੇ ਨੇੜੇ ਆ, ਦੂਜੇ ਤੀਜੇ ਨੰਬਰ 'ਤੇ ਕਿਹੜਾ ਆਊਗਾ ਇਹ ਹਲੇ ਦੇਖਣ ਵਾਲੀ ਗੱਲ। ਤੇ ਅਵਤਾਰ ਸਿੰਘ ਜੀ, ਤੁਸੀਂ ਆਪ ਉਸ ਹਲਕੇ ਦੇ ਵਿੱਚ ਤੁਸੀਂ ਪਹਿਲਾਂ ਵੀ ਆ ਕੇ ਤੁਸੀਂ ਗਏ ਸੀਗੇ ਉਦੋਂ ਜਦੋਂ ਜਸਵੰਤ ਸਿੰਘ ਖਾਲੜਾ ਹੋਣਾ ਦੀ ਸ਼ਹੀਦੀ ਹੋਈ ਸੀ, ਉਸ ਤੋਂ ਬਾਅਦ ਜਿਹੜੇ ਇਲੈਕਸ਼ਨ ਹੋਈ ਤੁਸੀਂ ਉੱਥੇ ਗਏ ਸੀ, ਅਤੇ ਉੱਥੇ ਭਾਈ ਜਸਵੰਤ ਸਿੰਘ ਖਾਲੜਾ ਹੋਣਾ ਦੇ ਨਾਂ ਬਾਰੇ ਲੋਕਾਂ ਨੂੰ ਨਹੀਂ ਸੀ ਪਤਾ ਹੈਗਾ, ਅਤੇ ਜੇ ਆਪਾਂ ਅਜੋਕੇ ਹਾਲਾਤਾਂ ਦੇ ਵਿੱਚ ਕਰੀਏ ਕਿ ਅਕਾਲ ਚੈਨਲ ਦੀ ਟੀਮ ਵੀ ਉੱਥੇ ਗਈ ਹੈਗੀ ਆ, ਲੋਕਾਂ ਨੂੰ ਜਿੱਦਾਂ ਹੁਣ ਥੋੜ੍ਹਾ ਪਤਾ ਲੱਗਣ ਲੱਗਾ ਵਾ ਜਿਹੜੀ ਉਹ ਮਿੱਟੀ ਜੇ ਆਪਾਂ ਕਹੀ ਕਿ ਪੈ ਗਈ ਸੀ ਅਤੇ ਹੌਲੀ ਹੌਲੀ ਜਿਹੜੀ ਉਹ ਪਾਸੇ ਹੋ ਰਹੀ ਆ, ਅਤੇ ਉਹਨੂੰ ਆਪਾਂ ਕਿਸ ਤਰੀਕੇ ਨਾਲ ਐਸੇ ਪੋਜ਼ਿਟਿਵ ਤੁਸੀਂ ਲੈਂਦੇ ਹੈਗੇ? ਦੇਖੋ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੂੰ ਜਾਂ ਉਹਨਾਂ ਦੇ ਵਰਕ ਨੂੰ ਜੇ ਰੈਕੋਗਨੀਸ਼ਨ ਮਿਲ ਰਹੀ ਆ, ਇਹ ਨਹੀਂ ਸੀ ਵੀ ਰੈਕੋਗਨੀਸ਼ਨ ਹਾਰ ਜਿੱਤ ਦਾ ਚਲੋ ਆਪਾਂ ਸਾਈਡ ਤੇ ਰੱਖ ਦਿੰਦੇ ਹਾਂ, ਪਹਿਲਾਂ ਨਹੀਂ ਸੀ ਹਨਾ, ਕਿਉਂਕਿ ਜਸਵੰਤ ਸਿੰਘ ਖਾਲੜਾ ਨੇ ਉਸ ਇਲਾਕੇ 'ਚ ਹੀ ਕੰਮ ਕੀਤਾ ਅਤੇ ਸਭ ਤੋਂ ਵੱਧ ਨੌਜਵਾਨ ਉਹਨਾਂ ਘਰਾਂ 'ਚੋਂ ਚੱਕ ਕੇ ਮਾਰੇ ਗਏ ਆ, ਉਹ ਜਿਹੜਾ ਦਰਦ ਆ ਉਹ ਸੇਕ ਹੈ, ਉਹ ਹਰ ਘਰ ਨੇ ਸਹਿਆ ਉੱਥੇ, ਹਰੇਕ ਮਾਝੇ ਦੇ ਇਕੱਲੇ ਇਕੱਲੇ ਘਰ 'ਚੋਂ ਕੋਈ ਨਾ ਕੋਈ ਬੱਚਾ ਗਿਆ ਹੈਗਾ ਹਨਾ, ਅਤੇ ਉਹ ਇੱਕ ਪੀੜ ਲਈ ਬੈਠੇ ਆ। ਪਰ ਕਈ ਵਾਰੀ ਹੁੰਦਾ ਵੀ ਜਿਹੜੇ ਹਾਲਾਤ ਆ ਸਿਆਸੀ ਹਾਲਾਤ ਸਮੇਂ ਦੇ ਉਹ ਤੁਹਾਡੇ ਦਰਦ ਨੂੰ ਤੁਸੀਂ ਅੰਦਰ ਹੀ ਅੰਦਰ ਕਸਕ 'ਚ ਜਿਉਂਦੇ ਰਹਿੰਦੇ ਹੋ, ਪਰ ਬਾਹਰੀ ਹਾਲਾਤ ਇਸ ਤਰ੍ਹਾਂ ਦੇ ਹੋ ਜਾਂਦੇ ਆ ਵੀ ਤੁਸੀਂ ਚਾਹੁੰਦੇ ਹੋਏ ਵੀ ਉਸਦੇ ਹੱਕ ਵਿੱਚ ਨਹੀਂ ਆ ਸਕਦੇ, ਸਰਕਾਰੀ ਦਹਿਸ਼ਤ ਇਸ ਵੇਲੇ ਵੀ ਇੰਨੀ ਆ ਹਨਾ, ਸੋ ਉਸ ਚੱਕਰ 'ਚੋਂ ਹੁਣ ਉਹ ਜਿਹੜੀ ਸਾਇਲੈਂਸ ਆ ਉਹ ਸਾਇਲੈਂਸ ਲਾਵਾ ਬਣ ਕੇ ਉੱਭਰਦੀ ਆ ਜਾਂ ਉਹ ਸਾਇਲੈਂਸ ਦੂਜੀਆਂ ਧਿਰਾਂ ਨੂੰ ਭੁਗਤ ਜਾਊਗਾ, ਸਾਇਲੈਂਸ ਹੀ ਰਹਿ ਜਾਓਗੇ। ਇਹ ਨਹੀਂ ਵੀ ਦਰਦ ਨਹੀਂ ਹੈ, ਕਿਉਂਕਿ ਸਾਰਾ ਕੁਛ ਹੀ ਉਸ ਇਲਾਕੇ 'ਚ ਹੋਇਆ, ਖਰੜਾ ਸਾਹਿਬ ਦਾ ਸਾਰਾ ਮੇਨ ਕੰਮ ਹੀ ਉਸ ਇਲਾਕੇ ਦਾ ਸੀ, ਦੁਰਗਿਆਣਾ ਮੰਦਰ ਦਾ ਅਤੇ ਪੱਟੀ ਦੇ ਸਾਰਿਆਂ ਦਾ ਜਾਂ ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦਾ, ਅਤੇ ਉਹਨਾਂ ਜ਼ਿਲ੍ਹਿਆਂ 'ਚੋਂ ਜੇ ਇੰਨੇ ਨੌਜਵਾਨ ਸ਼ਹੀਦ ਹੋਏ ਨੇ ਤਾਂ ਇਹਦਾ ਮਤਲਬ ਉਹ ਨਹੀਂ ਵੀ ਉਹ ਦਰਦ ਲੈ ਕੇ ਨਹੀਂ ਬੈਠੇ, ਪਰ ਵਕਤ ਜਿਹੜੇ ਹਾਲਾਤ ਨੇ ਕਈ ਵਾਰ ਉਹ ਇੰਨਾ ਅਤੇ ਸਰਕਾਰੀ ਪ੍ਰੋਪੇਗੰਡਾ ਅਤੇ ਜਿਹੜੀਆਂ ਉੱਥੇ ਪਿੰਡਾਂ ਦੇ ਸਰਪੰਚ ਵਗੈਰਾ ਉਹਨਾਂ ਦੀ ਦਹਿਸ਼ਤ, ਜਿਹੜੇ ਸਰਕਾਰਾਂ ਨਾਲ ਜੁੜੇ ਹੋਏ ਨੇ ਪੁਲਿਸ ਦੀ ਦਹਿਸ਼ਤ, ਉਹ ਇਹ ਬਹੁਤ ਸਾਰੇ ਫੈਕਟਰ ਨੇ ਜਿਹੜੇ ਇਨਫਲੂਐਂਸ ਕਰਦੇ ਆ ਵੋਟਰ ਨੂੰ, ਉਹ ਹੁਣ ਕਿਸ ਕਿਸਮ ਨਾਲ ਉਹਨੂੰ ਲੈ ਕੇ ਜਾਂਦੇ ਆ ਟ੍ਰੈਂਡ ਨੂੰ, ਪੋਜ਼ਿਟਿਵ ਆ ਜਾਂ ਨੈਗੇਟਿਵ ਆ, ਇਹ ਤਾਂ ਹੁਣ 23 ਤਰੀਕ ਨੂੰ ਹੀ ਪਤਾ ਲੱਗੂਗਾ। ਪਰ ਹਾਲ ਦੀ ਘੜੀ ਜਸਵੀਰ ਸਿੰਘ ਡਿੰਪਾ ਥੋੜ੍ਹੇ ਅੱਗੇ ਨੇ, ਇਹ ਦੋਵੇਂ ਬੀਬੀਆਂ ਬਰਾਬਰ ਨੇ, ਇਹਨਾਂ ਦਾ ਹਾਰ ਜਿੱਤ ਦਾ ਥੋੜ੍ਹਾ ਥੋੜ੍ਹਾ ਫਰਕ, ਔਰ ਅੱਗੇ ਜਾ ਕੇ ਬਾਦਲ ਸਾਹਿਬ ਨੇ ਵੀ ਉੱਥੇ ਰੈਲੀ ਕਰਨੀ ਹੈਗੀ, ਅਤੇ ਉਹਦੇ ਨਾਲ ਕੀ ਪੋਜ਼ਿਟਿਵ ਇੰਪੈਕਟ ਹੁੰਦਾ ਜਾਂ ਨੈਗੇਟਿਵ ਹੁੰਦਾ, ਕਾਫੀ ਇੰਟਰਸਟਿੰਗ ਰਹੇਗਾ ਇਹ ਵੀ। ਅਤੇ ਜੇ ਆਪਾਂ ਕਹੀਏ ਕਿ ਸੁਖਪਾਲ ਸਿੰਘ ਖਹਿਰੇ ਹੋਣਾ ਦਾ ਵੀ ਬਿਆਨ ਹੈ, ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਤੋਂ ਭਗਵੰਤ ਮਾਨ ਦਾ ਵੀ ਜਿਹੜਾ ਬਿਆਨ ਹੈ ਉਹ ਵੀ ਇਹਦੇ ਨਾਲ ਰਲਵਾਂ ਮਿਲਵਾਂ ਹੀ ਆਇਆ ਸੀ, ਪਰ ਸੁਖਪਾਲ ਸਿੰਘ ਖਹਿਰੇ ਹੋਣਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਮ ਆਦਮੀ ਪਾਰਟੀ ਨੂੰ ਜਿਹੜਾ ਤੋੜ ਕੇ ਉਹਨਾਂ ਦੇ MLA ਆਪਣੇ ਵੱਲ ਖਿੱਚ ਕੇ ਜਿਹੜਾ ਵਿਰੋਧੀ ਧਿਰ ਦਾ ਲੀਡਰ ਹੈ ਉਹ ਸੁਖਬੀਰ ਸਿੰਘ ਬਾਦਲ ਨੂੰ ਬਣਾਉਣਾ ਚਾਹੁੰਦੇ ਹੈਗੇ ਆ। ਅਵਤਾਰ ਸਿੰਘ ਜੀ, ਕੀ ਕਹੋਗੇ ਤੁਸੀਂ ਇਸ ਦੇ ਬਾਰੇ? ਸੁਖਪਾਲ ਸਿੰਘ ਖਹਿਰਾ ਦਾ ਇਹ ਬਿਆਨ ਬੜਾ ਵਧੀਆ ਵੀ ਚੰਗਾ ਲੱਗਦਾ ਹੈਗਾ, ਪਰ ਸੁਖਪਾਲ ਸਿੰਘ ਖਹਿਰਾ ਨੂੰ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਵੀ ਇਹਦੀਆਂ ਜੜ੍ਹਾਂ ਵੀ ਉਹਨਾਂ ਨੇ ਲਾਈਆਂ ਨੇ ਨਾ, ਇਹ ਸਾਰੀ ਡਿਫੈਕਸ਼ਨ ਦੀਆਂ ਆਮ ਆਦਮੀ ਪਾਰਟੀ ਵਿੱਚ ਦੁਫਾੜ ਪਾਉਣ ਦੀਆਂ ਜੜ੍ਹਾਂ ਸੁਖਪਾਲ ਸਿੰਘ ਖਹਿਰਾ ਨੇ ਲਾਈਆਂ, ਜੇ ਅੱਜ ਉਹ ਕਹਿ ਰਹੇ ਨੇ ਇਹ ਫਿਰ ਉਹਨਾਂ ਨੂੰ ਉਦੋਂ ਸੋਚਣਾ ਚਾਹੀਦਾ ਸੀ ਜਦੋਂ ਉਹਨਾਂ ਨੇ ਸੰਕਟ ਖੜਾ ਕਰਿਆ ਸੀ, ਜਦੋਂ ਹਰਵਿੰਦਰ ਸਿੰਘ ਫੂਲਕਾ ਵਰਗੇ ਸੀਨੀਅਰ ਬੰਦੇ ਨੂੰ ਵਿਰੋਧੀ ਧਿਰ ਦੇ ਨੇਤਾ ਤੋਂ ਲਾ ਕੇ ਸੁਖਪਾਲ ਸਿੰਘ ਖਹਿਰਾ ਨੂੰ ਲਾਇਆ ਜਾਂਦਾ ਤਾਂ ਲੱਡੂ ਵੰਡੇ ਜਾਂਦੇ ਆ, ਜਦੋਂ ਸੁਖਪਾਲ ਸਿੰਘ ਖਹਿਰਾ ਨੂੰ ਲਾ ਕੇ ਹਰਪਾਲ ਸਿੰਘ ਚੀਮਾ ਨੂੰ ਲਾਇਆ ਜਾਂਦਾ ਤਾਂ ਸੋਗ ਪਾ ਦਿੱਤਾ ਜਾਂਦਾ, ਫਿਰ ਟ੍ਰੈਂਡ ਤਾਂ ਉਹੀ ਚੱਲਿਆ ਨਾ। ਔਰ ਇਸ ਤੋਂ ਬਾਅਦ ਜੇ ਇਸ ਤੋਂ ਪਹਿਲਾਂ ਜੇ ਆਪਾਂ ਗੁਰਪ੍ਰੀਤ ਘੁੱਗੀ ਦੀ ਗੱਲ ਕਰੀਏ, ਹਾਂ ਉਦੋਂ ਵੀ ਇਹੀ ਹੋਇਆ, ਉਹਨਾਂ ਨੂੰ ਲਾਇਆ ਕਿਸ ਤਰੀਕੇ ਨਾਲ ਗਿਆ ਤੇ ਫਿਰ ਲਾਇਆ ਕਿਸ ਤਰੀਕੇ ਨਾਲ। ਹੁਣ ਜੇ ਸੁਖਪਾਲ ਸਿੰਘ ਕਹਿ ਰਹੇ ਆ ਵੀ ਸੁਖਬੀਰ ਸਿੰਘ ਬਾਦਲ ਵਿਰੋਧੀ ਧਿਰ ਦਾ ਨੇਤਾ ਬਣ ਸਕਦਾ, ਉਹਨਾਂ ਨੂੰ ਉਦੋਂ ਸੋਚਣਾ ਚਾਹੀਦਾ ਸੀ ਵੀ ਮੇਰੇ ਇਸ ਕਦਮ ਨਾਲ ਪਾਰਟੀ ਟੁੱਟ ਸਕਦੀ ਆ ਤੇ ਸੁਖਬੀਰ ਸਿੰਘ ਬਾਦਲ ਵਿਰੋਧੀ ਧਿਰ ਦਾ ਨੇਤਾ ਬਣ ਸਕਦਾ,
ਹੁਣ ਜਦੋਂ ਸਾਰਾ ਕਹਿੰਦੇ ਹੁੰਦੇ ਆ ਵੀ ਆਪ ਪਛਤਾਏ ਕਿਆ ਹੋ ਤੇ ਜਦ ਚਿੜੀਆਂ ਚੁੱਕ ਗਈ ਖੇਤ, ਹੁਣ ਜਦੋਂ ਉਹਨਾਂ ਦੀਆਂ ਇਹ ਆਪਣੀਆਂ ਗਲਤੀਆਂ ਨੇ, ਬਾਹਰ ਬੈਠ ਕੇ ਬਿਆਨ ਦੇ ਦੇਣਾ ਵਧੀਆ ਲੱਗਦਾ ਹੈਗਾ, ਪਰ ਇਹਦੇ ਚੋਂ ਸੁਖਪਾਲ ਸਿੰਘ ਖਹਿਰਾ ਦਾ ਵੀ ਵੱਡਾ ਇੱਕ ਦੋਸ਼ ਹੈ ਜਿਹੜਾ ਉਹਨੂੰ ਮੰਨਣਾ ਚਾਹੀਦਾ ਵੀ ਮੈਂ ਉਹ ਜਿਹੜਾ ਇੱਕ ਟੱਕ ਮਾਰਿਆ ਉਹਨੇ ਪਾਰਟੀ ਦਾ ਨੁਕਸਾਨ ਕਰਿਆ ਤੇ ਅੱਜ ਜੇ ਪਾਰਟੀ ਖੇਰੂ ਖੇਰੂ ਹੋ ਰਹੀ ਆ ਉਹਦੇ 'ਚ ਉਹਨਾਂ ਦਾ ਵੀ ਇੱਕ ਹਿੱਸਾ ਬਣਦਾ ਹੈ। ਬਿਲਕੁਲ ਜੀ, ਔਰ ਪ੍ਰਕਾਸ਼ ਸਿੰਘ ਬਾਦਲ ਨੇ ਨਕੋਦਰ ਰੈਲੀ ਦੇ ਵਿੱਚ ਇੱਕ ਵੱਡਾ ਬਿਆਨ ਦਿੱਤਾ ਹੈਗਾ, ਉਹਨਾਂ ਨੇ ਕਿਹਾ ਕਿ ਬਾਲਾਕੋਟ ਏਅਰ ਸਟ੍ਰਾਈਕ ਜਿਹੜਾ ਹੈ ਇਹ ਚੋਣਾਂ ਦਾ ਮੁੱਖ ਮੁੱਦਾ ਹੈ ਜਾਂ ਪੰਜਾਬ ਦਾ ਵੀ ਇਹੀ ਮੁੱਖ ਮੁੱਦਾ ਹੈ, ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੈ ਉਸ ਨੂੰ ਤੁਸੀਂ ਐਜ਼ ਏ ਮੁੱਖ ਮੁੱਦਾ ਨਹੀਂ ਲੈ ਸਕਦੇ। ਅਵਤਾਰ ਸਿੰਘ ਜੀ ਕੀ ਕਹੋਗੇ, ਪ੍ਰਕਾਸ਼ ਸਿੰਘ ਬਾਦਲ ਹੁਣ ਦਾ ਹਮੇਸ਼ਾ ਤੋਂ ਇਹੀ ਟ੍ਰੈਂਡ ਰਿਹਾ? ਹਾਂ ਨਹੀਂ, ਬਿਲਕੁਲ ਬਿਲਕੁਲ, ਉਹ ਤਾਂ ਲਗਾਤਾਰ ਆ ਜੀ, ਤੁਸੀਂ ਜੋ ਮਰਜ਼ੀ ਕਹੀ ਜਾਓ ਜੀ, ਉਹ ਤਾਂ ਧਰਮ ਦੇ ਮਾਮਲੇ 'ਚ ਤਾਂ ਉਹਨਾਂ ਦਾ ਧਰਮ ਨਾਲ ਕੋਈ ਸੰਬੰਧ ਨਹੀਂ ਹੈ, ਉਹ ਤਾਂ ਟੋਟਲੀ ਵੋਟ ਪੱਖੀ ਲੀਡਰ ਆ ਨਾ ਜੀ, ਵੀ ਵੋਟਾਂ ਕਿੱਦਾਂ ਪੈਂਦੀਆਂ ਨੇ ਜਾਂ ਕਿਸ ਤਰ੍ਹਾਂ, ਮਤਲਬ ਕਿ ਸਾਰਾ ਈਵਨ ਤੁਸੀਂ 1978 ਤੋਂ ਦੇਖ ਲਓ ਨਾ, 1978 ਤੋਂ ਸਮੇਂ ਦੇ CID ਦੇ DIG ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਸੀ ਵੀ ਤੁਸੀਂ ਨਿਰੰਕਾਰੀਆਂ ਦਾ ਸਮਾਗਮ ਨਾ ਹੋਣ ਦਿਓ, ਇਹੋ ਜਿਹਾ ਖਿਲਾਰਾ ਪੈਣਾ, ਇਹੋ ਜਿਹੀ ਕਤਲਿਆਤ ਸ਼ੁਰੂ ਹੋਣੀ ਆ ਵੀ ਪੰਜਾਬ ਸਾਂਭਿਆ ਨਹੀਂ ਜਾਣਾ, ਯਾਨੀ ਉਹਨਾਂ ਨੇ ਉਹ ਸਾਰੀਆਂ ਮਤਲਬ ਕਿ ਦਰਕਿਨਾਰ ਕਰਕੇ ਨਿਰੰਕਾਰੀਆਂ ਨੂੰ ਕਰਨ ਦਿੱਤਾ, ਤੇ ਉਹ ਤੋਂ ਬਾਅਦ ਜਿੰਨਾ ਕੁਛ ਹੋਇਆ 1984 'ਚ ਸਾਰੇ ਇੰਦਰਾ ਗਾਂਧੀ ਨਾਲ ਉਹ ਗੱਲਬਾਤ ਕਰਦੇ ਰਹੇ ਆ, ਤੇ ਉਹ ਤੋਂ ਬਾਅਦ ਲਗਾਤਾਰ KPS ਗਿੱਲ ਨਾਲ ਉਹਨਾਂ ਦੇ ਰਿਲੇਸ਼ਨ ਸਾਹਮਣੇ ਆਏ ਆ, ਤੇ ਹੁਣ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੱਕ ਜਿੱਦਾਂ ਮਤਲਬ ਕਿ ਇਹ ਚਰਮ ਸੀਮਾ ਸੀ ਉਹਨਾਂ ਦੇ ਨਿਘਾਰ ਦੀ, ਸੋ ਉਹਨਾਂ ਤੋਂ ਇਸ ਕਿਸਮ ਦੀ ਐਕਸਪੈਕਟੇਸ਼ਨ। ਹੁਣ ਅਕਾਲ ਤਖ਼ਤ ਦਾ ਜਥੇਦਾਰ ਉਹਨਾਂ ਦੇ ਮੀਡੀਆ ਸਲਾਹਕਾਰ ਵੱਲੋਂ ਲਿਖੇ ਹੋਏ ਬਿਆਨ ਪੜ੍ਹ ਕੇ ਸੁਣਾਉਂਦਾ ਤੇ ਉਹਨਾਂ ਨੂੰ ਇਹ ਹੁਕਮਨਾਮੇ ਹੋ ਜਾਂਦੇ, ਸਾਰੀ ਸ਼੍ਰੋਮਣੀ ਕਮੇਟੀ ਤੇ ਉਹਨਾਂ ਦਾ ਹੁਕਮ ਚੱਲਦਾ, ਸ਼੍ਰੋਮਣੀ ਕਮੇਟੀ ਚੋਣਾਂ ਦੇ ਪ੍ਰਚਾਰ ਦੀ ਜ਼ਿਆਦਾ ਧਰਮ ਦੀ ਜਿਹੜੀ ਧਰਮ ਦੀ ਮਾਡਲਿੰਗ ਆ ਉਹ ਪ੍ਰਕਾਸ਼ ਸਿੰਘ ਬਾਦਲ ਕਰ ਰਹੇ ਨੇ, ਤੇ ਉਹਨਾਂ ਦਾ ਮਤਲਬ ਕਿ ਗੁਰੂ ਗ੍ਰੰਥ ਸਾਹਿਬ ਦੀ ਇੰਨੀ ਗੰਭੀਰ ਬੇਅਦਬੀ ਨੂੰ ਉਹ ਕੋਈ ਮੁੱਦਾ ਨਹੀਂ ਮੰਨਦੇ, ਤੇ ਉਹ ਜਿਹੜਾ ਪਾਕਿਸਤਾਨ ਦੇ ਖਿਲਾਫ ਕੀਤਾ, ਠੀਕ ਹੈ ਦੋਵਾਂ ਮੁਲਕਾਂ ਦੀ ਆਪਸੀ ਆ, ਉਹ ਅਸੀਂ ਕੋਈ ਸਿਕਿਉਰਿਟੀ ਦੇ ਮਾਮਲੇ 'ਚ ਅਸੀਂ ਕੋਈ ਕੁਐਸਚਨ ਈਅਰ ਨਹੀਂ ਕਰਦੇ ਵੀ ਉਹ ਜਿਹੜਾ ਦੋਵਾਂ ਦੇਸ਼ਾਂ ਦੀ ਉਹ ਵੀ ਕਰਦੇ ਆ ਇਹ ਵੀ ਕਰਦੇ ਆ, ਉਹ ਟੱਸਲ ਚੱਲਦੀ ਰਹਿਣੀ ਆ ਤੇ ਉਹ ਲਗਾਤਾਰ ਹੀ ਚੱਲਦੀ ਰਹਿਣੀ ਆ ਫੋਰ ਐਵਰ, ਪਰ ਗੁਰੂ ਗ੍ਰੰਥ ਸਾਹਿਬ ਦੀ ਇੰਨੀ ਗੰਭੀਰ ਬੇਅਦਬੀ ਨੂੰ ਤੁਸੀਂ ਨਕਾਰ ਦੇਣਾ ਜਸਟ ਵੋਟਾਂ ਲਈ, ਵੀ ਇਹ ਅਸੀਂ ਸਮਝਦੇ ਹਾਂ ਵੀ ਉਹਨਾਂ ਦੇ ਪਾਰਟ 'ਤੇ ਇਹ ਕਾਫੀ ਦੁਖਦਾਈ ਆ, ਉਹਨਾਂ ਨੂੰ ਹੁਣ ਉਮਰ ਦੇ ਆਖਰੀ ਵਰਿਆਂ 'ਚ ਘੱਟੋ ਘੱਟ ਇੱਦਾਂ ਨਹੀਂ ਕਰਨਾ ਚਾਹੀਦਾ। ਬਿਲਕੁਲ ਜੀ, ਔਰ ਕਿਤਾਂ ਕਿਤੇ ਜਿਹੜਾ ਲੋਕ ਹੈ ਉਹ ਜ਼ਰੂਰ ਅਕਾਊਂਟੇਬਲ ਉਹਨਾਂ ਨੂੰ ਇਸ ਚੀਜ਼ ਲਈ ਠਹਿਰਾਉਣਗੇ। ਜਗਤਾਰ ਸਿੰਘ ਜੱਗੀ ਜੋਲ ਜੋ ਕਿ UK ਦੇ ਸਿਟੀਜ਼ਨ ਨੇ, ਉਹਨਾਂ ਨੂੰ ਉੱਥੋਂ ਤਿਹਾੜ ਜੇਲ੍ਹ ਜਿਹੜਾ ਹੈ ਭੇਜ ਦਿੱਤਾ ਗਿਆ ਉਹਨਾਂ ਦੇ ਕੇਸ ਦੇ ਵਿੱਚ, ਕੀ ਕਹੋਗੇ ਅਵਤਾਰ ਸਿੰਘ ਜੀ? ਹਾਂ, ਟੈਕਨੀਕਲੀ ਉਹ ਐਕਸਪੈਕਟਡ ਹੀ ਸੀਗਾ ਅਸਲ 'ਚ, ਕਿਉਂਕਿ ਜਿਹੜਾ NIA ਨੇ ਕੇਸ ਉਹਨਾਂ ਦਾ ਕੀਤਾ ਨਾ, ਜਸਪਾਲ ਸਿੰਘ ਮੰਝਪੁਰ ਇੱਥੇ ਜਦੋਂ ਆਏ ਸੀ ਉਹਨਾਂ ਦੇ ਵਕੀਲ ਆ ਜਿਹੜੇ, ਉਹਨਾਂ ਨੂੰ ਅਸੀਂ ਪੁੱਛਿਆ ਸੀਗਾ ਵੀ ਕੇਸ ਵਿੱਚ ਕਿੰਨਾ ਦਾਮ, ਉਹ ਕਹਿੰਦੇ ਵੀ ਕੇਸ ਵਿੱਚ ਟੈਕਨੀਕਲੀ ਕੁਛ ਨਹੀਂ ਹੈਗਾ, ਜਦੋਂ ਅਦਾਲਤ ਵਿੱਚ ਜਾਣਾ ਤੇ ਉਹ ਜਦੋਂ ਉਹਨਾਂ ਦੀ ਵਕੀਲਾਂ ਦੀ ਬਹਿਸ ਹੋਣੀ ਆ ਤੇ ਉਹਦੇ 'ਚੋਂ ਜਿਹੜਾ ਕੇਸ ਆ ਉਹ ਖਿੰਡ ਭੁਣ ਜਾਣਾ ਹੈਗਾ, ਉਹਦੇ ਵਿੱਚ ਇਸ ਤਰ੍ਹਾਂ ਦਾ ਕੁਛ ਨਹੀਂ ਹੈਗਾ। ਹੁਣ ਕਿਉਂਕਿ NIA ਬਜਿੱਦ ਹੈਗੀ ਆ ਵੀ ਸਜ਼ਾ ਦਿਵਾਉਣੀ ਆ, ਤੋ ਉੱਤੋਂ ਕਿਉਂਕਿ ਪੰਜਾਬ ਦੇ ਜਿਹੜੇ ਜੱਜ ਨੇ ਉਹਨਾਂ ਦਾ ਫਰਕ ਹੈਗਾ, ਜਿਹੜੇ ਖਾਸ ਕਰਕੇ CBI ਦੇ ਮੋਹਾਲੀ ਵਾਲੇ ਜੱਜ ਆ ਜਿੱਥੋਂ ਜਿੱਥੇ ਕੇਸ ਲੱਗਿਆ ਹੋਇਆ, ਉਹ ਕਾਫੀ ਸਖਤ ਬੰਦਾ ਹੈਗਾ ਤੇ ਕਾਫੀ ਬਾਏ ਦੀ ਬੁੱਕ ਜਾਣ ਵਾਲਾ ਆਦਮੀ ਆ, ਉਹਨੇ ਦੇਖੋ ਕਿੰਨੇ ਹੁਣ ਪੁਲਿਸ ਵਾਲਿਆਂ ਨੂੰ ਸਜ਼ਾਵਾਂ ਹੋਈਆਂ ਨੇ, ਬਾਏ ਲਾਓ ਜਾਂਦਾ। ਇੱਕ ਜਗਦੀਪ ਸਿੰਘ ਜਿਹੜੇ ਪੰਚਕੁੱਲੇ ਵਾਲੇ ਨੇ ਜਿਹਨੇ ਸਿਰਸੇ ਵਾਲੇ ਨੂੰ ਸਜ਼ਾ ਕਰੀ ਹੈ, ਤੇ ਦੂਜੇ ਮੋਹਾਲੀ ਵਾਲੇ ਜਿਹੜੇ CBI ਦੇ ਜੱਜ ਨੇ, ਯਾਨੀ ਕਾਫੀ ਬਾਏ ਦੀ ਬੁੱਕਸ ਜਾਣ ਵਾਲੇ ਆ, ਜੇ ਉਹਨਾਂ ਦੇ ਸਾਹਮਣੇ ਕੇਸ ਚੱਲਦਾ ਤਾਂ ਉਹ ਖੇਰੂ ਖੇਰੂ ਹੋ ਜਾਣਾ ਸੀ। ਹੁਣ ਉਹ ਉੱਥੋਂ UP ਦੇ ਜਾਂ ਕਿਸੇ ਹੋਰ ਜਿਹੜੇ ਸਟੇਟ ਦੇ ਕਿਸੇ ਹਿੰਦੂ ਜੱਜ ਨੂੰ ਇਨਫਲੂਐਂਸ ਕਰਕੇ ਵੀ ਟੈਰਰਿਜ਼ਮ ਆ ਜੀ, ਬੰਦੇ ਮਾਰਤੇ ਜੀ, ਕਤਲੋਗਾਰਤਾ, ਸੋ ਉਹ ਸਾਈਕੋਲੋਜੀਕਲੀ ਇਨਫਲੂਐਂਸ ਕਰਕੇ ਉਹਨਾਂ ਨੂੰ ਸਜ਼ਾ ਦਿਵਾਉਣ ਲਈ ਉਹਨਾਂ ਨੂੰ NIA ਨੂੰ ਇਹੀ ਸੀਗਾ ਵੀ ਉਹਨਾਂ ਨੂੰ ਤਿਹਾੜ ਜੇਲ੍ਹ ਜਾ ਕੇ, ਅਤੇ ਇੱਕ ਤਾਂ ਮੈਂਟਲੀ ਟੋਰਚਰ ਕਰਨਗੇ ਉੱਥੇ ਵੀ ਜਿੱਦਾਂ ਦਵਿੰਦਰਪਾਲ ਸਿੰਘ ਭੁੱਲਰ ਥੋੜ੍ਹਾ ਜਿਹਾ ਮਾਨਸਿਕ ਤੌਰ 'ਤੇ ਉਹਨਾਂ ਨੇ ਹਿਲਾ ਦਿੱਤੇ ਨੇ, ਇਸੇ ਤਰ੍ਹਾਂ ਵੀ ਉੱਥੇ ਕਿਉਂਕਿ ਉੱਥੇ ਆਲੇ ਦੁਆਲੇ ਹਿੰਦੂ ਕੈਦੀ ਨੇ, ਉਹ ਫਿਰ ਲਗਾਤਾਰ ਬਾਹਰ ਉੱਠਣ ਬੈਠਣ ਵੇਲੇ ਉਹਨਾਂ 'ਤੇ ਹਮਲੇ ਕਰਨਗੇ ਜਾਂ ਮੈਂਟਲੀ ਟੋਰਚਰ ਕਰਨਗੇ, ਸੋ ਸਾਈਕੋਲੋਜੀਕਲੀ ਉਹਨਾਂ ਨੂੰ ਡਰਾਉਣ ਦੇ ਚੱਕਰ 'ਚ, ਅਤੇ ਦੂਜਾ ਵੀ ਜਿਹੜਾ ਕੇਸ ਦਾ ਕੋਈ ਨਾ ਕੋਈ ਹਾਂ ਪੱਖੀ ਆਪਣੇ ਹੱਕ 'ਚ ਫੈਸਲਾ ਲੈਣ ਲਈ, ਉਹ ਸਾਰਾ ਅੰਡਰਸਟੂਡ ਸੀ ਵੀ ਇਸ ਤਰ੍ਹਾਂ ਹੀ ਹੋਣਾ ਸੀ, ਤੇ ਤੁਸੀਂ ਦੇਖਿਆ ਵੀ ਕਹਿੰਦੇ 3 ਮਿੰਟ ਦੀ ਸੁਣਵਾਈ 'ਚ ਉਹਨਾਂ ਨੇ ਸਾਰਾ ਫੈਸਲਾ ਕਰ ਦਿੱਤਾ, ਵਿਰੋਧੀ ਧਿਰ ਨੂੰ ਸੁਣਿਆ ਕੋਈ ਨਹੀਂ, ਸੁਪਰੀਮ ਕੋਰਟ ਦੇ ਜੱਜਾਂ ਨੇ, ਸੋ ਇਸ ਤਰ੍ਹਾਂ ਹੀ ਚੱਲਦਾ। ਜਦੋਂ ਤੁਸੀਂ ਸਿੱਖਾਂ ਦਾ ਹੁੰਦਾ ਨਾ ਵੀ ਸਿੱਖ ਟੈਰਰਿਸਟ ਨੇ, ਫਿਰ ਉਹ ਜੱਜ ਬਹੁਤੀ ਗੱਲ ਸੁਣਦੇ ਨੇ, ਉਹ ਕਹਿੰਦੇ ਵੀ ਹਾਂ ਜੋ ਪੁਲਿਸ ਕਹਿ ਰਹੀ ਹੈ ਠੀਕ ਹੀ ਹੈ ਵੀ ਕਰ ਦਿਓ। ਬਿਲਕੁਲ ਜੀ, ਅੱਜ ਦੇ ਨਿਊਜ਼ ਪੁਆਇੰਟ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਪ੍ਰੋਗਰਾਮ ਕਿਸ ਤਰੀਕੇ ਦਾ ਲੱਗਿਆ ਸਾਨੂੰ ਜ਼ਰੂਰ ਤੁਸੀਂ ਕਾਲ ਕਰਕੇ ਦੱਸਿਓ। ਸਟੂਡੀਓ ਦਾ ਸਾਡਾ ਨੰਬਰ ਹੈ 01-21-55-51-001, ਅਤੇ ਅਖੀਰ 'ਤੇ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹੁਣ ਤੁਸੀਂ ਅਕਾਲ ਚੈਨਲ ਨੂੰ ਕਿਸੇ ਵੀ ਸਮੇਂ ਕਿਸੇ ਵੀ ਥਾਂ ਤੇ ਦੇਖ ਸਕਦੇ ਹੋ, ਉਹ ਵੀ ਅਕਾਲ ਚੈਨਲ ਦੀ ਐਪ ਦੇ ਜ਼ਰੀਏ, ਜਿਸ ਦੇ ਵਿੱਚ ਲਾਈਵ ਟੀਵੀ ਪ੍ਰੋਗਰਾਮ, ਵੀਡੀਓਜ਼, ਕੈਚਅਪ ਟੀਵੀ, ਅਕਾਲ ਰੇਡੀਓ ਅਤੇ ਨੋਟਿਸ ਦੇ ਵਿੱਚ ਸਾਰੇ ਪ੍ਰੋਗਰਾਮਾਂ ਦਾ ਵੇਰਵਾ ਮੌਜੂਦ ਹੈ। ਤੁਸੀਂ ਇਸ ਐਪ ਦੇ ਜ਼ਰੀਏ ਗੁਰਬਾਣੀ ਸੰਧਿਆ ਦਾ ਵੀ ਆਨੰਦ ਮਾਣ ਸਕਦੇ ਹੋ। ਅਕਾਲ ਚੈਨਲ ਦੀ ਐਪ ਨੂੰ ਹੁਣੇ ਡਾਊਨਲੋਡ ਕਰੋ ਗੂਗਲ ਪਲੇ ਸਟੋਰ ਅਤੇ ਐਪ ਸਟੋਰ ਦੇ ਵਿੱਚੋਂ। ਵਰਲਡ ਨੰਬਰ 1 ਸਿੱਖ ਮੀਡੀਆ ਚੈਨਲ ਅਕਾਲ ਚੈਨਲ।